साका देवीदास की डॉक्यूमेंट्री 1947 पात पाकिस्तान की बन समय वापरी असल दर्दनाक घटना ते बनाई गई है, जिस विच पिंड देवीदास उपर हमला करन आए हजारां की गिनती विच हमलावरां दा किंज मुठ्ठी भर लोगों ने मुकाबला किया अते उन्हां नूं हरा के भजाया, उसकी ये सच्ची कहानी है। इस विच इस दे होण दे कारण अते ये साका किवें होया उस बारे दस्या गया है। मैं हाँ तुहाडा गुरप्रीत। मैं जद भी अपने पिंड दे मोड़ तो लंघदा हाँ तो मेरा ध्यान अक्सर ही मोड़ उत्ते लगे बोर्ड उपर चला जाता है। ये बोर्ड पिंड देवीदास अंदर वापरी सन 1947 की दर्दनाक घटना साका देवीदास की याद विच पिंड वासियां ने लाया है, जो कि समय दे नाल हुण फिक्का पै चुका है ते शायद साडियां यादां विच भी। बचपन तो ही अपने सियाने बजुर्गों तो इस घटना का हाल सुनता आ रहा हाँ, जिन्हां दे जख्म अज भी ताज़ा हैं। ये डॉक्यूमेंट्री इस घटना के चश्मदीद प्रसिद्ध इतिहासकार अते इस साके अंदर नुकसान चलन वाले परिवारिक मैंबरां दी जानकारी नाल तैयार की गई है। इस विच नाम स्थान जां घटना नूं लैके कुछ गलतियां लग सकदियां हन। मेरा इरादा किसी खास धर्म जाति नूं बदनाम करना नहीं जां किसी दे मन दे ठेस पहुँचाउण नूं नहीं है, बल्कि उस समय हुई इस असल घटना नूं सब दे सामने लैके आना है। ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਿਆ ਤਾਂ ਮੁਸਲਮਾਨਾਂ ਨੇ ਆਵਾਜ਼ ਉਠਾਈ ਵੀ ਅਸੀਂ ਇਹਨਾਂ ਨਾਲ ਵੱਖਰੇ ਰਹਿਣਾ ਚਾਹੁੰਦੇ ਹਾਂ, ਅਤੇ ਮਿਸਟਰ ਜਨਾਹ ਜਿਹੜਾ ਸੀ ਉਸ ਵੇਲੇ ਉੱਧਰੋਂ ਮੁਖੀ ਸੀ, ਇੱਧਰ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਵਗੈਰਾ ਮੁਖੀ ਸੀ, ਬਲਦੇਵ ਸਿੰਘ ਮੁਖੀ ਸੀ। ਇਹਨਾਂ ਨੇ ਸਾਰਿਆਂ ਨੇ ਇੱਥੇ ਤਾਂ ਨਹੀਂ ਕੁਛ ਹੋਇਆ, ਪਰ ਇੰਗਲੈਂਡ ਵਿੱਚ ਜਾ ਕੇ ਗੋਲਡ ਮੇਜ਼ ਕਾਨਫਰੰਸ ਦੇ ਉੱਤੇ ਇਹਨਾਂ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਬਣਾ ਦਿੱਤਾ। ਹਿੰਦੁਸਤਾਨ ਦੇ ਇਤਿਹਾਸ 'ਤੇ ਬਲਕਿ ਬਾਹਰੀ ਵਿਦੇਸ਼ਾਂ ਦੇ ਇਤਿਹਾਸ 'ਤੇ ਵੀ ਇਹ ਗੱਲ ਤਾਂ ਜ਼ਰੂਰ ਹੋਈ ਵੀ ਰਾਜੇ ਬਦਲੇ, ਪਰੰਤੂ ਜਿਹੜਾ ਇਹ ਦੁਖਾਂਤ 1947 1947 ਵਿੱਚ ਵਾਪਰਿਆ ਉਹ ਬੜਾ ਭਿਆਨਕ ਸੀ, ਜਿੱਥੇ ਮਜ਼ਹਬੀ ਜਨੂੰਨ ਔਰ ਰਾਜਨੀਤਿਕ ਵੰਡ ਵਿੱਚ ਆਦਮੀ ਜਨਤਾ ਦਾ, ਲੋਕਾਂ ਦਾ, ਔਰਤਾਂ ਦਾ, ਧਨ ਦੌਲਤ ਦਾ ਬਹੁਤ ਵੱਡਾ ਨੁਕਸਾਨ ਹੋਇਆ। ਰਾਜੇ ਤਾਂ ਬਦਲਦੇ ਸੀ ਪਰ ਜਨਤਾ ਨਹੀਂ ਸੀ ਬਦਲਦੀ। ਪਰ 1947 ਦੀ ਵੰਡ ਵਿੱਚ ਪਾਕਿਸਤਾਨ ਅਤੇ ਪੰਜਾਬ ਦਾ ਹਿੱਸਾ ਜਿਹੜਾ ਸੀ ਉਹ ਬਣਨ ਨਾਲ ਲੋਕ ਵੀ ਉੱਧਰੋਂ ਉੱਧਰ ਬਦਲੇ, ਹਜ਼ਾਰਾਂ ਦੀ ਗਿਣਤੀ ਵਿੱਚ ਕਤਲ ਹੋਏ, ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਦੀ ਬੇਪੱਤੀ ਹੋਈ, ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਸੀ ਬੇਘਰ ਹੋਏ, ਉਹਨਾਂ ਦੀਆਂ ਜਾਇਦਾਦਾਂ, ਸੰਪੱਤੀਆਂ, ਧਨ ਦੌਲਤ, ਕੋਠੀਆਂ, ਕਾਰਾਂ ਜੋ ਵੀ ਸੀ ਉਹਨਾਂ ਕੋਲ ਸਾਰਾ ਨਿਸ਼ਚਿਤ ਨਬੂਧ ਹੋ ਗਿਆ। ਔਰ ਕੋਈ ਤਿੰਨਾਂ ਕੱਪੜਿਆਂ 'ਚ ਤਿੰਨ ਦਿਨ ਭੁੱਖਾ ਰਹਿ ਕੇ ਆਪਣੇ ਇੱਧਰ ਪੰਜਾਬ 'ਚ ਆਇਆ, ਕੋਈ ਆਪਣੇ ਸਾਰੇ ਪਰਿਵਾਰ ਹੀ ਲੁਟਾ ਕੇ ਆਇਆ, ਕਿਸੇ ਦੀ ਕੋਈ ਜੀਵ ਵੀ ਨਹੀਂ ਬਚਿਆ। ਇਸ ਤਰ੍ਹਾਂ ਦੀ ਵੀ ਉਹ ਹਾਲਾਤ ਸੀ। ਉਸ ਵੇਲੇ ਮਜ਼ਹਬੀ ਜਨੂੰਨ ਇਤਨਾ ਸੀ ਕਿ ਜਿਹੜੇ ਘੁੱਗ ਵਸਦੇ, ਪਿਆਰ ਨਾਲ ਵਸਦੇ ਹਿੰਦੂ ਮੁਸਲਮਾਨ ਭਾਈ ਭਾਈ ਸੀ, ਉਹ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸੀ। ਔਰ ਸੰਨ 1947 ਵਿੱਚ ਇਹ ਜਿਹੜਾ ਭਿਆਨਕ ਹਾਦਸਾ ਪੰਜਾਬ ਦੀ ਧਰਤੀ 'ਤੇ ਵਾਪਰਿਆ, ਇੱਦਾਂ ਦਾ ਮੇਰੇ ਖਿਆਲ 'ਚ ਕੋਈ ਦੁਖਾਂਤ ਸ਼ਾਇਦ ਹਿੰਦੁਸਤਾਨ ਨਹੀਂ ਬਲਕਿ ਹੋਰ ਵੀ ਸੰਸਾਰ ਦੀ ਕਿਸੇ ਧਰਤੀ 'ਤੇ ਵਾਪਰਿਆ ਹੋਏਗਾ। 1947 ਵਿੱਚ ਮੁਸਲਮਾਨਾਂ ਦਾ ਜਿੱਥੇ ਜ਼ੋਰ ਪੈਂਦਾ ਸੀ ਉਹ ਹਿੰਦੂਆਂ ਨੂੰ ਮਾਰਦੇ ਸੀ, ਸਿੱਖਾਂ ਨੂੰ ਮਾਰਦੇ ਸੀ, ਔਰ ਜਿੱਥੇ ਇਹਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਜ਼ੋਰ ਪੈਂਦਾ ਸੀ ਉਹ ਉਹਨਾਂ ਨੂੰ ਮਾਰਦੇ ਸੀ। ਬੰਨੇ ਬਹੁਤਾ ਸਾਰਾ ਹਿੱਸਾ ਇਹਦੇ ਵਿੱਚ ਪੰਜਾਬ ਦਾ ਹੀ ਵੰਡ ਹੋਇਆ, ਯਾਨੀ ਪੰਜਾਬ ਨੂੰ ਵੰਡਿਆ ਗਿਆ। ਇੱਕ ਗੱਲ ਬੜੀ ਅਫਸੋਸ ਨਾਲ ਕਹਿਣੀ ਪੈਂਦੀ ਹੈ, ਜੇ ਅਸੀਂ ਇਹਨੂੰ ਰਾਜਨੀਤਿਕ ਵੀ ਕਹੀਏ ਤਾਂ ਕਿਤੇ ਝਲਕ ਪੈਂਦੀ ਹੈ, ਜਿਵੇਂ ਬੰਬਈ ਵਿੱਚ ਮੁਸਲਮਾਨ ਬਹੁਤ ਹੈ, ਕਲਕੱਤੇ 'ਚ ਮੁਸਲਮਾਨ ਬਹੁਤ ਹੈ, ਔਰ ਆਸਾਮ ਵਿੱਚ ਮੁਸਲਮਾਨ ਬਹੁਤ ਹੈ, ਕਸ਼ਮੀਰ 'ਚ ਮੁਸਲਮਾਨ ਬਹੁਤ ਹੈ, ਸਹਾਰਨਪੁਰ UP 'ਚ ਮੁਸਲਮਾਨ ਬਹੁਤ ਹੈ, ਪਰ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਪੰਜਾਬ ਨੂੰ ਹੀ ਇਹ ਮੁਸਲਮਾਨ ਅਤੇ ਹਿੰਦੂਆਂ ਦਾ ਇੱਕ ਵਿਭਾਜਨ ਕਿਉਂ ਬਣਾਇਆ ਗਿਆ। ਜੇ ਇਸ ਨੂੰ ਥੋੜ੍ਹਾ ਜਿਹਾ ਅਸੀਂ ਇੱਕ ਪੱਖ ਤੋਂ ਸੋਚੀ ਤਾਂ ਉਹ ਲੱਗਦਾ ਵੀ ਇਹ ਰਾਜਨੀਤਿਕ ਵੀ ਸਟੰਟ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਖੇਲਿਆ ਗਿਆ। ਤੋ ਇੱਕ ਵਾਕਿਆ ਪਿੰਡ ਦੇਵੀਦਾਸ ਦਾ ਹੋਇਆ, ਜਿੱਥੇ ਆਸ ਪਾਸ ਦੇ ਲੋਕਾਂ ਨੇ
पिंड साड़न लई और लोगों मारन लई हमला किया। बड़ा भयानक समा से उस समय दियाँ अज भी जिन्हें लोगों ने हंटाया उस समय में वो अज भी जदों चेते करते तो उन्होंने अखा च पानी आ। उन्नीस सौ संताली दे समय पिंड देवीदास दे बहुते लोग खेतीबाड़ी करते सन। पिंड विच ज़्यादा आबादी सैनी बरादरी दी अते फिर हरिजन सिख रमदासीए, थोड़े बहुते घर तरखाणा दे, एक नाइयां दा, एक चीरां दा अते एक घर मुसलमान लोहार ख्वाजा दा सी। लोग बड़े मेहनत करन वाले सन। पिंड दा रकबा घट होण कारण पिंड वासियां ने पिंड बाजा चक टेरकियाणे दा खुशक इलाका अते शंभ दा कुछ इलाका खरीदिया होया सी। इह रकबा बाजा चक पिंड के दक्षण पछम वल जागा नाम की जगह वल है। पिंड देवीदास के लोग खेतीबाड़ी कर अक्सर ही इन्हों इलाक अंदर आते जाते रहते सन। जो हूँ रस्ता देवीदास तो बाजा चक न जाता है पेल्ला भी यह पुराना रस्ता हों जो शंभ तक तो नारायणगढ़ तो हों गंगा चक पिंड तक जाता। बाजा चक पिंड उस समय मुसलमाना की आबादी वाला पिंड सी। थोड़े घर देवीदास के दक्षण वाले पासे हरिजना के अते थोड़े टेरकिया जाते रस्ते हरिजना के घर सन। मुसलमान भी खेतीबाड़ी करते सन। ये लोग बकरियां भेड़ा अते होर पशु रखते सन। ये लोग अक्सर ही देवीदास के किसानों दियां फसलां छोलियां अते होर फसलों विच बकरियां अते पशुओं नूं चरण वास्ते छड्ड के इन्हां नूं खराब करते सन। चोरी फसलां कट लै जांदे, देवीदास दे मूसलां सरारियां अते परालियां नूं अग ला दिंदे। तुहाडी किन्नी उम्र सी जदों इह हमला हुंदा आ? 13-14 साल सी। ਵੀ ਉਹ ਜਦੋਂ ਮੇਰੀ ਆਪਣੀ ਗੱਲ ਆ, ਮੈਂ ਆਪਣੀ ਕਣਕ ਦੀ ਰੱਖ ਕਰਦਾ, ਮੇਰੇ ਵੀ ਦੋ ਚਪੇੜਾਂ ਮਾਰ ਕੇ ਮੁਸਲਮਾਨ ਨਾ ਛੋਲੇ ਪੜ ਕੇ ਸਾਡੇ ਲੈ ਗਿਆ ਸੀ। ਅੱਛਾ। ਕਿਹੜੇ ਖੇਤ ਜਿੱਥੇ ਅਗਰ ਵਜਣ ਨਾਲ ਮੋਟਰ ਲਾਈ ਇਹ ਖੇਤ ਸੀ, ਜਾਗਰ ਲੰਬੜ ਦਾ ਅਸੀਂ ਪਾਈ ਬਾਈ ਸੀ, ਉੱਥੇ ਉਹ ਦੌੜੇ ਅਤੇ ਤੰਗ ਕਰਦੇ ਸੀ, ਤੰਗ ਕਰਦੇ ਸੀ। ਅਤੇ ਬਾਕੀ ਜਿਹੜੀ ਆਹ ਸੈਣੇ ਦੀ ਮਾਂ ਸੀ ਨਾ, ਸੈਣਾ ਹਾਂ ਹੈ ਕਿ ਨਹੀਂ, ਇਹਦੀ ਮਾਂ ਨੂੰ ਉਹਨੇ ਚੰਗਾ ਮਾੜਾ ਬੁਰਾ ਭਲਾ ਆਖਿਆ, ਬੜਾ ਭਰਾ ਰਸੂ ਕੀਤਾ। ਇਹਦੇ ਕੋਲ ਵੀ ਤਿੰਨ ਬੰਦੇ ਇਹਨੂੰ ਮਾਰ ਕੇ ਤਾਂ ਛੋਲੇ ਵੱਢ ਕੇ ਲੈ ਗਿਆ। ਆਹ ਨਹਿਰ ਤੋਂ ਦੀ ਗੱਲ ਹੈ, ਇਹ ਤਾਂ ਮੇਰੀਆਂ ਅੱਖਾਂ ਦੇਖਦੀ ਦੀ ਗੱਲ ਹੈ ਨਾ, ਜਿਹੜੀ ਗੱਲ ਹਕੀਮਤ ਆ। ਅਤੇ ਇੱਥੋਂ ਸਿੱਧੇ ਉਹ ਛੋਲੇ ਲੈ ਕੇ ਗਏ ਬੱਚਾ। ਇਸ ਤਰ੍ਹਾਂ ਜਿਹੜੇ ਦੇਵੀਦਾਸ ਦੇ ਸੀ, ਉਹਨੂੰ ਤੰਗ ਕਰਦੇ ਸੀ, ਤੰਗ ਕਰਦੇ ਸੀ, ਜੋਰ ਚੋਰੀ ਛੋਲੇ ਵੱਢ ਕੇ ਲੈਣੇ, ਆਪ ਕੰਮ ਘੱਟ ਕਰਨਾ। ਉਹ ਕੀਤੇ ਨੁਕਸਾਨ ਨੂੰ ਨਹੀਂ ਸੀ ਮੰਨਦੇ, ਸਗੋਂ ਅੱਗੇ ਲੜਨ ਵਾਸਤੇ ਤਿਆਰ ਹੋ ਜਾਂਦੇ। ਫਿਰ ਦੇਵੀਦਾਸ ਦੇ ਲੋਕ ਵੀ ਉਸੇ ਤਰ੍ਹਾਂ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਅਤੇ ਉਹਨਾਂ ਦੀਆਂ ਫਸਲਾਂ ਨੂੰ ਵੀ ਅੱਗ ਲਾ ਦਿੰਦੇ। ਕਈ ਵਾਰ ਇੱਕ ਦੂਜੇ ਨਾਲ ਲੜ ਪੈਂਦੇ। ਮੁਸਲਮਾਨ ਮਨਮਾਨੀ ਅਤੇ ਅੜੀਅਲ ਸੁਭਾਅ ਵਾਲੇ ਸਨ। ਪਿੰਡ ਦੇਵੀਦਾਸ ਦੇ ਈਸ਼ਰ ਸਿੰਘ ਅਤੇ ਹੋਰ ਆਦਮੀਆਂ ਨੇ ਆਪਣੇ ਖੇਤਾਂ ਵਿੱਚੋਂ ਟਾਲੀਆਂ ਕੱਟ ਕੇ ਲਿਆਂਦੀਆਂ। ਜਦੋਂ ਉਹ ਗੱਡੇ ਉੱਪਰ ਟਾਲੀਆਂ ਨੂੰ ਲੱਦ ਕੇ ਪਿੰਡ ਨੂੰ ਆ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਤਕੀਆ ਸ਼ਾਹ ਨਿਹਾਲ ਦੇ ਸ਼ੰਭ ਵਾਲੇ ਪਾਸੇ ਬਾਜਾ ਚੱਕ ਦੇ ਮੁਸਲਮਾਨਾਂ ਨੇ ਰੋਕ ਲਿਆ। ਉਹ ਕਹਿੰਦੇ ਇਹਨਾਂ ਟਾਲੀਆਂ ਉੱਤੇ ਸਾਡਾ ਹੱਕ ਹੈ, ਕਿਉਂਕਿ ਬਾਜਾ ਚੱਕ ਰਕਬੇ ਤੋਂ ਟਾਲੀਆਂ ਵੱਢ ਕੇ ਲਿਆਂਦੀਆਂ ਹਨ ਅਤੇ ਉਹ ਮਾਲਕ ਮਨੁੱਸੀ ਦਾ ਹੱਕ ਰੱਖਦੇ ਹਨ। ਇੱਥੇ ਸ਼ਾਹ ਨਿਹਾਲ ਦੇ ਲਾਗੇ ਬਣੇ ਚੌੜੇ ਰਸਤੇ ਦੇ ਦੇਵੀਦਾਸ ਅਤੇ ਬਾਜਾ ਚੱਕ ਦੇ ਮੁਸਲਮਾਨਾਂ ਵਿੱਚ ਲੜਾਈ ਹੋਈ। ਲੜਾਈ ਡਾਂਗਾਂ ਅਤੇ ਟਕੂਏ ਨਾਲ ਹੋਈ। ਦੇਵੀਦਾਸ ਦੇ ਲੋਕ ਟਾਲੀਆਂ ਪਿੰਡ ਦੇਵੀਦਾਸ ਲੈ ਆਏ। ਪਿੰਡ ਦੇਵੀਦਾਸ ਦੀਆਂ ਧੀਆਂ ਭੈਣਾਂ ਅਕਸਰ ਹੀ ਬਾਜਾ ਚੱਕ ਦੇ ਰਕਬੇ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਲਈ ਰੋਟੀ ਲੈ ਕੇ ਜਾਂਦੀਆਂ ਸਨ, ਜੋ ਕਿ ਉੱਥੇ ਬਲਦਾਂ ਨਾਲ ਬਹਾਈ ਕਰਦੇ ਜਾਂ ਪੱਠੇ ਲੈਣ ਗਏ ਹੋਏ ਹੁੰਦੇ ਸਨ। ਮੁਸਲਮਾਨਾਂ ਦੇ ਮੁੰਡੇ ਇਹਨਾਂ ਦੇ ਉੱਤੇ ਮਾੜੀ ਨਿਗਾਹ ਰੱਖਦੇ ਅਤੇ ਮੰਦੇ ਸ਼ਬਦ ਬੋਲਦੇ। ਇਹਨਾਂ ਕੁੜੀਆਂ ਇਹ ਗੱਲ ਆਪਣੇ ਘਰਦਿਆਂ ਨੂੰ ਦੱਸੀ। ਇਸ ਦੀ ਸ਼ਿਕਾਇਤ ਪਿੰਡ ਦੇ ਲੰਬਰਦਾਰ ਸਰਦਾਰ ਉਜਾਗਰ ਸਿੰਘ ਨੂੰ ਕੀਤੀ ਗਈ, ਜਿਨ੍ਹਾਂ ਦੇ ਸਮਝਾਉਣ 'ਤੇ ਵੀ ਮੁਸਲਮਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ। ਫਿਰ ਪਾਣੀ ਸਿਰ ਤੋਂ ਉੱਪਰ ਲੰਘਦਾ ਦੇਖ ਕੇ ਪਿੰਡ ਦੀ ਪੰਚਾਇਤ ਵਿੱਚ ਪਤਵੰਤੇ ਸੱਜਣ ਅਤੇ ਸਿਆਣੇ ਆਦਮੀਆਂ ਨੇ ਸਲਾਹ ਕੀਤੀ। ਦੇਵੀਦਾਸ ਦੇ ਲੋਕਾਂ ਨੇ ਬਾਜਾ ਚੱਕ ਦੇ ਮੁਸਲਮਾਨਾਂ ਨਾਲ ਮਿੱਠੀ ਵਿਉਂਤ ਮੁਤਾਬਿਕ ਤਲਵਾਰਾਂ, ਲਾਠੀਆਂ, ਟਕੂਏ ਨਾਲ ਲੜਾਈ ਕੀਤੀ। ਇਸ ਲੜਾਈ ਦੇ ਵਿੱਚ ਮੁਸਲਮਾਨਾਂ ਨੂੰ ਕਾਫੀ ਸੱਟ ਚੋਟ ਲੱਗੀ, ਜਿਹੜੇ ਵਿੱਚ ਮੁਸਲਮਾਨ ਸਾਰੇ ਮਾੜੇ ਨਹੀਂ ਸੀ। ਜਿਹੜੇ ਸ਼ਰਾਰਤੀ ਤੱਤ ਸੀ ਉਹ ਫਿਰ ਜਿੱਦਾਂ ਇਕੱਲੀ ਜਨਾਨੀ ਜਾਂਦੀ ਦੇਖ ਲਈ ਉਹਨੂੰ ਹੋਸਤ ਕਰਨੀ, ਉਹਨਾਂ ਨੇ ਕਈ ਵਾਰੀ ਆ ਕੇ ਦੱਸਣਾ, ਘਰ ਵੀ ਦੱਸਣਾ। ਸਾਡੇ ਜਿਹੜੇ ਪਤਵੰਤੇ ਸੱਜਣ ਉਹਨਾਂ ਨੇ ਫਿਰ ਜਾ ਕੇ ਕਹਿਣਾ, ਯਾਰ ਤੁਸੀਂ ਇੱਦਾਂ ਨਾ ਕਰੋ, ਇਕੱਠੇ ਅਸੀਂ ਰਹਿੰਦੇ ਹਾਂ। ਪਰ ਉਹ ਨਹੀਂ ਗੱਲ ਮਤਲਬ ਮੰਨਦੇ ਸੀਗੇ। ਅਤੇ ਵੀ ਇੱਕ ਫਿਰ ਸਾਡੇ ਲੋਕ ਵੀ ਉਹਨਾਂ ਦੀਆਂ ਧੀਆਂ ਭੈਣਾਂ ਨੇ, ਇਹ ਨਹੀਂ ਵੀ ਨਹੀਂ ਛੇੜਦੇ ਸੀ, ਇਹ ਵੀ ਛੇੜਦੇ ਸੀ। ਇੱਕ ਤਾਂ ਹੁੰਦਾ ਵੀ ਨਹੀਂ ਛੇੜਦੇ, ਜਿੱਦ ਪੈ ਬਸ ਬਿੱਲਾ ਵੀ ਜਿੱਦਾਂ ਮੈਂ ਉਹਨਾਂ ਨੇ ਕਰ ਦਿੱਤਾ ਸ਼ਰਾਰਤ ਕੀਤੀ, ਫਿਰ ਉਹਦੇ ਮਤਲਬ ਬਦਲਾ ਲੈਣ ਲਈ ਅਸੀਂ ਇੱਕ ਦੂਜੇ ਦੇ ਵਿੱਚ ਬਦਲਾ ਲਿਆ।
रोटी खाण पीने का एक सीगा बड़े वधिया मिलते ही पर शरारती तत्तां ने इन्हां नूं ना हमले का कारण बनिया। ये तीन वारी फौजदारी हुई बहुत सट्टां लगियां करमचंद ने उन्हें लड़े पहले फौज तो लड़ाई करमचंद ने बरछे मारे अली अहमद उहदा नां सी बड़ा जवान बंदा कहिंदा तो वह भी भाई तीन बरछियां खा के भी तुर के आ गया सी तीजी बरछी करमू तो कढ नहीं सोई तो वह इहदे हाथ फड़ के लैके आ गया। मैं तो शिवदास उत्थे खत्ते सीगे मलकीत दा पी ननोह शिवदास असी देखिया मम्मू सैन सट्टां लगियां सिर फड़िया इदा फड़ के तो तीवियां दुध पाउण डई वो हुण जामण परों वड्डी है वो मम्मू सैन की बचा वे मैं दे मम्मू सैन जानदा काके जानदा अली अहमद जानदा तानू जानदा फजे जानदा फिर आप फकीर इत्थे सी मेरे नाल पढ़दा हुंदा अल्लाह दित्ता रहमतली चिंगड़ दारी फिर वो घटना हुई भी और नजीर ना बंदे मारे कुटिया उन फिर लेंदा इत्थे आके फिर गल फिर वो मगर दौड़ साढ़े पिंड 25-26 बंदे कट्ठे रेंदे हुंदे सी बाड़ी उस साल सारे चाहे किला चाहे दो किले कट्ठे ने बड़ी असी भी साढ़े नाल भी मेरी माँ मेरे पे दे भी उन्होंने छोटा मारियां मैं फिर रो पाया रौली पाई तो फिर साढ़े पिंड के बंदे लग के किला कबाड़ते इधरले पास इन्होंने फिर जाके उत्थे ना दौड़ मारी वो फिर सदरपुर जा बढ़िया। पिंड देवीदास के लोगों को इस लड़ाई में घट सट चोट लगी। ये लड़ाई मिठी व्योंत मुताबिक की गई सी। इस लड़ाई तो बाद बायाचक के लोगों अंदर बदले की भावना पैदा हो गई। वो मुसलमान जोड़े बच किए थे ना ये बड़े हरामदे सी अगे जबरदस्ती करते जान के फसल छोले छाले पक्के सारे पटराने डरते नहीं सी तो साढ़े पिंड गए थे आक कहते भी एक बार जो होना होना इन्होंने हम सीधे करना उदों तो ला के फिर बच्चा को भाजू पीता। दूजे पास भारत पाकिस्तान की वंड हो रही सी। लोग एक दूजे के खून के प्यासे हो चुके सन। खुडे कराले पिंड होर पिंड सिखा ने मुसलमाना के पिंड लुट के उन्होंने अग लगा दी। एक जड़ी रेल सी उस वे मुकेरिया तक जाती सी और मुकेरिया तो इंजन उल्टा के फिर लाके वापस रेल जी आती सी। एक मुकेरिया तो ट्रेन चली जिद बहुत सारे मुसलमान लोग सी तो उन्होंने मुसलमाना दे इत्थे जो खुडे स्टेशन ते आई है तो उस रे ट्रेन नू रोकया लग गया और उदे विच बहुत सारी कतलोगारत हुई। उदे विच कुछ बंदे बचे संत महाराज जी ने उस वेले उन्होंने कहा भी देखो इन्हों कैंप में पहुँचा दियो तो मजहबी जनून इन्ना भड़किया सी भी जोड़े उस वेले के बंदे से उन्होंने इस गल मनिया नहीं तो उन्होंने बंदू कट्ठिया कोई 13-14 बंदे पिंड तो कोई 2-2.5-3 किलोमीटर थले शंभ चल जाके उन्होंने समोक तौर पर उन्होंने कतल कर दिता गया। ये सारिया गलां बातें मैं गुरु जी दसते सी। हाँ इसे ही एक कहानी बड़ी इस पिंड ना वापरी कि इतने ट्रेन का कतलोगारत हुई खुडे स्टेशन पर और दूजी घटना इतों ये वापरी कि म्याणी मुसलमाना का बहुत बड़ा कैंप से इस इलाके के लोग कट्ठे होए कट्ठे होकर इन्होंने कहा भी असी म्याणी नूं लुटना जां तल्ला मद्दा वगैरह गिलजियां ये सारे मुसलमानों के पिंड से इन्हां लुटन वास्ते लोग कट्ठे होए जिस को सिर उपर तो स्वामी सोजू कैसा पावै इस तरह का उस वेले महाराज का वाक आया। महाराज ने उन्होंने लोगों को कहा भी तुसीं इदां करो अज वाक उन्होंने हक में जाता भी अज तुसीं हमला ना करो ना जाओ। लोग मन्ने नहीं कहिंदे असीं अज तां अरदासा करके तुरे असीं ते जाणे जाणा तकरीबन कोई 800,000 की गिनती विच बंदा जड़ा सीगा इत्थों बोले सोने वाले जकारे बोलदे और जिन्हां विच बहुते सारे लुटेरियां दा रूप धारण कीता सी आरियां कुहाड़ियां और थोड़े तेसे उहनां कोल सी दरवाजे वढ के किवें लुट के लिआउणा तो महाराज दे रोकण दे भी वे महाराज दा अज बाग तुहाडे हक विच नहीं तुसीं ना जाओ वो लोग चले गए। डफर तो चढ़ते पासे सिखां ते हिंदुआं ने मुसलमानां दा बहुत वड्डा कतलेआम कीता। कतल किए गए मुसलमानों की गिनती लगभग 2500 के करीब सी। बच्चे बुढ़े किसी नूं नहीं बख्शिया बाकी सब नूं मार के उन्हां दियां जवान कुड़ियां नूं अपने कोल रख लिया। कुछ जिहड़े लोग खुडे कराले तो तंग हो के आए सीगे वह भी इन्हां दे इत्थे आ के लोग इहदी आबादी दे विच रल गए। डफर वल उधर लोग बहुत वड्डे डफर के उपरले पिंडां वल उधर जट्टां ने इकट्ठ करके हिंदुओं ने इकट्ठ करके घट्टो घट्ट उत्थे 1500-2000 तो भी लगभग बंदा उधर वढ़िया उहदे विचों भी जिहड़े बंदे बचे सी वह भी इधर इकट्ठ होया इस करके
कई कारण बने जिहड़े देवीदास दे उपर हमले का कारण बने। दसूए विच मुसलमानां दे पिंडां उपर सिखां दे वधदे होए हमले देख के ये लोग घर बार छड के मुकेरियां हल्के दे पिंड खानपुर उमरपुर साहिब दा पिंड इन्हां विच आ के पनाह लैण लग पए। इस इलाके विच मुसलमानां दी गिनती बहुत ज़्यादा सी। अपने नाल होए जुलम दी कहानी इन्हां लोकां ने मुकेरियां दे मुसलमानां नूं दसी, जिन्हां अंदर गैर मुसलमानां लई नफरत होर वध गई। मौके दे हालातां नूं देखदे होए पिंड बाजा चक दे लोग दिन वेले पिंड रहिंदे अते रात नूं उमरपुर साहिब दा पिंड अते अलीपुर पिंड नूं चले जांदे। रात नूं इस पिंड विच कोई ना होण ते पिंड देवीदास दे कुछ लोकां ने अपने पुराने बदले लैण लई देवीदास दे दक्खण वाले पासे जिथे वड्डा रस्ता है जो टीरकियाणी नूं जांदा है उत्थे मुसलमान फकीरां दे घर सन। देवीदास दे कुछ लोकां ने इत्थे मुसलमानां दे घरां नूं अग लगा दित्ती, घरां नूं लुट्टिया, उन्हां दे गहने दाणे अते डंगर लुट लै गए, जिस मगरों पिंड टीरकियाणी दे नंद सिंह ने अपनी बंदूक लई अते अपने कुछ साथियों नूं नाल लै के बाजा चक नूं दिन दिहाड़े लुटना शुरू कर दिता, जिस विच कुछ लोग देवीदास दे वी सन, जिस नाल इलाके दे मुसलमानां अंदर बहुत गुस्सा भर गया। पिंड देवीदास ते बाजा चक वालियां दी टसलबाजी बहुत वध गई सी। ये मुसलमान अपने परिवार जिहड़े सी बच्चे जनानियां उमरपुर साहब दे पिंड अलीपुर पिंड जिथे इन्हां दी रिश्तेदारी सी जां जान पहचान सी उत्थे छड आए सीगे। इन्हां नूं इह हो गया सी वी साडे बच्चियां दा नुकसान जनानियां दा नुकसान ना होवे। तो रात नूं मुसलमान भी जिहड़े सी उह भी अपने इन्हां पिंडां विच चल जांदे सी ते दिन वेले बाजा चक आ जांदे सीगे। उस तों बाद की होया वी साडे बंदियां ने इत्थे देवीदास दे दक्खण वाले पासे थोड़े जिहे फकीरां दे घर सीगे उत्थे इन्हां ने अग ला दित्ती। उन्हां दे हुंदे उह इत्थों गए नहीं, जदों उन्हां दूए दिन आ के देखिया वी लावे साडे घरां नूं इत्थे अग ला दित्ती आ। फिर एक टेरकियाणे तों सीगे आदमी, उन्हां ने बंदूक लै के दिने लुट्टण पै गए। देवीदास वाले पिंड भी बाजे चक दे नाल गए उत्थे ते जाके पिंड वासियां नूं लुट्टिया, क्यों पिंड विच तां है नहीं कोई, उन्हां दे घरां नूं लुट्टिया, खूब लुट्टिया इन्हां ने। क्यों जदों ये कारण होया लुट्टण तों बाद तो मुसलमान तां इत्थे ही सीगे सारे, उन्हां नूं बहुत गुस्सा आया वी इन्हां ने साडे नाल इन्नी बधीकी कीती। क्यों इन्हां दी आपो विच पुराणी रंदत सीगी वी एक दूजे दा नुकसान करना, एक दो मिस के लड़ाइयां इन्हां दीआं होईआं, जिहड़ा वड्डा कारण इह सी। मुकेरियां शहर विच उस समय मुसलमानां दी गिनती बहुत ज़्यादा सी, लगभग 84 पिंड मुसलमानां दे सन। इन्हां लोकां दा उमरपुर पिंड विच भारी इकट्ठ होया। दूरों दूरों डोगरे मुसलमान, राजपूत मुसलमान ते अवान मुसलमान इकट्ठे होए। वह मुकेरियां बाजारां विच जुलूस करदे ते पाकिस्तान जिंदाबाद दे नारे लाउंदे सन, क्योंकि वह लोग ये मानते सन कि लाहौर नहीं फिलौर तक पाकिस्तान बनेगा। गुरदासपुर का अद्धा एरिया तो हुण भी पाकिस्तान विच है। उन्हां मुताबिक तहसील दसूआ अते मकेरियां ये पाकिस्तान विच चले जाणगे, क्योंकि इत्थे देश की बनदे नियम अनुसार मुसलमान आबादी ज़्यादा है। उन्हां नूं ये लगता सी उस टाइम के मुसलमानां नूं भी जिहड़ी मकेरियां हलका जां गुरदासपुर हलका साडी आबादी है इत्थे ज़्यादा हैगी आ, ये पाकिस्तान दे विच जानी आ, ते इस करके असीं अपने एरिए दे विचों जिहड़े मुसलमान आ मुसलमानां दा ज़्यादा इकट्ठ इत्थे साडा हैगा ते सिखां नूं इत्थों वढ टोक के खत्म किया जाए। मुकेरियां थाने हल्के विच सिख हिंदुआं ते होर लोकां दी आबादी सिर्फ पिंडां विच ही सी, जिन्हां विच पंघाले वाले पासे मंझपुर गुरदासपुर लतीफपुर जंडपाल हयातपुर कोटली छन्नी नंद चनौर नशहरा पत्तन पलाकी पुराणा पंघाला आदि, ते दूजे पासे थोड़े जिहे पिंड लमीन पंडोरी देवीदास एमा मांगट सदरपुर टेरकियाणा हिम्मतपुर उच्ची वसी धनोआ आदि। उन्हां मुताबिक जेकर इन्हां सिखां दे पिंडां नूं खत्म कर दिता जाए तो बाकी मुसलमान पिंड रह जाणगे, जिस विच उस समय मकेरियां शहर के थानेदार ने भी इन्हां दा साथ दिता जो कि खुद भी एक मुसलमान सी। उन्हां मिल के मुकेरियां अंदर आउंदे गैर मुसलमान लोकां नूं तंग करना शुरू कर दिता। मुकेरियां थानेदार दे इस वर्ताओ की शिकायत पिंड देवीदास दे लंबरदार सरदार उजागर सिंह ने इलाके दे होर पतवंते सज्जणां नूं नाल लै के हुशियारपुर दे हिंदू डीसी नूं कीती। डीसी साहिब ने मकेरियां दे थानेदार की बदली करके उसनू हाजीपुर भेज दिता, जिस कारण वह थानेदार
ਪਿੰਡ ਦੇਵੀ ਦਾਸ ਦੇ ਨਾਲ ਖਾਰ ਰੱਖਣ ਲੱਗ ਪਿਆ। ਮੁਕੇਰੀਆਂ ਅੰਦਰ ਹੋ ਰਹੀ ਸੀ ਘਟਦੀ ਸੀ ਆਈ ਡੀ ਦਿੱਲੀ ਦਰਬਾਰ ਤੱਕ ਵੀ ਪਹੁੰਚ ਚੁੱਕੀ ਸੀ ਕਿ ਮੁਕੇਰੀਆਂ ਵਿੱਚ ਕੋਈ ਵੱਡੀ ਵਾਰਦਾਤ ਹੋਣ ਜਾ ਰਹੀ ਹੈ। ਉਸ ਸਮੇਂ ਦਿੱਲੀ ਵਿੱਚ ਮੌਕੇ ਦੇ ਮੌਜੂਦਾ ਆਈ ਜੀ ਸਾਧੂ ਰਾਮ ਸਨ, ਜੋ ਕਿ ਪਿੰਡ ਲੱਲਣਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਉਹਨਾਂ ਕੋਲ ਖੁਫੀਆ ਖਬਰ ਪਹੁੰਚ ਚੁੱਕੀ ਸੀ ਕਿ ਮੁਕੇਰੀਆਂ ਅੰਦਰ ਮੁਸਲਮਾਨਾਂ ਦੁਆਰਾ ਗੈਰ ਮੁਸਲਿਮ ਪਿੰਡਾਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਹੈ। ਉਹਨਾਂ ਇਸ ਦੀ ਜਾਣਕਾਰੀ ਮੁਕੇਰੀਆਂ ਅੰਦਰ ਪੈਂਦੇ ਸਾਰੇ ਹੀ ਗੈਰ ਮੁਸਲਿਮ ਪਿੰਡਾਂ ਦੇ ਮਹੁੱਤਵਾਰਾਂ ਤੱਕ ਪਹੁੰਚਾ ਦਿੱਤੀ ਅਤੇ ਉਹਨਾਂ ਨੂੰ ਚਕੰਨਾ ਕਰ ਦਿੱਤਾ ਕਿ ਜਾਂ ਤਾਂ ਤੁਸੀਂ ਆਪਣਾ ਬਚਾਅ ਕਰ ਲਓ ਜਾਂ ਤੁਸੀਂ ਇਹ ਇਲਾਕਾ ਛੱਡ ਦਿਓ। ਇਸ ਦੀ ਜਾਣਕਾਰੀ ਡੇਰਾ ਗੁਰੂ ਸਰ ਖੁੱਡੇ ਦੇ ਮਹੰਤ ਸੰਤ ਲਾਲ ਸਿੰਘ ਜੀ ਨੇ ਪਿੰਡ ਦੇਵੀਦਾਸ ਦੇ ਲੰਬੜਦਾਰ ਸਰਦਾਰ ਉਜਾਗਰ ਸਿੰਘ ਤੱਕ ਵੀ ਪਹੁੰਚਾਈ ਕਿ ਮੁਸਲਮਾਨਾਂ ਨੇ ਹਮਲੇ ਦੀ ਸ਼ੁਰੂਆਤ ਤੁਹਾਡੇ ਪਿੰਡ ਤੋਂ ਹੀ ਕਰਨੀ ਹੈ। ਇਹ ਖਬਰ ਮਿਲਦੇ ਹੀ ਪਿੰਡ ਦੇਵੀਦਾਸ ਦੇ ਲੋਕ ਅਤੇ ਸਰਦਾਰ ਉਜਾਗਰ ਸਿੰਘ ਨੇ ਪਿੰਡ ਦੇਵੀਦਾਸ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਵਿੱਚ ਰਾਤ ਨੂੰ ਠਿੱਕਰੀ ਪਹਿਰੇ ਲੱਗਦੇ ਅਤੇ ਪਹਿਰੇ ਦੇਣ ਵਾਲਿਆਂ ਉੱਪਰ ਵੀ ਛਾਪਾਮਾਰ ਪਹਿਰੇਦਾਰ ਸਨ ਤਾਂ ਜੋ ਕੋਈ ਵੀ ਪਹਿਰਾ ਦੇਣ ਤੋਂ ਕੁਤਾਈ ਨਾ ਕਰ ਸਕੇ। ਪੂਰੇ ਪਿੰਡ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਸੀ। ਲੋਕਾਂ ਨੇ ਆਪਣੇ ਬਚਾਅ ਲਈ ਮੁਸਲਮਾਨ ਲੋਹਾਰ ਖਵਾਜੇ ਕੋਲ ਤਲਵਾਰਾਂ ਬਰਛੀਆਂ ਅਤੇ ਹੋਰ ਹਥਿਆਰ ਤਿਆਰ ਕਰਾਉਣੇ ਸ਼ੁਰੂ ਕੀਤੇ। ਇਹ ਖਵਾਜਾ ਲੋਹਾਰ ਕਸ਼ਮੀਰ ਤੋਂ ਉੱਜੜ ਕੇ ਆਇਆ ਸੀ, ਜਿਸ ਨੂੰ ਇਸ ਪਿੰਡ ਨੇ ਪਨਾਹ ਦਿੱਤੀ। ਉਸ ਦਾ ਅਤੇ ਪਿੰਡ ਵਾਸੀਆਂ ਦਾ ਬਹੁਤ ਪਿਆਰ ਸੀ। ਉਸ ਨੇ ਦਿਨ ਰਾਤ ਕੰਮ ਕਰਕੇ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਤਿਆਰ ਕਰਨੇ ਸ਼ੁਰੂ ਕੀਤੇ। ਆਪਣੇ ਬਚਾਅ ਲਈ ਖਵਾਜਾ ਲੋਹਾਰ, ਸਰਦਾਰ ਮਾਧੋ ਰਾਮ, ਸਰਦਾਰ ਕਪੂਰ ਚੰਦ, ਸਰਦਾਰ ਕਰਮ ਚੰਦ, ਸਰਦਾਰ ਛੱਜੂ ਰਾਮ, ਸਰਦਾਰ ਉਜਾਗਰ ਸਿੰਘ ਅਤੇ ਉਹਨਾਂ ਦੇ ਭਰਾ ਸਰਦਾਰ ਜਸਵੰਤ ਸਿੰਘ ਨੇ ਬੰਦੂਕਾਂ ਵਾਸਤੇ ਗੋਲੀ ਸਿੱਕਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਛੋਟੇ ਬੰਬ ਵੀ ਆਪਣੇ ਰੱਖਿਆ ਲਈ ਖਰੀਦੇ। ਪਿੰਡ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਪਹਿਲਾਂ ਹੀ ਨੁਕਸਾਨ ਤੋਂ ਬਚਾਉਣ ਲਈ ਉਹਨਾਂ ਨੂੰ ਦਸੂਏ ਅਤੇ ਵੱਧ ਗਿਣਤੀ ਸਿੱਖਾਂ ਦੇ ਪਿੰਡਾਂ ਅੰਦਰ ਛੱਡ ਆਏ। ਮੇਰਾ ਨਾਂ ਜੀ ਧਰਤ ਰਾਮ ਆ, ਪਿੰਡ ਮੇਰਾ ਦੇਵੀਦਾਸ ਆ, ਪੇ ਮੇਰੇ ਨਾਲ ਨਿਕੂ ਰਾਮ। ਮੇਰੀ ਉਮਰ ਉੱਦਾਂ 24 ਸਾਲ ਦੀ ਸੀ। ਵਿਆਹ ਮੇਰਾ ਹੋਇਆ ਸੀ, 8-9 ਦਿਨ ਮੇਰੀ ਜਨਾਨੀ ਰਹਿ ਕੇ ਗਈ ਘਰੋਂ, ਮੈਂ ਕਿਹਾ ਚਲੇ ਗਿਆ, ਰੌਲਾ ਪੈ ਗਿਆ। ਬਾਕੀ ਪਿੰਡ ਵਾਸੀਆਂ ਨੇ ਇਹ ਸਲਾਹ ਕੀਤੀ ਕਿ ਜੇਕਰ ਪਿੰਡ ਉੱਪਰ ਹਮਲਾ ਹੁੰਦਾ ਹੈ ਤਾਂ ਇਹ ਹਮਲੇ ਦਾ ਮੁਕਾਬਲਾ ਇੱਕ ਜਗ੍ਹਾ ਇਕੱਠੇ ਹੋ ਕੇ ਕੀਤਾ ਜਾਵੇ। ਇਸ ਲਈ ਉਸ ਸਮੇਂ ਸਰਦਾਰ ਉਜਾਗਰ ਸਿੰਘ ਦੀ ਹਵੇਲੀ ਨੂੰ ਚੁਣਿਆ ਗਿਆ, ਕਿਉਂਕਿ ਉਸ ਸਮੇਂ ਪੂਰੇ ਪਿੰਡ ਅੰਦਰ ਇਹ ਹੀ ਇੱਕ ਪੱਕਾ ਘਰ ਸੀ। ਬਾਕੀ ਸਭ ਦੇ ਕੱਚੇ ਘਰ ਸਨ। ਚੁਆਰੇ ਉੱਪਰ ਮਿੱਟੀ ਦੇ ਬੋਰੇ ਭਰ ਕੇ ਕਿਲੇਬੰਦੀ ਕੀਤੀ ਗਈ। ਮਕਾਨ ਦੀ ਛੱਤ ਉੱਪਰ ਸ਼ਤੀਰੀਆਂ ਨੂੰ ਰੱਖਿਆ ਗਿਆ ਤਾਂ ਜੋ ਹਮਲੇ ਦੌਰਾਨ ਇਹਨਾਂ ਨੂੰ ਹੇਠਾਂ ਸੁੱਟ ਕੇ ਦੁਸ਼ਮਣ ਦਾ ਰਸਤਾ ਰੋਕਿਆ ਜਾਵੇ। ਚੁਆਰੇ ਦੀ ਛੱਤ ਉੱਪਰ ਪੱਥਰ, ਕੱਚ ਦੀਆਂ ਬੋਤਲਾਂ ਅਤੇ ਰੋੜੇ ਰੱਖੇ ਗਏ ਤਾਂ ਜੋ ਗੋਲੀ ਸਿੱਕਾ ਖਤਮ ਹੋਣ 'ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। 21 ਅਗਸਤ 1947 ਦਿਨ ਵੀਰਵਾਰ ਦੇ ਸਵੇਰੇ 10 ਵਜੇ ਪਿੰਡ ਦੇਵੀਦਾਸ, ਮਾਖਾ, ਲਗਾਹਾਂ, ਉਮਰਪੁਰ, ਸਾਹਿਬ ਦਾ ਪਿੰਡ ਅਤੇ ਅਲੀਪੁਰ, ਇਹਨਾਂ ਪਿੰਡਾਂ ਦੇ ਮਹੁੱਤਵਾਰ ਲੋਕ ਪਿੰਡ ਟੇਰਕਿਆਣੇ ਵਿੱਚ ਸ਼ਾਂਤੀ ਦੇ ਲਈ ਇਕੱਠੇ ਹੋਏ। ਮੁਸਲਮਾਨ ਅਤੇ ਸਿੱਖਾਂ ਦੇ ਵਿਚਕਾਰ ਗੱਲਬਾਤ ਹੋਈ ਕਿ ਇੱਕ ਦੂਜੇ ਉੱਪਰ ਹਮਲਾ ਨਹੀਂ ਕਰਾਂਗੇ। ਦੋਵੇਂ ਧਿਰਾਂ ਇਸ ਗੱਲ 'ਤੇ ਰਾਜ਼ੀ ਹੋ ਗਈਆਂ। ਪਿੰਡ ਦੇਵੀਦਾਸ ਤੋਂ ਵਰਿਆਮ ਸਿੰਘ ਅਤੇ ਲੱਭੂ ਰਾਮ, ਪਿੰਡ ਮਾਖੇ ਤੋਂ ਆਲੂ ਮੁਸਲਮਾਨ, ਸਾਹਿਬ ਦੇ ਪਿੰਡ ਤੋਂ ਪੀਰ ਮੁਹੰਮਦ, ਪਿੰਡ ਲਗਾਹਾਂ ਤੋਂ ਸੁਲਤਾਨ ਅਤੇ ਹੋਰ ਵਿਅਕਤੀ ਸਨ। ਟੇਰਕਿਆਣੇ ਦੇ ਲੋਕ ਖੁਸ਼ਹਾਲ ਸਿੰਘ, ਠਾਕਰ ਸਿੰਘ ਕੋਰਚੱਕੀਆ, ਗੋਪਾਲ ਸਿੰਘ, ਚੌਧਰੀ ਹੁਕਮਰਾਮ, ਜੀਣ ਸਿੰਘ, ਸ਼ੇਰ ਸਿੰਘ, ਗੁਰਬਚਨ ਸਿੰਘ ਅਤੇ ਹੋਰ ਲੋਕ ਸਨ। ਪਿੰਡ ਦੇਵੀਦਾਸ ਅੰਦਰ ਸਰਦਾਰ ਉਜਾਗਰ ਸਿੰਘ ਲੰਬੜਦਾਰ ਨੂੰ ਪਿੰਡ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ। ਉਜਾਗਰ ਸਿੰਘ ਖੁਦ ਵੀ ਪਿੰਡ ਨੂੰ ਕਦੇ ਵੀ ਸੁਣਨਾ ਨਹੀਂ ਸੀ ਛੱਡਦੇ। ਲੰਬੜਦਾਰ ਉਜਾਗਰ ਸਿੰਘ ਸ਼ੁਰੂ ਤੋਂ ਹੀ ਦੱਸਦੇ ਆ ਕਿ ਜਵਾਨੀ ਵੇਲੇ ਤੋਂ ਹੀ ਬਹੁਤ ਦਲੇਰ ਸਨ, ਕਿਉਂਕਿ ਉਹਨਾਂ ਨੇ ਭਾਰਤੀ ਫੌਜ ਵਿੱਚ ਵੀ ਨੌਕਰੀ ਕੀਤੀ ਹੋਈ ਸੀ ਅਤੇ ਇਲਾਕੇ ਵਿੱਚ ਉਹਨਾਂ ਨੇ ਆਪਣਾ ਚੰਗਾ ਨਾਂ ਅਸਰ ਰਸੂਖ ਬਣਾਇਆ ਹੋਇਆ ਸੀ। ਬੰਦੂਕ ਚਲਾਉਣੀ ਅਤੇ ਹੋਰ ਹਥਿਆਰ ਚਲਾਉਣੇ ਉਹਨਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਸੀਗੀ। ਜਿਸ ਤਰ੍ਹਾਂ ਕਿ ਮੁਸਲਮਾਨਾਂ ਵਿੱਚ ਵੀ ਸੀਗਾ ਕਿ ਇਸ ਪਿੰਡ ਨੂੰ ਸਿਰਫ ਇੱਕ ਜੇ ਸਾਨੂੰ ਰੋਕ ਸਕਦਾ ਹੈ ਤਾਂ ਨੰਬਰਦਾਰ ਉਜਾਗਰ ਸਿੰਘ ਹੀ ਰੋਕ ਸਕਦਾ ਹੈ, ਅਤੇ ਇਸ ਲਈ ਉਹ ਕਿਸੇ ਵੀ ਆਨੇ ਬਹਾਨੇ ਨੰਬਰਦਾਰ ਸਰਦਾਰ ਉਜਾਗਰ ਸਿੰਘ ਉਹਨਾਂ ਨੂੰ ਪਿੰਡ ਤੋਂ ਬਾਹਰ ਸੱਦਣਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਕਈ ਵਾਰੀ ਸ਼ਾਂਤੀ ਵਾਰਤਾ ਦੇ ਨਾਂ ਉੱਤੇ 2 ਜਾਂ 3 ਵਾਰੀ ਮੀਟਿੰਗ ਵੀ ਰੱਖੀ ਪਿੰਡ ਟੇਰਕਿਆਣਾ ਵਿੱਚ, ਜਿੱਥੇ ਉਹ ਚਾਹੁੰਦੇ ਸਨ ਕਿ ਨੰਬਰਦਾਰ ਉਜਾਗਰ ਸਿੰਘ ਉੱਥੇ ਚਲਾ ਜਾਵੇ ਅਤੇ ਅਸੀਂ ਪਿੰਡ ਨੂੰ ਪਿੱਛੋਂ ਜਿਹੜਾ ਜਿੱਤਣਾ ਸਾਡੇ ਲਈ ਬਹੁਤ ਸੌਖਾ ਹੋ ਜਾਵੇਗਾ। ਪਰ ਜੋ ਕਿ ਜਿੰਨੀ ਕੁ ਸਾਨੂੰ ਜਾਣਕਾਰੀ, ਕਿਉਂਕਿ ਸਾਨੂੰ ਸ਼ੌਂਕ ਸੀ, ਅਸੀਂ ਬਚਪਨ ਵਿੱਚ ਦਾਦਾ ਜੀ ਤੋਂ ਇਹੋ ਜਿਹੀਆਂ ਗੱਲਾਂ ਸੁਣਦੇ ਰਹਿੰਦੇ ਹੁੰਦੇ ਸੀ, ਉਹਨਾਂ ਸਾਨੂੰ ਦੱਸਿਆ ਕਿ ਸਾਨੂੰ 2-3 ਵਾਰੀ ਮੈਨੂੰ ਟੇਰਕਿਆਣਾ ਪਿੰਡ ਵਿੱਚ ਸ਼ਾਂਤੀ ਵਾਰਤਾ ਲਈ ਸੱਦਿਆ ਗਿਆ,
पर मैं उत्थे जाण तों सख्त मना कर दिता ते अपने होर दो तीन बंदियां दी ड्यूटी लाई कि तुसीं उत्थे जा के आवो, जदकि मैं पिंड दी रक्षा लई मैं पिंड विच ही रहना पसंद करा। पिंड टेर के आणे अंदर अलग अलग पिंडां दे इकट्ठ दी चल रही शांति सभा विच ये सहमति बनाई गई कि असी एक दूजे उपर हमला नहीं करांगे। ये शांति सभा दोपहर दे 3 बजे तक चली। इस तो अलग सदरपुर, देवीदास, टेरकियाणा ते धनोआ पिंडां दे मोहतवारां ने एक दूजे दे पिंड दे मोहतवारां विच ये विचार होई कि सानू इन्हां मुसलमानां उपर इतवार नहीं करना चाहीदा। ये लोग अक्सर ही कसमां खा के मुकर जांदे हन। जेकर साडे पिंड विचों किसी एक उपर भी हमला हुंदा है तां बाकी पिंड उसकी मदद लई आउणगे। दूजे पासे मुसलमानां ने पिंड टेरकियाणे अंदर शांति सभा बुला के चाल खेडी। इन्हां पिंडां दा सारा ध्यान शांति विच लगा के दूजे पासे पिंड उमरपुर विच जुड़ना शुरू कर दिता। पिंड उमरपुर विच वीरवार दे दिन मुसलमानां दा भारी इकट्ठ होया, जिथे सवेरे 10 बजे दे करीब ये सलाह की गई कि सब तो पहला पिंड धनोआ, फिर हिम्मतपुर, टेरकियाणा, देवीदास ते सदरपुर उपर हमला करना है। इस इकट्ठ अंदर पिंड बायाचक दे मुसलमान भी गए हुए सन, जो कि अपनी पुरानी दुश्मनी दे कारण पिंड देवीदास दे लोकां तों बदला लैना चाहुंदे सन। उहनां दे कहिण उपर पहला हमले लई पिंड देवीदास नूं चुण लिया गया। फिर ये फैसला किया गया कि देवीदास तों हुंदे टेरकियाणा, हिम्मतपुर, धनोआ इन्हां पिंडां नूं रात दे हनेरे विच ख़त्म किया जाएगा। जदों ये लोग सुते होंगे इन्हां उपर हमला करके इन्हां नूं संभलन का मौका भी नहीं दिता जाएगा और रात होने कारण इन्हां नूं किसी प्रकार की मदद भी नहीं पहुँचेगी। रात के समय ये कारा कौन कर गया किसी नूं भी नहीं पता चलेगा। फिर अगले दिन 22 अगस्त की सवेर नूं खानपुर विच इकट्ठे होकर जित का जश्न मनावांगे। उन्हां हमले तो पहला तकरीबन 100 गावां नूं वढ़ किरपाना की ढाल देखी गई। इन्हां गावां का मीट अगली सवेर उन्हां जित दे जश्न विच खाना सी। इस इकट्ठ विच उच्ची वसी रेलवे स्टेशन दे लागे रहिंदे 2 सके मिलंग भरा भी आए सन। उच्ची वसी जिथे हुण रेलवे स्टेशन दे लहिंदे पासे तकिया है, उस थां अंग्रेज़ अक्सर ही शिकार खेडण अते शराब पीण आउंदे सन, जिन्हां दीआं 2 पक्कियां बंदूकां इन्हां मिलंगां कोल सन। इन्हां विचों एक मिलंग पिंड देवीदास अक्सर ही आउंदा जांदा रहिंदा सी। उसने ही पिंड उपर हमले की व्योंत बनाई कि किवें पिंड उपर हमला करना है, किस पास्यों हमला करना है, पिंड नूं कित्थों कित्थों मदद मिल सकती है। असीं सुणिआ सी कहिंदे मलंग कोई छाया, वह बंदा सी जागर लंबर दे आया तो मैं उन्हें मिलन गया, मलंग आया मलंग आया। तो फिर जागर लंबर कहिंदा मलंगा तू नहीं सी आउणा, कहिंदा मानना मैं नहीं आया। लंबर कहिंदा तू आया तो वह गोली लगी सी इत्थों मलंग नूं, वो देखो अंग्रेज़ आउंदे ते शराब शूब पींदे ते उहदे घर आते नहीं होंदे अंग्रेज़, शिकार खेडदा सी। ਉਹ ਵੀ ਨਾਲ ਹਮਲੇ 'ਚ ਆਇਆ, ਉਹ ਵੀ ਆਇਆ, ਉਹਨੂੰ ਪਤਾ ਸੀ, ਉਹਨੇ ਸਾਰੇ ਨੇ ਸਾਰੀ ਪ੍ਰਪੋਜ਼ਲ ਬਣਾਈ ਸੀ, ਮਤਲਬ ਉਹਨੂੰ ਸਾਰੇ ਪਿੰਡ ਦੇ ਬਾਰੇ ਜਾਣਕਾਰੀ ਸੀ। ਉਹ ਇੱਥੇ ਆਉਂਦਾ ਜਾਂਦਾ ਨਹੀਂ ਸੀ ਬਹੁਤ, ਕਿੱਦਾਂ ਕਿੱਦਾਂ ਕਿੱਥੇ 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 ਕਿਹਦਾ ਕਿਹਦਾ ਕਿੱਥੇ ਕਿੱਥੇ, ਹਾਂ ਉਹ ਸਾਰਾ ਪਤਾ ਸੀ, ਉਹਨੂੰ ਜਾਣਕਾਰੀ ਬਿਲਕੁਲ ਸੀ, ਪੂਰੀ ਸੀ। ਇਹਨਾਂ ਤੋਂ ਬਿਨਾਂ ਹਾਜੀਪੁਰ ਥਾਣੇ ਤੋਂ 2 ਬਾਗੀ ਪੁਲਿਸ ਵਾਲੇ ਵੀ ਇਸ ਇਕੱਠ ਵਿੱਚ ਆਏ ਜਿਨ੍ਹਾਂ ਕੋਲ ਬੰਦੂਕਾਂ ਸਨ। ਪਿੰਡ ਅਲੀਪੁਰ ਦੇ 2 ਮੁਸਲਮਾਨਾਂ ਕੋਲ ਵੀ ਬੰਦੂਕਾਂ ਸਨ ਜੋ ਇਸ ਇਕੱਠ ਵਿੱਚ ਮੌਜੂਦ ਸਨ। ਬਾਕੀ ਸਭ ਤੋਂ ਬਰਛੇ, ਤਲਵਾਰਾਂ, ਟਕੂਏ, ਡਾਂਗਾਂ ਆਦਿ ਸਨ। ਹਮਲਾਵਰ ਦੇਖੋ ਖੁੱਡੇ ਵੱਲੋਂ ਵੀ ਆਏ ਬਹੁਤ, ਇੱਕ ਆਬਾਦੀ ਇੱਧਰ ਥਾਣੇ ਮਕੇਰੀਆਂ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਸੀ, ਇਕੱਠ ਬਹੁਤ ਭਾਰੀ ਹੋਇਆ ਇੱਥੇ। ਅਤੇ ਜਿਹੜੀ ਇਹਨਾਂ ਦੀ ਇੱਕ ਗਿਣੀ ਵੀ ਸੀ ਸਕੀਮ ਸੀਗੀ, ਸਕੀਮ ਇਹ ਸੀ ਵੀ ਦੇਵੀਦਾਸ ਦੇ ਉੱਪਰ, ਟੇਰਕਿਆਣੇ ਦੇ ਉੱਪਰ, ਆਪਣੇ ਹਿੰਮਤਪੁਰ ਧਨੋਏ ਦੇ ਉੱਪਰ ਹਮਲਾ ਕਰਕੇ ਇੱਥੇ ਜਿੰਨੇ ਵੀ ਸਿੱਖਾਂ ਦੇ ਪਿੰਡ ਸੀ ਵੀ ਇਹਨਾਂ ਨੂੰ ਖਤਮ ਕਰਕੇ ਵੀ ਅਸੀਂ ਫਿਰ ਖੁਸ਼ੀ ਮਨਾਉਣੀ ਆ ਤਾਂ ਪਾਰਟੀ ਕਰਨੀ ਆ। ਤਾਂ ਆਬਾਦੀ ਅਤੇ ਇਹਨਾਂ ਦੇ ਜਿਹੜਾ ਹਮਲਾ ਕਰਨ ਵਾਲੇ ਆ ਦੱਸਣ ਵਾਲੇ ਤਾਂ ਇਹ ਦੱਸਦੇ ਆ ਵੀ ਕੋਈ 10,000 ਤੋਂ ਵੀ ਉੱਪਰ ਆ, ਕੋਈ ਵੱਖੋ ਵੱਖ ਤਰ੍ਹਾਂ ਦੱਸਦਾ, ਕੋਈ 15,000 ਦੱਸਦਾ, ਤਾਂ ਕੋਈ ਇਹ ਤਾਂ ਮੌਕੇ 'ਤੇ ਸਾਨੂੰ ਮੈਨੂੰ ਨਹੀਂ ਪਤਾ ਕਿ ਨਾ ਹੀ ਕਿਸੇ ਨੇ ਇੰਨੀ ਮੌਕੇ ਦੇ ਉੱਪਰ ਕੋਈ ਗਿਣੀ ਵੀ ਸੀ ਕਰ ਸਕਦਾ ਸਕੀਮ। ਗਿਣਤੀ ਕਿੰਨੀ ਕੁ ਹੋਊਗੀ ਉਸ ਬਿੰਦੇ? ਗਿਣਤੀ ਮੇਰੇ ਖਿਆਲ ਉਹ ਘੱਟ ਤੋਂ ਘੱਟ 10,000 ਬੰਦਾ ਹੋਣਾ। 10,000 ਬੰਦੇ ਤੋਂ ਮਤ ਮਹਿਤਪੁਰ, ਮਨਸੂਬਾ, ਪਿੰਡੇਰਾ, ਰਈਆ, ਹਾਜੀਪੁਰ ਸਭ ਇੱਥੇ ਇਲਾਕਾ ਕੁੱਦ ਗਿਆ। ਕਿੰਨੀ ਕੁ ਆਬਾਦੀ ਸੀ ਤੁਹਾਡੇ ਮੁਤਾਬਿਕ ਮੁਸਲਮਾਨਾਂ ਦੀ ਜਿਹਦੇ ਹਮਲਾ ਕੀਤਾ?
आबादी भी मैंने तो छक के बच्चे इन्नी कि भी 25-30 हज़ार तो भी ज़्यादा बंदा होना समझा गल। दुनिया बहुत सी यार खलारा सारे एरिया घेरे है। अलग अलग स्रोतों तो मिली जानकारी अनुसार इस इकट्ठ की गिनती लगभग 10,000 के करीब ही सी। रेक और बरछे तलवारा टकुए ते डांगा सन। हमला शुरू करने तो पहला सोआं खादियां गई। ये लोग बड़ी खुशी नाल जोश नाल पिंड देवीदास उपर हमला करन चल पए। रस्ते विच पिंड लगाहां दे एक हरिजन मुंशी राम पुत्र बेली राम नू जख्मी कर दिता। उसनू भावें मार ही दिंदे पर किसी मुसलमान ने कहा इस पिंड विच टाइम ना खराब करो। ये गल मुंशी राम ने सुन ली सी। तकरीबन 4 बजे के करीब ये हमलावर लंबिया लंबिया कतारा बना के आ रहे सन। जे कोई मुसलमान पिछे रह जाता तो घोड़सवार उन्होंने अगे वधन लई कहिंदे। मुसलमान जो अगलिया कतारा विच चल रहे सन उन्होंने नहंगां दे कपड़े पाए हुए सन ते पग्गां बन्नियां होईयां सन। वह बोले सौ निहाल दे जकारे छड़दे आ रहे सन। रस्ते विच पिंड माखे तो सराड़ियां ते तूड़ियां नूं अग ला दित्ती तां जो पिंड देवीदास दे लोकां नूं भुलेखा पा सकन कि ये उन्होंने अपने ही सिख भरा हन। इसलिए उन्होंने पिंड माखे दे कुलियां महल्ले विच रूड़ा राम पुत्र जल्लू राम नूं अपने नाल चलण लई कहा कि वह पिंड देवीदास दे लोकां नूं कहे कि ये लोग उसदे अपने जान पछाण दे हन अते उन्हां दा ये लोग स्वागत करन। पर उसदे ना मनन ते उसनूं रस्ते विच ही मक्की दे खेतां विच मार दिता अते ये नकली नहंगां दा जत्था पिंड देवीदास अंदर एंटर कर गया। उस समय शांति दी गलबात करन गए टेरकियाने तो वरियाम सिंह अते लब्बू राम पिंड देवीदास नूं वापस मुड़ रहे सन। गुरप्रीत जी जो साडे दादा जी सत्कारयोग नंबरदार सरदार उजागर सिंह उन्हां दे दसण मुताबक 21 अगस्त 1947 लगभग शाम करीब 4:30 बजे का समय सीगा कि जिस समय मुसलमानों वालों निहंगां दे बाणे पा के बोले सौ निहाल दे नारे लगाउंदे होए पिंड वल नूं वध रहे सी तां साडे पिंड दे कुछ लोकां ने समझिया कि साडे पिंड दे अपने ही भाईवान है साडे अपने ही सिख भरा हन ते उह उहनां वल नूं वधण लगे ते साडे बाबा जी ने उन्हां नूं मना कीता कि भाई तुसीं उधर ना जाओ ये मुसलमान आ ते इन्हां ने तुहानूं नुकसान करना आ। पर उन्होंने मतलब साढ़े जिदा समझ लो भी वो साढ़े बाबा जी की गल थोड़ा डिठ करके जिदा उन्होंने वधे तो मुसलमान जो कि पहला तो ही तैयार से नुकसान करने वास्ते पहला तो ही तैयार से मुसलमान वालों उन्होंने बहुत लोगों उन्होंने शहीद कर दिता गया तो काफ़ी लोगों सख्त जख्मी कर दिता गया। तो दादा जी के दसण मुताबक उन्होंने वालों जो पिंड दाखिल होए तो उन्होंने काफ़ी पिंड का नुकसान किया काफ़ी जगह उन्होंने अग भी लगा दी तो धुआं जड़ा आ आसमानी चढ़िया होया सी चारे पासे सहम का माहौल बनया होया सीगा। जागर सिंह ने कहा भी तुसी भाई आपो अपनी जान बचाउणी तो मेरे चवारे नू आ जाओ। पौड़ी लाई संत राम दे कोठे ते तो जागर दे चवारे वाली पौड़ी लाई फटे रखे चढ़ गई दुनिया को इधरों को अंदरों को बाहरों सब चढ़ गई। हमलावरां ने सारे पिंड दे आले दुआले पहला घेरा पाया तूड़ियां सराड़ियां घरां नूं अग लगा दित्ती आसमान वल धुआं ते लाटा चलन लगियां। ये लाटा आस पास दे इलाके विच दूर दूर तो दिख रही सन। चारे पासे गोलियां चलन की आवाज़ आ रही सी। माखे वालों हुंदियां बालियां हवेलियां थाणी हुंदे सारे पिंड नूं घेरा पा लिया गया अग लगा दित्ती। उन्हां दे सामने जो भी आया औरतां बजुर्गां सब नूं क्रूरता दे नाल मारना शुरू कर दिता। इस अग विच नुकसान चलण वाले रामगढ़िया तरखान संत राम भगत राम तेज सिंह हरिजना दे घर निकू राम दा मुंडा सदा राम प्रीत राम प्रीतू पूरन लला सिंह हरी सिंह अते सिख रामदासियां दे घरां नूं भी नुकसान होया। बंता सिंह काला माधो राम ईश्वर सिंह बंता सिंह उदो राम वरियाम छज्जू राम उजागर सिंह धन्ना सिंह दीवान सिंह कृपा सिंह संगत सिंह निरंजन सिंह मुंशी सिंह अते बालियां हवेलियां विच गुरदास सिंह हरदयाल सिंह राम सिंह दौलत राम अते सरदार डॉक्टर लक्ष्मण सिंह दे घर। लहिंदे पासे भगत सिंह सुंदर सिंह ज्वाला सिंह इन्हां दे परिवारां दे तूड़ियां नूं अग लगा दित्ती। पिंड अंदर होर घरां नूं भी नुकसान होया। बालियां हवेलियां विच वरियाम सिंह दोवें भरा इकट्ठे रहिंदे सन इन्हां दी बैठक नूं अग लगा के साड़ दित्ता होर समान नूं अग लगा दित्ती। लागे बल्द किले नाल बज्जा सी उस नूं भी मार दित्ता। मोती राम पुत्र संगत राम
ਹਰੀਜਨ ਇਹਨਾਂ ਦੇ ਮਹੱਲੇ ਵਿੱਚ ਵੀ ਕਈਆਂ ਦਾ ਨੁਕਸਾਨ ਹੋਇਆ। ਉਹਨਾਂ ਹਮਲਾਵਰਾਂ ਨੇ ਗੁਰਦੁਆਰੇ ਸਾਹਿਬ ਨੂੰ ਵੀ ਨਹੀਂ ਬਖਸ਼ਿਆ, ਗੁਰਦੁਆਰੇ ਨੂੰ ਵੀ ਅੱਗ ਲਗਾ ਦਿੱਤੀ, ਪਰ ਅਕਾਲ ਪੁਰਖ ਦੀ ਕਿਰਪਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਨਹੀਂ ਹੋਇਆ। ਉਹਨਾਂ ਦੇ ਸਾਹਮਣੇ ਜੋ ਵੀ ਆਇਆ, ਭਾਵੇਂ ਉਹ ਔਰਤ ਹੋਵੇ ਜਾਂ ਬਜ਼ੁਰਗ, ਸਭ ਨੂੰ ਕਰੂਰਤਾ ਦੇ ਨਾਲ ਖਤਮ ਕਰ ਦਿੱਤਾ। ਇਸ ਹਮਲੇ ਵਿੱਚ ਤਕਰੀਬਨ 15 ਲੋਕ ਸ਼ਹੀਦ ਹੋਏ ਅਤੇ 18 ਦੇ ਕਰੀਬ ਆਦਮੀ ਗੰਭੀਰ ਜ਼ਖਮੀ ਹੋਏ। ਸ਼ਹੀਦ ਹੋਣ ਵਾਲਿਆਂ ਵਿੱਚ ਸਰਦਾਰ ਜਸਵੰਤ ਸਿੰਘ, ਪੁੱਤਰ ਸੁੰਦਰ ਸਿੰਘ ਜੀ ਸਨ। ਜੋ ਪਿੰਡ ਵਾਸੀਆਂ ਨੇ ਅਸਲਾ ਬੰਬ ਮੁੱਲ ਲਿਆ ਹੋਇਆ ਸੀ, ਉਸ ਨੂੰ ਚਲਾਉਣ ਦੀ ਜ਼ਿੰਮੇਦਾਰੀ ਜਸਵੰਤ ਸਿੰਘ ਨੂੰ ਦਿੱਤੀ ਗਈ। ਸਰਦਾਰ ਜਸਵੰਤ ਸਿੰਘ ਨੂੰ ਬੰਬ ਚਲਾਉਣ ਦੀ ਜਾਣ ਸੀ। ਹਮਲੇ ਦੌਰਾਨ ਸਰਦਾਰ ਜਸਵੰਤ ਸਿੰਘ ਆਪਣੀ ਛੱਤ ਉੱਪਰ ਚੜ੍ਹੇ ਹੋਏ ਸਨ ਅਤੇ ਇਹਨਾਂ ਦਾ ਧਿਆਨ ਪਿਛਲੀ ਗਲੀ ਦੇ ਲਹਿੰਦੇ ਵਾਲੇ ਪਾਸੇ ਨੂੰ ਸੀ। ਜਦੋਂ ਹਮਲਾਵਰਾਂ ਨੇ ਗਲੀ ਵਿੱਚ ਆਉਣਾ ਸੀ ਤਾਂ ਇਹਨਾਂ ਬੰਬ ਸੁੱਟ ਕੇ ਉਹਨਾਂ ਨੂੰ ਤਬਾਹ ਕਰਨਾ ਸੀ। ਜਸਵੰਤ ਸਿੰਘ ਨੇ ਆਪਣੀ ਛਾਤੀ ਅਤੇ ਪਿੱਠ ਪਿੱਛੇ ਲੋਹੇ ਦੀ ਮੋਟੀ ਚਾਦਰ ਬੰਨ੍ਹੀ ਹੋਈ ਸੀ। ਪਿੰਡ ਵਿੱਚ ਅਸਲਾ ਬੰਬ ਹੋਣ ਦਾ ਪਤਾ ਮੁਸਲਮਾਨਾਂ ਨੂੰ ਵੀ ਸੀ। ਇਹ ਜਾਣਕਾਰੀ ਉਹਨਾਂ ਨੂੰ ਉੱਚੀ ਵਸੀ ਦੇ ਮਲਾਂਗੇ ਨੇ ਦਿੱਤੀ। ਮੁਸਲਮਾਨਾਂ ਦੇ ਵਿਉਂਤ ਮੁਤਾਬਿਕ ਧੰਨਾ ਸਿੰਘ ਦੇ ਘਰ ਇੱਕ ਨਸੂੜੇ ਦਾ ਦਰਖਤ ਸੀ। ਉੱਥੋਂ ਦੀ ਬੰਦੂਕਧਾਰੀ ਹਮਲਾਵਰ ਨੇ ਨਸੂੜੇ ਉੱਪਰ ਚੜ੍ਹ ਕੇ ਗੋਲੀ ਚਲਾਈ। ਗੋਲੀ ਲੋਹੇ ਦੀ ਚਾਦਰ ਨੂੰ ਚੀਰਦੀ ਹੋਈ ਪੇਟ 'ਤੇ ਜਾ ਲੱਗੀ। ਗੋਲੀ ਸਰੀਰ ਦੇ ਅੰਦਰ ਹੀ ਰਹਿ ਗਈ। ਉਹ ਚੁਬਾਰੇ ਤੋਂ ਪੌੜੀ ਰਾਹੀਂ ਥੱਲੇ ਉਤਰੇ। ਇਸ ਸਮੇਂ ਸ਼ਾਮ ਹੋ ਚੁੱਕੀ ਸੀ। ਹਮਲਾ ਖਤਮ ਹੋਣ ਮਗਰੋਂ ਫਕੀਰ ਮੁਸਲਮਾਨ ਨੇ ਜਸਵੰਤ ਸਿੰਘ ਦਾ ਮੰਜਾ ਗੱਡੇ ਉੱਪਰ ਰੱਖ ਕੇ ਪਿੰਡ ਦੇ ਚੜ੍ਹਦੇ ਪਾਸੇ ਪੱਠੇ ਵਾਲੇ ਰਸਤੇ ਥਾਣੀ, ਜੋ ਕਿ ਪੁਰਾਣਾ ਰਸਤਾ ਸੀ, ਉੱਥੋਂ ਦੇ ਨਿੱਕੇ ਸਦਰਪੁਰ ਪਿੰਡ ਦੇ ਪਹਾੜ ਵਾਲੇ ਪਾਸੇ ਮੰਗਲ ਸਿੰਘ ਲੁਬਾਣਾ ਦੇ ਖੂਹ 'ਤੇ ਰਾਤ ਨੂੰ 10-11 ਵਜੇ ਪਹੁੰਚ ਗਏ। ਇਹਨਾਂ ਨਾਲ ਪਿੰਡ ਦੇਵੀਦਾਸ ਦੇ ਹੋਰ ਜ਼ਖਮੀ ਆਦਮੀ ਸਨ। ਜਸਵੰਤ ਸਿੰਘ ਰਾਤ ਦਰਦ ਨਾਲ ਚੀਖਦੇ ਅਤੇ ਤੜਫਦੇ ਰਹੇ। 22 ਅਗਸਤ ਸਵੇਰੇ 4 ਵਜੇ ਦੇ ਕਰੀਬ ਉਹ ਅਕਾਲ ਚਲਾਣਾ ਕਰ ਗਏ। ਜਸਵੰਤ ਸਿੰਘ ਸਾਡੇ ਸਤਿਕਾਰਯੋਗ ਦਾਦਾ ਜੀ, ਨੰਬਰਦਾਰ ਸਰਦਾਰ ਉਜਾਗਰ ਸਿੰਘ ਉਹਨਾਂ ਦੇ ਛੋਟੇ ਭਰਾ ਸੀਗੇ, ਜੋ ਕਿ ਪਿੰਡ ਦੇ ਉੱਤੇ ਹਮਲਾ ਹੋਇਆ। ਹਮਲੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਆਪਣੇ ਵੱਡੇ ਭਰਾ ਨੰਬਰਦਾਰ ਉਜਾਗਰ ਸਿੰਘ ਦਾ ਸਾਥ ਦਿੱਤਾ ਅਤੇ ਉਹ ਵੀ ਕੋਠੇ ਦੇ ਉੱਤੇ ਮੋਰਚੇ ਦੇ ਕਰੀਬ ਲਾਗੇ ਹੀ ਖੜ੍ਹੇ ਸਨ, ਅਤੇ ਜਿੱਥੋਂ ਕਿ ਉਹ ਬੰਬਾਂ ਦੇ ਨਾਲ ਮੁਸਲਮਾਨ ਫੌਜ ਦਾ ਮੁਕਾਬਲਾ ਕਰ ਰਹੇ ਸਨ। ਦੱਸੋ ਉਹਨਾਂ ਦੇ ਸਾਡੇ ਦਾਦਾ ਜੀ ਦੇ ਦੱਸਣ ਮੁਤਾਬਕ ਸਰਦਾਰ ਜਸਵੰਤ ਸਿੰਘ ਉਹਨਾਂ ਨੇ ਮੋਰਚੇ ਤੋਂ ਬਾਹਰ ਆ ਕੇ ਬੰਬ ਸਿੱਟਣ ਲੱਗੇ ਤਾਂ ਉਹਨਾਂ ਨੇ ਲਸੂੜੇ ਉੱਤੇ ਚੜ੍ਹ ਕੇ ਉਹਨਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਲਿਆ। ਪਰ ਸੁਣਨ ਮੁਤਾਬਕ ਇਹ ਵੀ ਹੈ ਕਿ ਸਰਦਾਰ ਜਸਵੰਤ ਸਿੰਘ ਜੀ ਸਖ਼ਤ ਫੱਟੜ ਹੋਣ ਦੇ ਬਾਵਜੂਦ ਵੀ ਕਾਫੀ ਸਮੇਂ ਤੱਕ ਮੁਸਲਮਾਨ ਦਾ ਮੁਕਾਬਲਾ ਕਰਦੇ ਰਹੇ। ਬਾਅਦ ਵਿੱਚ ਜ਼ਿਆਦਾ ਲਹੂ ਵਹਿ ਜਾਣ ਕਾਰਨ ਜਦ ਉਹਨਾਂ ਨੂੰ ਇਲਾਜ ਵਾਸਤੇ ਦਸੂਹੇ ਲਿਜਾਇਆ ਜਾ ਰਿਹਾ ਸੀ ਤਾਂ ਸੁਣਿਆ ਹੈ ਕਿ ਸਦਰਪੁਰ ਤੱਕ ਪਹੁੰਚਦੇ ਪਹੁੰਚਦੇ ਹੀ ਕਾਫੀ ਖੂਨ ਵਗ ਚੁੱਕਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਸਰਦਾਰ ਜਸਵੰਤ ਸਿੰਘ ਜੀ ਆਪਣੀ ਪਤਨੀ ਭਾਗਵੰਤੀ ਅਤੇ ਆਪਣੀਆਂ 3 ਬੇਟੀਆਂ ਅਜੀਤ ਕੌਰ, ਊਸ਼ਾ ਦੇਵੀ, ਕਮਲਾ ਦੇਵੀ ਨੂੰ ਛੱਡ ਕੇ ਪਿੰਡ ਦੇਵੀਦਾਸ ਲਈ ਸ਼ਹੀਦ ਹੋ ਗਏ। ਸਰਦਾਰ ਮੁਨਸ਼ੀ ਸਿੰਘ, ਪੁੱਤਰ ਹਾਕੋ, ਮੁਸਲਮਾਨਾਂ ਨੇ ਸਾਰੇ ਪਿੰਡ ਨੂੰ ਘੇਰੇ ਵਿੱਚ ਲਿਆ ਹੋਇਆ ਸੀ। ਪਿੰਡ ਵਾਸੀਆਂ ਨੇ ਸਰਦਾਰ ਉਜਾਗਰ ਸਿੰਘ ਦੇ ਘਰ ਦੇ ਚੁਬਾਰੇ ਦੀ ਪਹਿਲਾਂ ਹੀ ਕਿਲੇਬੰਦੀ ਕੀਤੀ ਹੋਈ ਸੀ। ਕੋਠਿਆਂ ਉੱਪਰ ਪੱਥਰ ਆਦਿ ਰੱਖੇ ਹੋਏ ਸਨ। ਸਰਦਾਰ ਉਜਾਗਰ ਸਿੰਘ ਦੇ ਘਰ ਦੇ ਚੜ੍ਹਦੇ ਵਾਲੇ ਪਾਸੇ ਵਾਲੀ ਗਲੀ ਵਿੱਚ ਮੁਸਲਮਾਨ ਆ ਚੁੱਕੇ ਸਨ। ਗਲੀ ਵਾਲੇ ਪਾਸੇ ਕੋਠੇ ਉੱਪਰ ਜਨਾਨੀਆਂ ਆਦਮੀ ਇਹਨਾਂ ਉੱਪਰ ਪੱਥਰ ਮਾਰ ਰਹੇ ਸਨ, ਜਿਸ ਨਾਲ ਇਹਨਾਂ ਹਮਲਾਵਰਾਂ ਦਾ ਸਮਾਂ ਖਰਾਬ ਹੋ ਰਿਹਾ ਸੀ, ਕਿਉਂਕਿ ਉਹਨਾਂ ਦਾ ਰਸਤਾ ਇਹਨਾਂ ਨੇ ਰੋਕ ਰੱਖਿਆ ਸੀ। ਹਮਲਾਵਰਾਂ ਦੀ ਪੇਸ਼ਚਲ ਦੀ ਨਾ ਦੇਖ ਉਹਨਾਂ ਵਿੱਚੋਂ 2 ਬੰਦੂਕਧਾਰੀ ਸਰਦਾਰ ਉਜਾਗਰ ਸਿੰਘ ਦੇ ਘਰ ਦੇ ਦੱਖਣ ਵਾਲੇ ਪਾਸੇ, ਜਿੱਥੇ ਹੁਣ ਆਂਗਣਵਾੜੀ ਸੈਂਟਰ ਹੈ, ਉੱਥੇ ਇੱਕ ਖੂਹ ਹੁੰਦਾ ਸੀ, ਉਸ ਖੂਹ ਦੀ ਓਰ ਲੈ ਕੇ ਬੰਦੂਕਧਾਰੀ ਬੈਠ ਗਏ ਅਤੇ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਸਰਦਾਰ ਮੁਨਸ਼ੀ ਸਿੰਘ ਦੇ ਮੂੰਹ ਵਿੱਚੋਂ ਦੀ ਹੋ ਕੇ ਉਹਨਾਂ ਦੇ ਚੁਬਾਰੇ ਨੂੰ ਚੀਰਦੀ ਆਰ ਪਾਰ ਹੋ ਗਈ। ਇਸ ਨਾਲ ਸਰਦਾਰ ਮੁਨਸ਼ੀ ਸਿੰਘ ਜੀ ਉਸ ਸਮੇਂ ਸ਼ਹੀਦ ਹੋ ਗਏ। ਸਰਦਾਰ ਆਤਮਾ ਸਿੰਘ ਆਤੂ, ਪੁੱਤਰ ਝੰਡਾ ਸਿੰਘ। ਸਰਦਾਰ ਆਤਮਾ ਸਿੰਘ ਆਤੂ, ਜੋ ਕਿ ਸਰਦਾਰ ਮੁਨਸ਼ੀ ਸਿੰਘ ਦੇ ਮਕਾਨ ਉੱਪਰ ਹੀ ਸਨ, ਇਸ ਮਕਾਨ ਦੀ ਛੱਤ ਸਰਦਾਰ ਉਜਾਗਰ ਸਿੰਘ ਦੇ ਚੁਬਾਰੇ ਦੇ ਕੋਠੇ ਨਾਲ ਲੱਗਦੀ ਸੀ। ਉਸ ਸਮੇਂ ਜੋ ਹਮਲਾਵਰ ਧੰਨਾ ਸਿੰਘ ਦੇ ਘਰ ਵਿੱਚ ਨਸੂਰ ਦੇ ਉੱਪਰ ਬੈਠਾ ਗੋਲੀ ਚਲਾ ਰਿਹਾ ਸੀ, ਉਸ ਦੀ ਇੱਕ ਗੋਲੀ ਸਰਦਾਰ ਆਤਮਾ ਸਿੰਘ ਨੂੰ ਆ ਲੱਗੀ। ਗੋਲੀ ਲੱਗਣ ਨਾਲ ਸਰਦਾਰ ਆਤਮਾ ਸਿੰਘ ਜੀ ਮੌਕੇ 'ਤੇ ਸ਼ਹੀਦ ਹੋ ਗਏ। ਸਰਦਾਰ ਵਸਾਵਾ ਸਿੰਘ ਬਾਵੀ, ਪੁੱਤਰ ਮਾਲਾ ਸਿੰਘ। ਸਰਦਾਰ ਵਸਾਵਾ ਸਿੰਘ ਬਾਵੀ ਵੀ ਧੰਨਾ ਸਿੰਘ ਦੇ ਘਰ ਤੋਂ ਨਸੂੜੇ 'ਤੇ ਬੈਠੇ ਬੰਦੂਕਧਾਰੀ ਦਾ ਨਿਸ਼ਾਨਾ ਬਣੇ। ਉਸ ਦੀ ਬੰਦੂਕ ਵਿੱਚੋਂ ਨਿਕਲੀ ਗੋਲੀ ਸਰਦਾਰ ਵਸਾਵਾ ਸਿੰਘ ਦੇ ਪੇਟ ਵਿੱਚ ਦੀ ਆਰ ਪਾਰ ਹੋ ਗਈ। ਉਹਨਾਂ ਦੇ ਸਰੀਰ ਵਿੱਚੋਂ ਖੂਨ ਦੀਆਂ ਧਾਰਾਂ ਵਗਣ ਲੱਗੀਆਂ। ਸਰਦਾਰ ਵਸਾਵਾ ਸਿੰਘ ਸਰੀਰਕ ਤੌਰ 'ਤੇ ਬਹੁਤ ਜਵਾਨ ਸਨ, ਇਸ ਤਰ੍ਹਾਂ ਉਹ ਵੀ ਸ਼ਹੀਦ ਹੋ ਗਏ। ਸਰਦਾਰ ਵਤਨ ਸਿੰਘ, ਪੁੱਤਰ ਵਰਿਆਮ ਸਿੰਘ।
सरदार वतन सिंह की लत ते गोली लगी। जख्म बहुत वड्डा सी जिस नाल खून निकल रहा सी। उस जख्म नू बन्या गया। हमले वाली रात सरदार जसवंत सिंह दे नाल इन्हां नू भी सदरपुर मंगल सिंह दे खूह ते लै गए। इस समय इन्हां दी पत्नी धनती भी इन्हां दे नाल सी। बाद विच कुछ महीने लंघ जाण ते जख्म ठीक हो गया। एक दिन सरदार वतन सिंह ने अपनी लत नू छिड़किया। जख्म वाला थां कच्चा होण कारण जख्म दोबारा खुल गया। उन्होंने हस्पताल ले जांदियां खून ज़्यादा निकलन कारण उन्होंने दी भी मौत हो गई। वतन सिंह साढ़े ताया जी लगते सी। 1947 वो मुसलमाना ने कुछ जदोजहद करते हुए उन्होंने गोली लग गई पट दे विच। जो कि बहुत शरीर के जवान सके तगड़े सके। उस तो बाद उन्होंने काफ़ी टाइम इलाज इलूज कराया गया पर खून नहीं बंद होया। वह जो डिप्रेशन भी कराया उन्होंने सर 1.5 महीने बाद पूरे फौत हो गए। सरदार नंद सिंह पुत्र अर्जन सिंह जिस समय मुसलमाना ने पिंड देवीदास उपर हमला किया। सरदार नंद सिंह होर व्यक्ति देवीदास के उत्तर वाल इकट्ठे खड़े हुए सन। 1947 के पंज भादों साडे पिंड देवीदास विखे हमला होया और मैं बख्शीर सिंह बोल रहा देवीदास का रहन वाला पुत्र नंद सिंह पुत्र अर्जन सिंह और साडे पिंड हमला होया। मुसलमाना ने हमला किया निहंग बन के आए पिंड के नाल ही जवारा सी उस टाइम पंज भादों और उन्होंने निहंग बन के जकारा बुलाया और साडे बंदे जिहड़े साडे फादर साहब नंद सिंह सामने खड़े से लंबरदार भी नाल खड़े सके होर बंदे ही दो चार और उन्होंने पहली रफल जिदा मारी है गोली मारी साढ़े फादर से लगी नंद सिंह दे और वो शहीद हो गए। बाकी दुनिया किसी की गोली लगी लत च किसी पट च दौड़ दौड़ गए तो लंबड़ा के चुबारे कुछ दुनिया बढ़ गई कुछ आले दुआले दौड़ गई। सरदार ज्ञान सिंह पुत्र सुंदर सिंह माता शरदो देवी वालियां हवेलियां तो। सरदार ज्ञान सिंह बचपन तो ही बहुत फुर्तीले ते तेज दिमाग वाले सन। सरदार ज्ञान सिंह साढ़े बाबा जी सन। वो ब्रिटिश आर्मी विच तोपखाने विच नौकरी करते सन जो कि फिरोजपुर डिपू विच उस वेले तैनात फिरोजपुर डिपू विच सन। उन्होंने इस घटना बारे पता लग चुका सी उस वक्त तो उन्होंने ये सोचा कि क्यों ना असी पिंड दे ना सलाह मशवरा करके पे कोई हथियार वधिया तकनीक का ले लीए। हमला तो होना ही होना है कुछ मजबूरियां होण करके पिंड दे बंदे नहीं मने कि सानू इस चीज़ की लोड़ नहीं है। ज्ञान सिंह जी वो पहला ब्रिटिश आर्मी से उन्होंने ट्रेनिंग उन्होंने उत्थे भी मिली हुई थी बट वो एक बहुत ही तकड़े शस्त्रबाज सन गतका चलाते सन वो उन्होंने बहुत मार धनी सन। तो उन्होंने जदों हमला होया उन्होंने उन्होंने हमला होया तो उन्होंने पिंड दे नाल एक उन्होंने नाल सरदार दर्शन सिंह सी जो साढ़े बाबा जी सन उस उस वेले उम्र च बहुत छोटे सन उन्हां तो कुछ कोई 10 साल की फर्क च होणगे मतलब जिथे इस वेले असी साढ़े घर इहदे तो लगभग कोई 500 मीटर की दूरी पर 500 या 300 मीटर की दूरी पर हमला होया सी ते काफ़ी भारी हमला होया सी। हमले के दौरान सरदार ज्ञान सिंह जी की उम्र 21 साल की सी। उन्हें सब नू कहना खा पी लो सानू मुसलमाना ने मार देना है। हमले वाले दिन तकरीबन 12-1 बजे सरदार भगत सिंह सरदार सुंदर सिंह सरदार शंकर सिंह सरदार ज्ञान सिंह सरदार दर्शन सिंह गौसपुर के लंबरदार जेठू मुसलमान के घर गए। लंबरदार जेठू का देवीदास के लोगों नाल बहुत प्यार सी। वो कहिंदा तुसी मेरा समान अपने घर लै जाओ मैं पाकिस्तान चला जावांगा अते बाद विच आ के तुहाडे तो समान लै लवांगा। गड्डियां उपर समान रखदे शाम हो गई। उस समय देवीदास पिंड उपर धुएं अते अग दियां लाटां दिखण लगियां। इन्हां सब ने अपने गड्डे उत्थे ही खड़े छड्ड अते बलदां नूं गौसपुर दे लहिंदे वाले पासे छड्ड दित्ता अते आप खुद इकट्ठे हो के पिंड वल नूं तुर पए। छप्पड़ कोल आ के भगत सिंह अते सुंदर सिंह गौसपुर देवीदास दे विसेवें उपर अपनी जमीन अंदर लगी टाली ते चढ़ गए। बाकी छप्पड़ तो हुंदे पट्ठे वाले रस्ते तो स्कूल वाला रस्ता जो कि पुराना रस्ता सी उत्थों दी हो के पिंड पहुँचे। शंकर सिंह दौड़ के सरदार उजागर सिंह दे चवारे विच बचदे बचाउंदे पहुँच गए अते ज्ञान सिंह अते दर्शन सिंह इन्हां नूं मुसलमाना ने लंबरदार उजागर सिंह दे घर दे सामने थोड़े दक्षण पूर्व वल उत्थे घेर लिया। ज्ञान सिंह ने दर्शन सिंह नूं कहा
जिस दी उम्र उस समय 14 साल दी सी कि तू चल मैं इन्हां नूं देखदा हाँ। ये बोल के वह कल्ले ही 80 बंदियां दे जत्थे उपर टुट पए। ये कर ले कराउण दे कहण लगा वे चल दर्शन साडे नहीं आ ते चल हो चलीए पिंड नूं चल चलीए। ये पिंड नूं बणन दा नहीं हुक्म होया जी जिदा उन्हां ने बहुत दुनिया फिर आ गए। ये दर्शन उत्थों बिखर गया कहण लगा भा आ जा इस दिन चलीए पर भा इधर नहीं चल गया। तो जरा ज्ञान चाचा साडा सीगा ताना सुंदर सिंह दा लड़का इन्हां ने उदों मुसलमानां ने ऐली ऐली कर दिता इन्हें बकरा बना दिता। उत्थे जा के फिर एक जरा खेत कोई कमाण दा जां थोड़ा घट होएगा ज्वार दा सीगा ज्वार विच इन्हां ने लड़ाई की। फिर जुलाई करते करते इन्हें 5-7 आदमी 10-12 बड़े जी ने क्यों भरथे लाए ज़्यादा कैम सेगा ढाल ये को कृपान सी तो इतने मिलटी च भी इदा ही इन्हों का उत्थे भी रूटीन गवर्नमेंट वालों से ये करते कराते जी ये फस गए। जिथे ये लड़ाई हो रही सी उसके नाल ही एक अंब का रुख सी। इस रुख उपर हमले ते डरते मारे अतर सिंह अते ईशर सिंह चढ़े हुए सन। उस अंब के हेठां ही ये लड़ाई हुई। उन्होंने ही सरदार ज्ञान सिंह की बहादुरी बारे दसिया कि किमें सरदार ज्ञान सिंह ने गुरु साहिब के बोल 1.25 लाख से एक लड़ाऊ अपनी अखी सच होंदे देखिया। एक सिख योधा इकल्ले ही कई मुसलमानों उपर हावी हो रहा सी। दार ज्ञान सिंह अपनी कृपान सिर तो दी घुमा घुमा के मुसलमानों का मुकाबला कर रहे सन। उन्होंने इस तरह गतका खेडिया कि 30-40 के करीब वैरियां नूं फट्टे कर दिता अते कईयां नूं मौत दी नींह सुला दिता। वैरी ये देख के डंग रह गया। इस तरह उन्होंने भजदर मच गई अते उत्थों ओ भज्जन लगे। इन्ने नूं बायाचक दा मुसलमान फज्जा सैद 200 दे करीब दल नाल उत्थे आ गया। फज्जा सैद बकरियां चराउंदा सी। हमले दौरान उस कोल इक टांगा सी। आखिर वैरी दल ने ज्ञान सिंह नूं इकल्ले ही घेर लिया। ज्ञान सिंह की एक लत्त नूं पोलियो होण कारण उन्हां दी एक लत्त कमजोर सी। फज्जा सैद इस गल तो चंगी तरह जाणू सी। मुसलमान वैरियां ने ज्ञान सिंह की लत्त दे थल्लियों गिट्टे लागियों टांगा पा के गिट्टे नूं जोर नाल खिच्चिया जिस नाल गिट्टे की पिछली मोटी नाल वड्डी गई। ज्ञान सिंह हिम्मत ना हारते हुए कुड़ा ला के गतका खेडन लगे। ये देख के वैरियां ने उन्हां दी बांह नूं वी टांगे नाल वड़ दिता अते कई वैरी इकट्ठे ज्ञान सिंह उपर टुट पए। उन्होंने कई बरछे ज्ञान सिंह की छाती उपर मारे। ज्ञान सिंह का काफ़ी खून वग जान कारण वह कमजोर होन लगे। अते ए देखदे फज्जा सैद जो कि उन्होंने पिछले पासे खड़ा होया सी उसने ज्ञान सिंह की धौन दे कृपान नूं आर पार कर दिता जिस नाल ज्ञान सिंह इकल्ले ही वैरियां नाल जूझते हुए शहीदी जान पी गए। बाद विच अंब उपर चढ़े अतर सिंह अते ईशर सिंह ने मुसलमानों नूं इह गल कहिंदे सुनिया कि जेकर गतके वाले आदमी वर्गे 3-4 पिंड विच होर होए तो ये सब साडे साथियों नूं मार देणगे। साडे गुरु साहब ने मैनूं कहा वे 1.25 लाख से मैं एक लड़ाऊँ तबे मैं गुरु गोबिंद सिंह कहाऊँ। तो ये नाल ही उन्होंने एक ये मिसाल पेश की पिंड देवीदास विच। तो उन्हां तों मैसेज लैणा सानूं सीखना बहुत जरूरी आ पर अज्ञानता बस असीं ये चीज़ां सीख नहीं रहे। इहदे विच जो इस वेले गुरप्रीत सिंह बबलू जो उस इतिहास में अज नवें सिरों उजागर कर रहा है साडियां नवीं पीढ़ियां नूं हालांकि सानू इस बारे भी कुछ नहीं पता सी उहदे विच एक मील का पत्थर साबित हो रहा है तो जो कि रहिंदे जुगां तक ये चेते रहू करूगा। सरदार लब्बू राम पुत्र काला राम सरदार लब्बू राम अते सरदार वरियाम सिंह तेरकियाणे की शांति सभा तो वापस आ रहे सन। जदों ये दोवें देवीदास लागे माखे दे रकबे विच पहुंचे तो लब्बू राम अते वरियाम सिंह उपर निहंग बने मुसलमानों ने हमला कर दिता। वरियाम सिंह ने तलवार सूत ली ते तलवार दे वार नूं रोकण लई अपनी चादर खोल ली। तलवार घुमाउंदे होए सरदार उजागर सिंह दे चुआरे विच जा पहुंचे। इधर सरदार लब्बू राम खाली हाथ सन। वह हमलावरां नूं हाथ जोड़ के कहन लगे ये कम चंगा नहीं असी एक दूजे नाल नहीं लड़ना। पर हमलावरां ने लब्बू राम की एक ना सुनी। उन्होंने सरदार लब्बू राम के जोड़े हुए हत्थां नूं वढ़ के बाद विच तलवारां नाल शरीर ते वार कीते जिस नाल लब्बू राम जी मौके ते शहीद हो गए। सरदारनी चांद कौर चंदी पत्नी धन्ना सिंह
सरदारनी चंद कौर चंदी गठिए की बीमारी नाल पीड़ित सन। गठिया काफ़ी महीने का होने कारण उन्होंने तुरन फिरन में तकलीफ सी, जिस कारण वह मंजे उपर ही रेंदे सन। जदों हमला होया सब नूं अपने अपनी जान दी पै गई ते सरदारनी चंद कौर जी इकली मंजे उपर रह गए। मुसलमान हमलावर घर अंदर दाखिल होए उन्होंने चंद कौर जी के गले उपर तेज धार छुरा फेरिया, जिस नाल सारे नाली वड्डी गई, जिस नाल चंद कौर जी उस समय शहीद हो गए। दारनी मंगो पत्नी कृपा सिंह ते सरदारनी जीन कौर जीनी पत्नी दीवान सिंह, मंगो जीनी दी सस सी। इन्हां दोवां दा नूं सस दा रिश्ता सी। हमले तो पहला ये सरदार उजागर सिंह दे चुबारे विच बैठियां सन। जदों हमला हुंदा है तां जोगिंदर कौर जिंदो पुत्री सुंदर सिंह बाहरलियां हवेलियां ने चुबारे विच आ के दस्सिया कि साडे ते हमला हो गया। ये सुन के ये दोवें उत्थों भज निकलियां ते अपने घर की कच्ची रसोई उपर जा चढ़ियां। जदों हमलावर जानी ते माली नुकसान करदे इन्हां दे घर पुज्जे तां हमलावरां ने इन्हां दे घरां नूं भी अग लगाउणी शुरू कर दित्ती। रसोई ते छत उपर चढ़ियां ये दोवें नूं सस मुसलमानां नूं बुरा भला बोलन लगियां ते कहिंदियां कि वीर बन के साडे घर नूं अग ना लगाओ। पर इन्हां हमलावरां ने मारी करतूत दिखाउंदियां इन्हां नूं रसोई दी छतों हेठां सुट दित्ता, जो कि बहुत ही उच्ची नहीं सी। इन्हां दोवां नूं हेठां सुट के इन्हां दे पैरां नूं वड़ दित्ता ਤਾਂ ਜੋ ਇਹ ਦੌੜ ਨਾ ਸਕਣ। ਫਿਰ ਲਾਗੇ ਬਰਿਆਮ ਸਿੰਘ ਦੇ ਕੁੱਪ ਦਾ ਨਾਰ ਚੁੱਕ ਕੇ ਇਹਨਾਂ ਉੱਪਰ ਸੁੱਟ ਦਿੱਤਾ। ਇਹਨਾਂ ਦੋਵਾਂ ਨੂੰ ਜਿਉਂਦਿਆਂ ਹੀ ਅੱਗ ਲਗਾ ਦਿੱਤੀ। ਅੱਗ ਦਾ ਸਾਰ ਨਾ ਸਹਿੰਦਿਆਂ ਇਹ ਦੋਵੇਂ ਸ਼ਹੀਦ ਹੋ ਗਈਆਂ। ਇਹਨਾਂ ਦੇ ਕੱਪੜੇ ਅਤੇ ਸਰੀਰ ਦੀ ਚਮੜੀ ਬੁਰੀ ਤਰ੍ਹਾਂ ਨਾਲ ਚੱਲ ਚੁੱਕੀ ਸੀ, ਜਿਸ ਕਾਰਨ ਇਹਨਾਂ ਨੂੰ ਪਛਾਣਨਾ ਵੀ ਔਖਾ ਹੋ ਚੁੱਕਾ ਸੀ। ਸਰਦਾਰਨੀ ਮੰਗਲ ਕੌਰ ਪਤਨੀ ਵਜੀਰ ਸਿੰਘ, ਮੰਗਲ ਕੌਰ ਨੂੰ ਦੋਵੇਂ ਅੱਖਾਂ ਤੋਂ ਨਹੀਂ ਦਿਸਦਾ ਸੀ। ਹਮਲੇ ਦੇ ਰੋਲੇ ਨੂੰ ਸੁਣ ਕੇ ਉਸਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਮੁਸਲਮਾਨਾਂ ਨੇ ਸਾਡੇ ਪਿੰਡ ਉੱਪਰ ਹਮਲਾ ਕਰ ਦਿੱਤਾ ਹੈ। ਉਹ ਆਪਣੇ ਪੋਤਰੇ ਗੁਰਬਚਨ ਸਿੰਘ ਗਾਸ਼ੀ ਨੂੰ ਨਾਲ ਲੈ ਕੇ ਕੋਠੇ 'ਤੇ ਚੜ੍ਹ ਗਈ। ਆਪਣੇ ਆਪ ਨੂੰ ਬਚਾਉਣ ਲਈ ਮਕਾਨ ਉੱਪਰ ਪਏ ਮੰਜੇ ਦਾ ਓਹਲਾ ਕਰਕੇ ਬੈਠ ਗਈ। ਪਰਮਾਤਮਾ ਨੇ ਜਿਸ ਨੂੰ ਬਚਾਉਣਾ ਹੁੰਦਾ ਹੈ ਉਸਨੂੰ ਉਹ ਆਪ ਰੱਖ ਲੈਂਦਾ ਹੈ। ਚੱਲਦੀਆਂ ਗੋਲੀਆਂ ਵਿੱਚ ਪ੍ਰਤਾਪ ਕੌਰ ਪ੍ਰਤਾਪੀ, ਪਤਨੀ ਜਵਾਲਾ ਸਿੰਘ ਬਾਹਰਲੀਆਂ ਹਵੇਲੀਆਂ ਤੋਂ, ਮੰਗਲ ਕੌਰ ਤੋਂ ਉਸਦਾ ਪੋਤਾ ਗੁਰਬਚਨ ਸਿੰਘ ਗਾਸ਼ੀ ਨੂੰ ਖੋ ਕੇ ਤੇਜ ਸਿੰਘ ਦੀ ਗਲੀ ਵਿੱਚ ਛੱਡ ਦਿੱਤਾ। ਗੁਰਬਚਨ ਸਿੰਘ ਗਲੀ ਗਲੀ ਘੁੰਮਦਾ ਸਰਦਾਰ ਮੁਨਸ਼ੀ ਸਿੰਘ ਦੇ ਘਰੋਂ ਲੱਗੀ ਪੌੜੀ 'ਤੇ ਚੜ੍ਹ ਕੇ ਲੰਬੜਾਂ ਦੇ ਚੁਬਾਰੇ ਵਿੱਚ ਪਹੁੰਚ ਜਾਂਦਾ ਹੈ। ਉੱਧਰ ਮੰਗਲਾ ਕੌਰ ਮੁਸਲਮਾਨਾਂ ਦੀਆਂ ਚਲਾਈਆਂ ਜਾ ਰਹੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਗੋਲੀ ਉਹਨਾਂ ਦੇ ਮੋਢੇ ਉੱਪਰ ਆ ਕੇ ਲੱਗੀ, ਜਿਸ ਕਾਰਨ ਉਹ ਜ਼ਖਮੀ ਹਾਲਤ ਵਿੱਚ ਜਦੋਂ ਕੋਠੇ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਹਮਲਾਵਰਾਂ ਨੇ ਉਹਨਾਂ ਨੂੰ ਕਿਰਪਾਨਾਂ ਦੇ ਵਾਰ ਨਾਲ ਸ਼ਹੀਦ ਕਰ ਦਿੱਤਾ। ਤੁਹਾਡੀ ਉਸ ਸਮੇਂ ਉਮਰ ਕਿੰਨੀ ਸੀ? ਉਮਰ 10 ਸਾਲ ਸੀਗੀ। ਦਾਦੀ ਦਾ ਨਾਮ ਮੰਗਲਾ ਸੀ, ਕੋਠੇ ਬੈਠੇ ਸੀ ਤਾਂ ਉਹ ਮੈਂ ਰਹਿਣ ਦਿੱਤੀ, ਅੱਖਾਂ ਦੋਨੀ ਸੀ ਤੇ ਉਹ ਰਹਿਣ ਦਿੱਤੀ ਤਾਂ ਮੈਂ ਥੱਲੇ ਉੱਤਰ ਕੇ ਗੋਲੀ ਜਿਹੜੀ ਸੀ ਉਹਨੂੰ ਮਾਰ ਦਿੱਤਾ। ਦਾਨੀ ਜੀ ਇਹਦੇ ਕੋਠੇ 'ਤੇ ਬੈਠੇ ਸੀਗੇ ਜਦੋਂ ਪਾਕਿਸਤਾਨ ਦਾ ਹਮਲਾ ਹੁੰਦਾ ਨਾ ਮੁਸਲਮਾਨ ਦੀ, ਤਾਂ ਕੋਠੇ 'ਤੇ ਬੈਠੇ ਸੀ। ਇਹ ਚਾਚੀ ਪ੍ਰਤਾਪੀ ਆਈ ਉੱਤਰ ਪੁੰਜੇ, ਮੈਂ ਉੱਤਰ ਗਿਆ। ਉੱਤਰ ਕੇ ਘੁੰਮ ਕੇ ਗਏ ਸਾਰੇ ਜਿਹੜੇ ਲੰਬੜਾਂ ਦੇ ਚੁਬਾਰੇ ਦੇ ਬਾਜਾ ਮਾਰਦੇ ਆ ਜਾਓ ਆ ਜਾਓ, ਮੇਰੇ ਜਾਂਦੇ ਨੇ ਇੱਕ ਬਤਨਾ ਗੋਲੀ ਲੱਗੀ ਦਰਬਾਰੇ ਦੀ, ਦਰਬਾਰੇ ਦਾ ਭਰਾ ਸੀ ਉਹਦੇ ਗੋਲੀ ਲੱਗੀ ਸੀ। ਉਹ ਕਹਿੰਦੇ ਮੈਨੂੰ ਵਿਚਾਰੋ, ਮੈਂ ਕਿਹਾ ਸੀ ਕਿੱਦਾਂ ਵਿਚਾਰੀ ਇੱਥੋਂ ਜਗ ਕਪੂਰ ਦੇ। ਜਦੋਂ ਮੈਂ ਕੋਠੇ ਚੜ੍ਹਿਆ ਤਾਂ ਬਾਵੀ ਜਿਹੜਾ ਸੀ ਉਹ ਦੁਆ ਆਤੂ ਉਹਦੇ ਗੋਲੀ ਲੱਗ ਗਈ, ਉਹਦਾ ਜਾ ਪਿਆ। ਉਹ ਦੂਸਰੇ ਮੁਨਸ਼ੀ ਆਇਆ ਇਹਦਾ ਬੁਤਾਰ ਹੁੰਦਾ ਬਾਬਾ, ਉਹ ਨਿਕਲਿਆ ਤਾਂ ਉਹਦੇ ਇੱਥੇ ਮੂੰਹ 'ਚ ਗੋਲੀ ਲੱਗੀ, ਉਹ ਵੀ ਮਰ ਗਿਆ। ਫਿਰ ਬਾਵੀ ਆਇਆ ਬਾਵੀ ਕਹਿੰਦਾ ਤੇਰੀ ਭੈਣ ਨਿਕਲ, ਬਾਵੀ ਦੇ ਆਹ ਲੱਗੀ ਗੋਲੀ। ਤਿੰਨੇ ਬੰਦੇ ਬੇਰੇ 'ਤੇ ਚੜ੍ਹੇ ਸੀ ਲੰਬੜ ਦੀ ਮਤ ਵਾਸਤੇ, ਲੰਬੜ ਦੌੜਾ ਫਿਰਦਾ। ਫਿਰ ਮੈਂ ਉੱਪਰ ਚੜ੍ਹਿਆ ਅਤੇ ਵੱਟੋ ਜਾ ਪਈ ਖੂਹ 'ਚ, ਉਹ ਕਹਿਣਗੀ ਤੈਨੂੰ ਗੋਲੀ ਲੱਗੇ ਤੂੰ ਤਾਂ ਉੱਪਰ ਚੜ੍ਹ। ਉਹ ਮੈਂ ਉੱਪਰ ਚੜ੍ਹਦਾ ਉਹ ਥੱਲੇ ਜਾ ਪਈ, ਉਹ ਕਹਿਣਗੀ ਫਿਕਰ ਨਾ ਕਰੋ ਮੈਂ ਮਰਦੀ ਨਹੀਂ। ਉਹ ਕੋਲ ਖੂਹ ਛਾਲ ਮਾਰਦੀ। ਬਸ ਸਰਦਾਰ ਵਜੀਤ ਸਿੰਘ ਪੁੱਤਰ ਸੇਵਕ ਸਿੰਘ ਬਾਹਰਲੀਆਂ ਹਵੇਲੀਆਂ ਤੋਂ। ਸਰਦਾਰ ਵਜੀਤ ਸਿੰਘ ਕਾਫ਼ੀ ਬਜ਼ੁਰਗ ਹੋ ਚੁੱਕੇ ਸਨ, ਉਹਨਾਂ ਦੀ ਉਮਰ 90 ਦੇ ਕਰੀਬ ਸੀ। ਜਦੋਂ ਹਮਲਾ ਹੁੰਦਾ ਹੈ ਤਾਂ ਵਜੀਤ ਸਿੰਘ ਬਾਹਰਲੀਆਂ ਹਵੇਲੀਆਂ ਤੋਂ ਪਿੰਡ ਦੇਵੀਦਾਸ ਨੂੰ ਜਾ ਰਹੇ ਸਨ।
हमले तो बचन लई वह लागे बाजरे के खेत विच लुकन लगे तो उन्होंने मुसलमाना ने देख लिया। वजीर सिंह बजुर्ग हुण कान बहुत हौली चलते सन। इन्ने नू एक हमलावरां दा टोला आया। उन्होंने बाजरे के चढ़ी के खेतों विच जिथे हुण बैंक घर है उत्थे घेरा पा लिया, जिस मगरों तलवारां ते बरछियां नाल उन्हां उपर हमला कर दिता। उन्हां सरदार वजीर सिंह नू उस समय तक मारते रहे जदों तक वह शहीद नहीं हो गए। साढ़े परिवार के बिच साढ़े जिहड़े ताया बाबा जी सीगे वह तो इत्थे ही पिछे ही मार दिते सीगे। अपना बाजरे च लुके हुए इत्थे ही उन्होंने तुरना फिरना मुश्किल सीगा। वो इत्थे बाजरे च लुक गए तो उन्हां दी नज़र पै गई उत्थे, तो इत्थे ही वड़ दिते सीगे। वजीर सिंह संत बहादुर सिंह निर्मले संत डेरा बगीची पिंड टेकियाने तो। संत बहादुर सिंह अपने नाम वांग ही बहादुर सूरवीर योधे सन। उन्होंने मजलूमां दी हक्कां दी रक्षा लई एक बंदूक रखी हुई सी। वह देसी बंब बनाउण दे वी जाचक सन। इस गल तो उच्ची वसी पिंड विच रहण वाला मलंग चंगी तरह नाल जाणू सी। उसने उमरपुर दे इकट्ठ विच बाकी सब मुसलमाना अगे यह गल रखी कि जेकर इन्हां पंज पिंडां नूं खत्म करना है तो संत बहादुर सिंह नूं मारना बहुत जरूरी है। दूजा वो इस गल तो भी चंगी तरह जाणू सी कि जेकर पिंड देवीदास उपर हमला हुंदा है तो टेरकियां दे लोक भी पिंड देवीदास दी रक्षा लई जरूर आउणगे। वैसे भी टेरकियाने ते पिंड देवीदास सिखां दा पिंड होण कारण इन्हां विच बहुत सारियां रिश्तेदारियां सन। पिंड टेरकियाने दे लोकां कोल भारी असला बंदूक बंब ते तलवारां सन। यह उन्होंने मुसलमाना दे हमले तो बचण लई इकट्ठियां कीतियां होईयां सन। जेकर वह सब इकट्ठे होकर देवीदास आ जाते तो मुसलमाना का भारी नुकसान हो जाना सी। इसलिए देवीदास पिंड नूं कोई बाहरों मदद ना मिल सके कुछ मुसलमान बंदूकां लैके टेरकियाने ते पिंड देवीदास दे आउण वाले रस्ते दे निगाह रखण लई टालियां दे उल्ले होके बैठ गए। पिंड देवीदास उपर होए हमले की खबर जदों पिंड टेरकियाने दे लोकां तक पहुँची तो संत बहादुर सिंह अपनी घोड़ी उपर बैठ के पिंड देवीदास की मदद लई तकरीबन 50-60 बंदियां दे जत्थे नाल तुर पए। इन्हां सब कोल बंदूकां बंब ते तलवारां सन। जदों इह लोक पिंड देवीदास कोल पहुंचे तो टालियां उले लुके बंदूकधारी हमलावरां ने अन्नेवा गोलियां चलाउणियां शुरू कर दित्तियां। इस अचानक होए हमले ने इन्हां सब नूं संभलण का मौका ही नहीं दिता। इस हमले विच एक गोली संत बहादुर सिंह नूं जा लगी अते बाकी नाल आए साथी भी गोलियां नाल जख्मी हो गए। संत बहादुर सिंह दे गोली लगी देख इन्हां दे बाकी साथी भी वापस टेरकियाने नूं मुड़ गए। संत बहादुर सिंह जिहड़ा कि इस स्थान दे मुखी मेरे गुरदेव मंत लाल सिंह महाराज जी का विद्यार्थी सी, संत बहादुर सिंह वो टेरकियाने की कुटिया विच रहिंदा सी। वह भी इस गल नूं सुन के कि देवीदास उत्ते हमला होया तो वह घोड़े ते चढ़ के वह भी उन्हां लोकां दी रक्षा करन वास्ते नाल आदमी लैके आया। तो जदों वह देवीदास दे लागे पुज्जिया तो अगों मुसलमान ने हमला किया। उन्हां हमले दे विचों संत बहादुर सिंह जिहड़ा सी वो बहुत गंभीर फटड़ हो गया। फिर उन्हों टेरकियाने घोड़चनियां परिवारों से लै गए जिथे उहदा देहांत हो गया, भाव 1947 इस भयानक अग की भेट चढ़ गया। टूरा राम पुत्र जन्नू राम पिंड माखे तो। जदों मुसलमान उमरपुर पिंड तो आ रहे सन तो उन्होंने नहंगा के कपड़े पाए हुए सन। वह रूरा राम नूं अपने नाल लैके आना चाहते सन ता जो पिंड देवीदास दे लोकां नूं लगे कि उन्होंने अपने ही लोग आए हैं, पर रूरा राम पिंड देवीदास दे लोकां दा नुकसान नहीं सी होण देना चाहुंदा, इसलिए उसने मुसलमानां नाल जाण तों मना कर दिता। इस तों बाद उसनू मक्की दे खेतां विच ले जा के हमलावरां ने तलवारां नाल वड़ दिता, जिस कारण उह शहीद हो गए। जिथे इस लड़ाई विच तकरीबन 15 लोग शहीद होए उत्थे ही इस हमले विच काफ़ी लोग जख्मी भी होए, जिन्हां विच सब तों पहला नाम आउंदा है सरदार उजागर सिंह लंबरदार पिंड देवीदास दा। सरदार उजागर सिंह अपनी बहादुरी दे कारण इस हमले तों बाद पूरे इलाके विच हीरो बन गए, क्योंकि उन्होंने मुसलमान हमलावरां दा इस तरह डट के मुकाबला किया कि अज भी लोग उन्हां दी बहादुरी दी गल करदे नहीं थकदे। लंबड़ जिहड़ा साडा जागर सिंह सी साडे भा दा ओले बाबा नानक सी जिन पिंड नूं बचाया। जागर सिंह ओले साडे भा दा उहनूं भरा दे गोली लग गई पहले ही ओहदे ते उहने परवाह कीती भरा दी उहने दुनिया देखा वी पिंड बचाउणा बचाउणा। हमले समय सरदार उजागर सिंह दी उमर तकरीबन 40-45 साल दी सी।
पिंड देवीदास के लंबरदार होण कारण उन्हां उपर बहुत वड्डी जिम्मेदारी सी, जिस नूं उन्हां ने शुरू तो लैके अंत तक बखूबी निभाया भी। हमले विच मुसलमान हमलावरां दी योजना सी कि सरदार उजागर सिंह नूं मार दिता जावे, तां ही उन्हां दी जित पक्की हो सकती है। इसलिए दुश्मनां ने पूरे जोर नाल सरदार उजागर सिंह दे घर उपर हमला कर दिता। उस समय उन्हां दे चवारे विच औरतां, बच्चे ते बजुर्ग भी सन। उजागर सिंह मौके दे पिंड दे लंबरदार सीगे, सुंदर सिंह उन्हां दे पुत्तर सी, ते इन्हां ने पिंड नूं अपने सुरक्षित रखण वास्ते इन्हां ने बहुत कुर्बानी दित्ती, पर जख्मी तो बहुत होए ये, पर इन्हां ने पिंड नूं बहुत हौसला दिता भी बचाया है किसान का। जे उजागर सिंह ना आते तो पिंड दे जे लोग कोई भी नहीं बचना सी, हो सकता भी साड़ियाँ धियां भैन की भी वह जे हिसाब से उन्हें बुढ़िया जेडे मंजे के पैरों इन्होंने बख्शिया नहीं उन्होंने, तो इन्हें साड़ियाँ धियां भैन की भी बेइज्जती कर दे, उन्होंने करनी भी सी। उजागर सिंह दे कोल दो नाली बंदूक सी। उजागर सिंह की बंदूक विचों निकली कोई भी गोली खाली नहीं सी जांदी, जां तां वैरी मारिया जांदा जां बुरी तरह नाल जख्मी हो जांदा। उजागर सिंह ने इकल्ले ही मोर्चा सांभिया होया सी, कदी उह चवारे दे सज्जे पासे दुश्मन ते फायर करदे, कदी उह खब्बे पासिओं। उस समय उन्हां दे दोवें पुत्तर अजीत सिंह ते हरकमल सिंह उन्हां नूं बंदूक विच कारतूस पा के दे रहे सन। तो दादा जी के दसण मुताबक उदों साडे जो वड्डे दो भूआ जी सीगे, एक सुमित्र कौर सी, एक विद्या देवी सीगे, जो कि उस चवारे दे थले कमरे च बैठे हुए सीगे, ते जो कि उन्हां नूं थल्लों उन्हां नूं गोली सिक्का तैयार करके उपर पहुँचा रहे सीगे। हमलावर भी इस कार्रवाई तो तंग परेशान सन, क्योंकि उन्हां नूं तां खबर सी कि पिंड विच सिर्फ एक बंदूक है, पर चवारे तो चलदियां गोलियां इस तरह लगदियां सन कि इन्हां तो बहुत सारियां बंदूकां हन। ਉਹ ਵੀ ਸਰਦਾਰ ਉਜਾਗਰ ਸਿੰਘ ਦੀ ਇਸ ਚਾਲ ਵਿੱਚ ਫਸ ਕੇ ਅੱਗੇ ਨਹੀਂ ਸੀ ਵੱਧ ਰਹੇ। ਨੰਬਰਦਾਰ ਉਜਾਗਰ ਸਿੰਘ ਸ਼ੁਰੂ ਤੋਂ ਹੀ ਦੱਸਦੇ ਆ ਕਿ ਜਵਾਨੀ ਵੇਲੇ ਤੋਂ ਹੀ ਬਹੁਤ ਦਲੇਰ ਸਨ। ਜਦੋਂ ਮੁਸਲਮਾਨਾਂ ਵੱਲੋਂ ਪਿੰਡ ਉੱਤੇ ਹਮਲਾ ਕੀਤਾ ਗਿਆ ਤਾਂ ਉਹਨਾਂ ਨੇ ਬਹੁਤ ਹੀ ਹਿੰਮਤ, ਦਲੇਰੀ ਅਤੇ ਬਹਾਦਰਾਨਾ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਜਿਸ ਤਰ੍ਹਾਂ ਕਿ ਮੁਸਲਮਾਨਾਂ ਨੂੰ ਦੱਸਿਆ ਗਿਆ ਸੀਗਾ ਕਿ ਪਿੰਡ ਦੇ ਕੋਲ ਕੋਈ ਹਥਿਆਰ ਨਹੀਂ ਹੈਗਾ, ਤੁਸੀਂ ਬਹੁਤ ਜਲਦ ਹੀ ਪਿੰਡ ਦੇ ਉੱਤੇ ਕਾਬੂ ਪਾ ਲਓਗੇ ਅਤੇ ਆਪਣਾ ਜਿੱਤ ਪ੍ਰਾਪਤ ਕਰ ਲਓਗੇ, ਪਰ ਉਹਨਾਂ ਦੀ ਉਸ ਗੱਲ ਨੂੰ ਝੂਠ ਸਾਬਤ ਕਰਨ ਦੇ ਲਈ ਨੰਬਰਦਾਰ ਉਜਾਗਰ ਸਿੰਘ ਵੱਲੋਂ ਵੱਖ ਵੱਖ ਮੋਰਚਿਆਂ 'ਤੇ ਵੱਖ ਵੱਖ ਟਿਕਾਣਿਆਂ 'ਤੇ ਜਾ ਕੇ ਗੋਲੀਬਾਰੀ ਕੀਤੀ ਗਈ, ਜਿਸ ਨਾਲ ਮਾਹੌਲ ਮੁਸਲਮਾਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹਨਾਂ ਨੇ ਸਮਝਿਆ ਕਿ ਸਾਨੂੰ ਤਾਂ ਦੱਸਿਆ ਗਿਆ ਸੀ ਕਿ ਇਹਨਾਂ ਕੋਲ ਸਿਰਫ ਇੱਕ ਹੀ ਰਫਲ ਹੈ ਅਤੇ ਜਿਸ ਲਈ ਸਾਨੂੰ ਦੇਵੀਦਾਸ ਤੋਂ ਜਿੱਤਣਾ ਬਹੁਤ ਸੌਖਾ ਹੈ, ਪਰ ਇਹ ਤਾਂ ਜਿਹੜੀ ਗੋਲੀ ਆ ਵਾਰ ਵਾਰ ਵੱਖਰੇ ਵੱਖਰੇ ਨਿਸ਼ਾਨਿਆਂ ਤੋਂ ਆ ਰਹੀ ਆ, ਅਤੇ ਉਹਨਾਂ ਨੂੰ ਲੱਗਿਆ ਕਿ ਜਿਵੇਂ ਇਹਨਾਂ ਦੇ ਕੋਲ ਬਹੁਤ ਹਥਿਆਰ ਹੈਗੇ ਆ। ਇੱਕ ਸਮਾਂ ਅਜਿਹਾ ਆਇਆ ਜਦੋਂ ਹਮਲਾਵਰ ਪਿੰਡ ਦੇਵੀਦਾਸ ਉੱਪਰ ਭਾਰੀ ਪੈ ਗਏ। ਉਹਨਾਂ ਦੇ ਬੰਦੂਕਧਾਰੀ ਪਿੰਡ ਦੇਵੀਦਾਸ ਦੇ ਲੋਕਾਂ ਨੂੰ ਮਾਰ ਰਹੇ ਸਨ। ਉਸ ਸਮੇਂ ਸਰਦਾਰ ਉਜਾਗਰ ਸਿੰਘ ਨੇ ਆਪਣੇ ਪਿੰਡ ਵਾਸੀਆਂ ਦਾ ਹੌਸਲਾ ਵਧਾਉਣ ਲਈ ਕਿਹਾ, ਡਰੋ ਨਾ, ਗੁਰੂ ਸਾਹਿਬ ਸਾਡੇ ਨਾਲ ਆ, ਸਾਨੂੰ ਡਰਨ ਦੀ ਲੋੜ ਨਹੀਂ, ਸਗੋਂ ਇਹਨਾਂ ਦਾ ਡਟ ਕੇ ਮੁਕਾਬਲਾ ਕਰੋ, ਸਾਨੂੰ ਲੜ ਕੇ ਮਰਨਾ ਕਬੂਲ ਹੈ, ਨਾ ਕਿ ਇਹਨਾਂ ਅੱਗੇ ਗੋਡੇ ਟੇਕ ਕੇ। ਇਹ ਸੁਣਦੇ ਹੀ ਔਰਤਾਂ ਨੇ ਕੋਠਿਆਂ 'ਤੇ ਪਏ ਬੱਟੇ ਇਹਨਾਂ ਹਮਲਾਵਰਾਂ ਦੇ ਮਾਰਨੇ ਸ਼ੁਰੂ ਕਰ ਦਿੱਤੇ। ਅਗਰ ਸਿੰਘ ਵਿੱਚ ਉਹਦੇ ਸ਼ਹੀਦਾਂ ਵਾਲਾ ਪਹਿਰਾ ਨਹੀਂ ਜਿੱਦਾਂ ਹੁੰਦਾ, ਉਹ ਰੂਪ ਆਇਆ ਹੋਇਆ ਸੀ। ਇਸ ਨੇ ਇੱਕ ਜਿੱਦਾਂ ਮੋਰਚਾ ਬੰਦੀ ਨੇ, ਇੱਕ ਇਕੱਲਾ ਰਫਲ ਵਾਲਾ ਬੰਦਾ, ਜਿਹਨੇ ਚਾਰ ਸਵੇਰੇ ਪਿੰਡ ਦੇ ਵਹਿ ਵਹਿ ਕੇ ਵੋਟ ਲੈ ਲੈ ਕੇ ਅਤੇ ਗੋਲੀ ਚਲਾਈ ਕੇ ਕਾਫੀ ਟਾਈਮ ਮੁਸਲਮਾਨਾਂ ਨੇ ਪਿੰਡ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ। ਇਹਨੇ ਬੜਾ ਜੋਸ਼ ਚੜਿਆ ਸੀ। ਹਮਲੇ ਵਿੱਚ ਸਰਦਾਰ ਉਜਾਗਰ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਦੀ ਗੋਲੀ ਬਿਲਕੁਲ ਉਹਨਾਂ ਦੇ ਸਾਹਮਣੇ ਵੱਜੀ। ਉਹ ਫਿਰ ਵੀ ਵੈਰੀ ਦਲ ਦੇ ਲੋਕਾਂ ਦਾ ਨਿਸ਼ਾਨਾ ਬਣਾਉਂਦੇ ਰਹੇ। ਉਹਨਾਂ ਆਪਣੇ ਭਰਾ ਦੀ ਜਾਨ ਬਚਾਉਣ ਦੀ ਜਗ੍ਹਾ ਆਪਣੇ ਪਿੰਡ ਦੇ ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਨੂੰ ਪਹਿਲ ਦਿੱਤੀ। ਵੈਰੀਆਂ 'ਤੇ ਗੋਲੀਆਂ ਚਲਾਉਂਦੇ ਹੋਏ ਉਹਨਾਂ ਦੇ ਸਰੀਰ ਉੱਪਰ ਵੀ ਕਾਫੀ ਗੋਲੀਆਂ ਦੇ ਰਹਿਣੇ ਲੱਗਦੇ ਰਹੇ, ਜਿਸ ਨਾਲ ਉਹ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਪਰ ਸਰਦਾਰ ਉਜਾਗਰ ਸਿੰਘ ਨੇ ਫਿਰ ਵੀ ਹਾਰ ਨਾ ਮੰਨੀ। ਉਸ ਵੇਲੇ ਉਹਨਾਂ ਦਾ ਹੌਸਲਾ ਸ਼ੇਰ ਵਰਗਾ ਸੀ। ਕਈ ਚਸ਼ਮਦੀਦਾਂ ਦੇ ਦੱਸਣ ਦੇ ਮੁਤਾਬਿਕ ਗੋਲੀਆਂ ਦੇ ਰਹਿਣੀਆਂ ਦੇ ਦਰਦ ਨੂੰ ਘੱਟ ਕਰਨ ਲਈ ਉਹਨਾਂ ਨੇ ਉਸ ਸਮੇਂ ਸ਼ਰਾਬ ਪੀਤੀ ਅਤੇ ਜ਼ਖਮਾਂ 'ਤੇ ਵੀ ਪਾ ਲਈ। ਉਹ ਫਿਰ ਜ਼ਖਮੀ ਹਾਲਤ ਵਿੱਚ ਵੈਰੀਆਂ ਦੇ ਉੱਤੇ ਟੁੱਟ ਪਏ। ਸਰਦਾਰ ਉਜਾਗਰ ਸਿੰਘ ਨੇ ਪੱਕੇ 6 ਬੰਦੂਕਧਾਰੀਆਂ ਨੂੰ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾਇਆ ਅਤੇ ਬਾਕੀ 20 ਦੇ ਕਰੀਬ ਹੋਰ ਵੈਰੀਆਂ ਨੂੰ ਮਾਰ ਮੁਕਾਇਆ। ਉਹਨਾਂ ਨੇ ਆਪਣੀ ਜ਼ਿੰਮੇਦਾਰੀ ਨੂੰ ਸਮਝਦੇ ਹੋਏ ਹਮਲੇ ਦੇ ਆਖੀਰ ਤੱਕ ਪਿੰਡ ਦੇਵੀਦਾਸ ਦੇ ਲੋਕਾਂ ਦੀ ਹਿਫਾਜ਼ਤ ਕੀਤੀ। ਆਖਰ ਨੂੰ ਆਪਣੀ ਜ਼ਿੰਦਗੀ ਦੀ ਉਮਰ ਭੋਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਹੁਣ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਦੇ ਲਾਗੇ ਇੱਕ ਸਮਾਰਕ ਬਣਾਇਆ ਹੈ। ਸਰਦਾਰ ਸਦਾ ਰਾਮ ਸਿੰਘ, ਪੁੱਤਰ ਈਸ਼ਰ ਸਿੰਘ, ਸਰਦਾਰ ਓਮ ਪ੍ਰਕਾਸ਼ ਸਿੰਘ,
पुत्र संता राम सिंह जिथे हुण गुरद्वारे वाली गली है पहाड़ वाले पासे तो जो गली लेंदे वाले पासे नूं जांदी है इस मोड़ ते एक खूह हुंदा सी। जदों हमला हुंदा है तां इह दोवें इस खूह उपर हो लोकां नाल खड़े होए सन। हमलावर माखे वाल तो देवीदास वाल नूं आ रहे सन जिन्हां नूं इह आउंदे होए देख रहे सन। अचानक ही हमलावरां ने गोलियां दा मीह वड़ा दिता। सदा राम अते ओम प्रकाश जो कि खूह लागे खड़े सन एक गोली सदा राम की बांह विच लगी ते गोली बांह विचों हुंदी होई ओम प्रकाश दे पट विच जा लगी ते गोली पट विच ही रह गई। ये दोवें किसे तरह बचते बचाते दसूए हस्पताल जा पहुँचे ते अपना इलाज करवाया। उस समय इन्हां दी उम्र 22 साल ते 23 साल दी सी। सरदार मोती राम पुत्र मंगत राम। सरदार मोती राम हमले समय मुसलमाना दे घेरे विच आ जाते हैं। हमलावरां ने किरपाना ते बरछे नाल इन्हां उपर हमला कर दिता। हमले विच एक बरछा मोती राम जी दे जा लगा। मोती राम जी बुरी तरह नाल जख्मी हो गए पर इन्हां ने अपनी हिम्मत ना हारी ते दरीरी दिखाउंदियां उन्हां वैरियां तो बच निकले। बाद विच समय नाल इह जख्म ठीक हो गया। सरदार दरबारा सिंह पुत्र वरियाम सिंह। सरदार दरबारा सिंह जिस समय हमला हुंदा है उस समय लब्बू राम दे कोठे उपर सन। हमलावरां दी एक गोली दरबारा सिंह दे पट ते जा लगी। सरदार दरबारा सिंह लब्बू राम दे कोठे तो कोठिया थानी हुंदे होए मुंशी सिंह अते सरदार उजागर सिंह दे चुवारे दे पिछे वाली गली विच पौड़ी राही थले गली विच उतर गए। दरबारा सिंह मेरे फादर सी। दरबारा सिंह सानो बरियाम सिंह जो कि 16-17 साल दे सन 47 दे विच उन्हां दे अटैक के वेले उन्होंने पट के बाद ही ना गोली बहरले माहक की लग गई। उस तो बाद मकाना के पछाड़े उतरे पछाड़े उतर के तो उन्हें मुसलमान पिंड तो बाहर ही थी थोड़े निकलते हुए बाजे ताणी निकलते निकलते वह शंभ पै के सूहे पहुँच गए। कुछ टाइम बाद उतों रात खुडे पहुँच गए। खुडे महंत लाल सिंह के पास चले गए। उत्थे साढ़े बाबा है ना उन्होंने फिर इलाज किया। उन्होंने उत्थे उन्होंने इलाज होया। इलाज तो बाद जख्म जो ठीक हो। सरदार जगत सिंह पुत्र नत्था सिंह। सरदार जगत सिंह भी हमले समय लब्बू राम दे कोठे उपर सन। हमलावरां दियां चलदियां गोलियां विच्चों एक गोली दा शरा सरदार जगत सिंह दी बांह अते पेट उपर जा लगा। गोलियां दे शरे लगन तो मगरों जख्मी हालत विच सरदार जगत सिंह लब्बू राम जी दे कोठे तो पौड़ी राही थले उतरे ते गली थानी हुंदे होए सरदार उजागर सिंह दे चुवारे विच पहुँच जाते हैं। सरदारनी प्रताप कौर प्रतापी पत्नी ज्वाला सिंह बालियां हवेलियां तो। सरदारनी प्रताप कौर जी जिस समय हमला हुंदा है उस समय अपनी जान की परवाह किए बगैर अपनी सहेली मंगल कौर कोल पहुँच जाती है जो कि अखा तो अदनी सी। चलदियां गोलियां विच मंगल कौर तो उसका पोता गुरबचन सिंह गाशी नूं ना लैके सरदार उजागर सिंह दे चवारे विच चली जांदी है। मुसलमाना दे हमले नूं तेज हुंदा देख प्रताप कौर जी सरदार उजागर सिंह दे कोठे उपर रखे पत्थर इन्हां मुसलमान हमलावरां दे मारना शुरू कर दिंदी है। इह देख के हमलावरां ने प्रताप कौर ते अन्नेवा गोलियां चलाउणियां शुरू कर दित्तियां। माता प्रताप कौर साडी दादी जी लगदे सी बेड़े दे विचों। वो बहुत ही बहादुर इस्त्री सी। जदों हमला होया वो भी पिंड दे विच मौजूद सी। उन्हां नूं अचानक पता लग्या वी मंगल कौर अपने पोते गुरबचन सिंह नूं लै के कोठे दे उपर बैठी मंजे दा ओला करके। उहनूं जदों पता लग्या वह दौड़ी दौड़ी गई। उन्हें मंगल कौर तों खोह के उहदा पोता गुरबचन सिंह उहनूं थले लिआंदा पौड़ी राही लिया के तो जिहड़ी छोटी गली हैगी लंबड़ां दे घर दे पिछे उत्थे छड्ड दित्ता। तो गुरबचन सिंह बाद विच चुवारे दे विच चले गए। एक ते इह इहनां बहादुरी दा कम्म कीता। उस तों बाद फिर इह भी आपू भी लंबड़ां दे चुवारे विच चढ़ गई। उत्थे कोठे दे उपर चढ़ के मुसलमानां दे पत्थर मारन लगी। मारदे मारदे गोली चल रही सी। इहनां दे गोली अचानक इक आना पट दे उपर लगी बहुत ही भारा। उन्होंने सानू दस्या निक्के हुंदे सीगे उन्होंने दस्या भी आ मेरी गोली लगी चंगा 3-4 इंची का जख्म होया है। ये अभी सेंटर तो सैड तो लगा ही गोली लगी सी।
तो उन्हें अपनी चुन्नी के नाल जख्म बनिया, फिर वो तड़फती रही उ शाम तक। फिर वो जो हमला खत्म होया वो मुंडा दर्शन सिंह ने कनेड़ी चक के नाल होर पिंड वास सहायता के नाल दसूए फिर भुजी उत्थे इलाज होया। दूए दिन अपने वो मापिया के उधर खुड़खना उन्होंने मापे से उत्थे चल गई सी। हाँ जी, सरदारनी शिवदेई पत्नी शजू राम, सरदारनी शिवदेई भी कोठे उपरों इन्ह हमलावर के पत्थर मार रहे सन। इस समय एक गोली का शरा इन्हों दे आ लगा, जिस नाल शिवदेई जी जख्मी हो गए। सरदारनी वतन कौर पुत्री नत्था सिंह, वतन कौर हमले समय एक जवान कुड़ी सी, जो कि हमले समय सरदार उजागर सिंह के चवारे तो बाकी औरतों नाल मिल के मुसलमान हमलावर से पत्थर मार रही सी। हमलावर पत्थर खान खान इन्ने डर गए कि उन्होंने अन्नेवा गोलियां चलाउणियां शुरू कर दित्तियां। एक गोली मुंशी सिंह के मुँह ते जा लगी, जिस नाल उसे समय उन्हां दी मौत हो गई, ते एक गोली प्रताप कौर दे पर ते जा लगी। ये सब देख के सरदार उजागर सिंह दी पत्नी बंती लंबरदानी ने जोर नाल कहा, गोलियां तो बचन लई लम्मे पै जाओ जां नीवे हो जाओ, ता ही असी इन्हां गोलियां तो बच सकते हाँ। ये सुनदे सार ही सब हेठा लम्मे पैन लगे। इस विच जिवें ही वतन कौर ने अपने आप नूं नीवा कीता, वह कोठे तो हेठा मकान के अंदर वल डिग गई। इस नाल उन्हां दी लत ते सट लग गई। गली विच घूम रहे मुसलमान हमलावर ने वतन कौर नूं हेठा डिगदे देख लिया, ते उन्हां ने रौला पा दिता कि फड़ लो इन्हों इतों चक के नाल लै चलो। वतन कौर की लत ते सट लगी होण कारण उसनूं तुरन फिरन विच मुश्किल हो रही सी। वतन कौर उस समय सरदार उजागर सिंह दे घर दे वागले अंदर ही सी। उसने एक लत फड़ी हुई सी ते दूजी लत ते भार पा रही सी। इस समय मुसलमान उजागर सिंह दे घर दे वेड़े विच आ गए। किसी ने वतन कौर नूं कहा, तीए भज के घर दे अंदर आ जा, पर वतन कौर नूं चलण विच बहुत मुश्किल हो रही सी। उसने उच्ची दाणी कहा, तुसीं मेरी फिक्र ना करो, मैं इन्हां मुसलमानां दे हथ नहीं आवांगी, इस तो चंगा मैनू मरना कबूल है। ये कह के उसने नेड़े ही खूह विच छाल मार दित्ती। जदों शाम नूं मुसलमान हार खा के भज गए तां लोकां ने अग बजाउण लई जिवें ही खूह विच पानी कढ़न लगे, उस समय वतन कौर ने रौला पा दित्ता कि मैनू खूह विचों बाहर कढो, मैं हजे जिउंदी हाँ। असल विच वतन कौर खूह विच बणे आले विच बैठ गई सी। वतन कौर नूं बाहर कढ़न लई पीढ़ी ते बिठा के बाहर कढ़न लगे तां रस्सा टुट गया, वह फिर खूह विच डिग गई। फिर दोबारा उसनूं पीढ़ी ते बिठा के खूह विचों बाहर कढ़िया गया। ते जिहड़ी कुड़ी सी बत्तो कुड़ी तेरकियां ने ब्याही, ओह किते बटे मारदी मारदी भुंज डिग पई कोठे तों। वह भी मुसलमान चुकन लगे भी चक्कर लै चलो, उन बड़ी बहादुर दलेरी नाल उन्हें खोह के तो खूह छाल मार दी, फिर मैं मुसलमान ने हथ नहीं मैं मर जाने बाद। ये फिर जो खूह च पानी कढ़ने लगे ना खूह चो, तो क्या भी मैं बिच खूह था तो इनके थोड़ी झाड़ी सी वह लत रला के खड़े दोस्त ने कहते तंगली फिनाली, तो फिर कढ़िया उसकी लत टुटी सी। फिर लगे लाजवाज कराया चलो, वो कुड़ी फिर टेरकियां ने ब्याही सी सौण दे घर। जथेदार सरदारा सिंह पुत्र मंगल सिंह, सरदार करनैल सिंह पुत्र नामा, ये दोवें ही जिथे हुण आंगनवाड़ी सेंटर है उस थान ते खड़े हुए सन। इन्हां ते भी हमलावरां द्वारा चलाईयां गोलियां दे डैणे आ लगे। बाद विच ही दोवें दौड़ के अपने अपने सुरक्षित थावां ते पहुँच गए। सरदार निरंजन सिंह पुत्र लाव सिंह, सरदार वरियाम सिंह पुत्र लाव सिंह, देवीदास दे उत्तर वल नंद सिंह निरंजन सिंह ਅਤੇ ਵਰਿਆਮ ਸਿੰਘ ਇਕੱਠੇ ਖੜੇ ਹੋਏ ਸਨ। ਜਿਲੇ ਉਹ ਮੁਸਲਮਾਨ ਨਿਹੰਗਾਂ ਦੀ ਸ਼ਕਲ ਦੇ ਵਿੱਚ ਬਣ ਕੇ ਨਿਹੰਗ ਬਣ ਕੇ ਆਏ ਆ ਉਹ, ਅਤੇ ਇਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਸਾਡੇ ਹਮਦਾਇਤੀ ਆ, ਸਾਡੇ ਤਾਇਆ ਜੀ ਅਤੇ ਨੰਦ ਸਿੰਘ ਅੱਗੇ ਵੱਧ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਫਤਿਹ ਬੁਲਾਉਣ ਗਏ ਆ, ਉਹਨਾਂ ਨਾਲ ਫਤਿਹ ਬੁਲਾਈ ਆ। ਪਰ ਜਿਲੇ ਜਿਹੜਾ ਨੰਦ ਸਿੰਘ ਸੀਗਾ ਉਹਨਾਂ ਦੀ ਰਾਈਫਲ ਦੇ ਰੇਂਜ 'ਚ ਆ ਗਿਆ, ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਨੰਦ ਸਿੰਘ ਆ ਇਹ ਤਾਂ ਸਾਡੀ ਰੇਂਜ 'ਚ ਆ ਗਿਆ। ਉਹਨਾਂ ਨੇ ਪਹਿਲੀ ਗੋਲੀ ਜਿਹੜੀ ਸੀਗੀ ਉਹ ਵਰਿਆਮ ਸਿੰਘ ਨੂੰ ਸਾਡੇ ਤਾਇਆ ਜੀ ਨੂੰ ਮਾਰੀ, ਅਤੇ ਤਾਇਆ ਜੀ ਦੌੜ 'ਚ ਕਾਫੀ ਦੌੜਦੇ ਹੁੰਦੇ ਸੀਗੇ, ਉਹ ਦੌੜ ਦੇ ਵਿੱਚੋਂ ਨਿਕਲ ਗਏ ਤਾਂ ਉਹ ਤਾਂ ਬਚ ਗਏ, ਪਰ ਉਹਨਾਂ ਦੇ ਦੋ ਗੋਲੀਆਂ ਫਿਰ ਵੀ ਲੱਗ ਗਈਆਂ।
ਅਤੇ ਆਨੰਦ ਸਿੰਘ ਨੂੰ ਤਾਂ ਉੱਥੇ ਮੌਕੇ 'ਤੇ ਹੀ ਉਹਨਾਂ ਨੇ ਮਾਰ ਦਿੱਤਾ ਸੀਗਾ, ਉਹਨਾਂ ਨੂੰ ਗੋਲੀ ਉੱਥੇ ਮੌਕੇ 'ਤੇ ਹੀ ਲੱਗ ਗਈ ਸੀ ਅਤੇ ਉੱਥੇ ਹੀ ਮਰ ਗਏ ਸੀ। ਅਤੇ ਜਿਹੜੇ ਸਾਡੇ ਪਿਤਾ ਜੀ ਸੀਗੇ, ਇਹ ਫਿਰ ਇੱਥੋਂ ਸਿਰਫ ਇਹਨਾਂ ਨੂੰ ਸੇਫਟੀ ਇਹ ਹੀ ਸੀਗੀ ਕਿ ਇੱਥੋਂ ਪਿੰਡ ਗਏ ਆ, ਉੱਥੇ ਲੰਬੜਾਂ ਦੇ ਚੁਬਾਰੇ ਦੇ ਵਿੱਚ ਇਹ ਜ਼ਿਲ੍ਹੇ ਬੜੇ ਆ, ਉੱਥੇ ਚੜ੍ਹਦੇ ਹੋਏ ਪੌੜੀ ਥਾਣੀ ਲਾ ਕੇ ਬੜੇ ਆ ਇਹ ਅੰਦਰ। ਅਤੇ ਇਹਨਾਂ ਨੂੰ ਜਿਹੜਾ ਆਮ ਤਿੱਤਰ ਮਾਰਨ ਵਾਲਾ ਸ਼ਰ੍ਹਾ ਹੁੰਦਾ ਆ ਨਾ, ਬੰਦੂਕ ਸੀਗੀ ਉਹਦੇ ਸ਼ਰ੍ਹੇ ਲੱਗੇ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਸ਼ਰ੍ਹੇ ਸੀਗੇ, ਉਹਨਾਂ ਦੀ ਇੱਕ ਅੱਖ 'ਚ ਵੀ ਲੱਗਾ ਸੀਗਾ ਇੱਦਾਂ, ਉਹਨਾਂ ਦੇ ਸਰੀਰ 'ਚ ਕਾਫੀ ਸ਼ਰ੍ਹੇ ਸੀਗੇ। ਜਿਹੜੇ ਤਾਇਆ ਜੀ ਸੀਗੇ ਉਹਨਾਂ ਦੇ ਦੋ ਗੋਲੀਆਂ ਲੱਗੀਆਂ, ਇੱਕ ਗੋਲੀ ਆਰ ਪਾਰ ਹੋ ਗਈ ਸੀ, ਇੰਨਾ ਸ਼ੁਕਰ ਆ ਕਿ ਉਹਨਾਂ ਦੇ ਜਿਹੜਾ ਦਿਲ ਦਾ ਏਰੀਆ ਸੀਗਾ ਨਾ ਉਹ ਬਚ ਗਿਆ। ਅਤੇ ਇੱਕ ਗੋਲੀ ਉਹਨਾਂ ਦੇ ਪਿੱਛੇ ਜਿਹੜਾ ਮੌਰ ਆ ਨਾ ਉੱਥੇ ਅਜੇ ਵੀ ਛੇਕੜ ਤੱਕ ਉਹਨਾਂ ਦੀ ਉਹ ਗੋਲੀ ਰਹੀ, ਉਹ ਤਾਂ ਸੰਸਕਾਰ ਦੇ ਟਾਈਮ ਵੀ ਨਿਕਲੀ ਉਹਨਾਂ ਦੀ ਉਹ ਗੋਲੀ। ਅਤੇ ਫਿਰ ਉਹ ਮਕੇਰੀ ਹੋਸਪਿਟਲ ਦੋਨੋਂ ਹੀ ਦਾਖਲ ਸੀਗੇ, ਕਰੀਬ ਇੱਕ ਮਹੀਨਾ ਉਹਨਾਂ ਦਾ ਇਲਾਜ ਚੱਲਿਆ। ਸਰਦਾਰ ਬਲਵੰਤ ਸਿੰਘ ਪੁੱਤਰ ਊਧਮ ਸਿੰਘ ਵੱਡਾ ਟੇਰਕਿਆਣਾ, ਜਥੇਦਾਰ ਮੇਹਰ ਸਿੰਘ ਪੁੱਤਰ ਸ਼ੋਭਾ ਸਿੰਘ ਛੋਟਾ ਟੇਰਕਿਆਣਾ, ਸਰਦਾਰ ਗੁਰਦਿਆਲ ਸਿੰਘ ਪੁੱਤਰ ਲੱਖਾ ਸਿੰਘ ਵੱਡਾ ਟੇਰਕਿਆਣਾ, ਇਹ ਤਿੰਨੇ ਸਰਦਾਰ ਸੰਤ ਬਹਾਦਰ ਸਿੰਘ ਬਗੀਚੀ ਵਾਲਿਆਂ ਦੇ ਨਾਲ ਪਿੰਡ ਦੇਵੀਦਾਸ ਦੇ ਲੋਕਾਂ ਦੀ ਮਦਦ ਕਰਨ ਲਈ ਆਏ ਸਨ, ਪਰ ਰਸਤੇ ਵਿੱਚ ਹੀ ਮੁਸਲਮਾਨਾਂ ਨੇ ਆਪਣੀ ਵਿੱਥੀ ਵਿਉਤ ਮੁਤਾਬਿਕ ਇਹਨਾਂ ਉੱਪਰ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੇ ਮੀਂਹ ਵਿੱਚ ਇੱਕ ਗੋਲੀ ਸੰਤ ਬਹਾਦਰ ਸਿੰਘ ਨੂੰ ਜਾ ਲੱਗੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ, ਅਤੇ ਗੋਲੀਆਂ ਦੇ ਕੁਝ ਛੜੇ ਇਹਨਾਂ ਤਿੰਨਾਂ ਦੇ ਲੱਗੇ, ਜਿਸ ਕਾਰਨ ਇਹ ਜ਼ਖਮੀ ਹਾਲਤ ਵਿੱਚ ਵਾਪਸ ਆਪਣੇ ਪਿੰਡ ਟੇਰਕਿਆਣੇ ਨੂੰ ਚਲੇ ਗਏ। ਸਰਦਾਰ ਰਾਮ ਸਿੰਘ ਪੁੱਤਰ ਮੋਤਾ ਸਿੰਘ ਬਾਲੀਆਂ ਹਵੇਲੀਆਂ ਤੋਂ। ਹਮਲੇ ਸਮੇਂ ਜਦੋਂ ਮੁਸਲਮਾਨ ਗੋਲੀਆਂ ਚਲਾਉਂਦੇ ਆ ਰਹੇ ਸਨ, ਤਾਂ ਬੰਦੂਕ ਦੀ ਗੋਲੀਆਂ ਦੇ ਕੁਝ ਛਰੇ ਰਾਮ ਸਿੰਘ ਨੂੰ ਜਾ ਲੱਗੇ, ਜਿਸ ਕਾਰਨ ਰਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੁਨਸ਼ੀ ਰਾਮ ਪੁੱਤਰ ਬੇਲੀ ਰਾਮ ਪਿੰਡ ਲਗਾਹਾਂ। ਜਦੋਂ ਉਮਰਪੁਰ ਤੋਂ ਮੁਸਲਮਾਨ ਪਿੰਡ ਦੇਵੀਦਾਸ ਉੱਪਰ ਹਮਲਾ ਕਰਨ ਲਈ ਆ ਰਹੇ ਸਨ, ਤਾਂ ਲੰਗਾਹਾਂ ਦੇ ਲਾਗੇ ਉਹਨਾਂ ਨੇ ਆ ਕੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਗੋਲੀਆਂ ਦੇ ਕੁਝ ਛਰੇ ਮੁਨਸ਼ੀ ਰਾਮ ਨੂੰ ਜਾ ਲੱਗੇ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਸਰਦਾਰ ਉਮਰਾਓ ਸਿੰਘ ਪੁੱਤਰ ਖੁਸ਼ਹਾਲ ਸਿੰਘ। ਹਮਲੇ ਦੌਰਾਨ ਕੁਝ ਗੋਲੀਆਂ ਦੇ ਛਰੇ ਸਰਦਾਰ ਉਮਰਾਓ ਅਤੇ ਉਹਨਾਂ ਦੀ ਭੈਣ ਦੇ ਵੀ ਜਾ ਲੱਗੇ, ਜਿਸ ਕਾਰਨ ਉਹ ਵੀ ਜ਼ਖਮੀ ਹੋਏ ਸਨ। ਅਚਾਨਕ ਹੋਏ ਇਸ ਹਮਲੇ ਵਿੱਚ ਤਕਰੀਬਨ 20 ਦੇ ਕਰੀਬ ਲੋਕ ਜ਼ਖਮੀ ਹੋਏ। ਜਿਸ ਸਮੇਂ ਇਹ ਹਮਲਾ ਸ਼ੁਰੂ ਹੁੰਦਾ ਹੈ, ਉਸ ਸਮੇਂ ਸਰਦਾਰ ਉੱਤਮ ਸਿੰਘ ਸੈਣੀ ਆਪਣੇ ਘੋੜੇ ਉੱਪਰ ਬੈਠ ਕੇ ਚਲਦੀ ਗੋਲੀਆਂ ਦੀ ਪਰਵਾਹ ਕੀਤੇ ਬਗੈਰ ਹਮਲਾਵਰਾਂ ਦੇ ਵਿੱਚੋਂ ਨਿਕਲ ਕੇ ਦਸੂਹੇ ਨੂੰ ਚਲ ਜਾਂਦੇ ਹਨ, ਜਿੱਥੇ ਜਾ ਕੇ ਉਹਨਾਂ ਨੇ ਦਸੂਹੇ ਦੇ ਥਾਣੇਦਾਰ ਨੂੰ ਪਿੰਡ ਉੱਪਰ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਦਸੂਹੇ ਦੇ ਥਾਣੇਦਾਰ ਉਸੇ ਸਮੇਂ ਮਿਲਟਰੀ ਦੀ ਇੱਕ ਗੱਡੀ ਲੈ ਕੇ ਪਿੰਡ ਦੇਵੀਦਾਸ ਵੱਲ ਨੂੰ ਤੁਰ ਪੈਂਦੇ ਹਨ। ਉੱਧਰ ਪਿੰਡ ਦੇਵੀਦਾਸ ਉੱਪਰ ਮੁਸਲਮਾਨ ਹਮਲਾਵਰ ਆਪਣੇ ਪੂਰੇ ਜ਼ੋਰ ਨਾਲ ਹਮਲਾ ਕਰਦੇ ਹਨ। ਤਕਰੀਬਨ ਪਿੰਡ ਦੇ 12-13 ਬੰਦਿਆਂ ਨੂੰ ਮਾਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਹਮਲਾਵਰ ਸਰਦਾਰ ਉਜਾਗਰ ਸਿੰਘ ਦੇ ਘਰ ਨੂੰ ਘੇਰਾ ਪਾ ਲੈਂਦੇ ਹਨ ਅਤੇ ਨਾਲ ਹੀ ਇਸ ਦੇ ਚੁਬਾਰੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਸ ਸਮੇਂ ਇਸ ਚੁਬਾਰੇ ਵਿੱਚ ਪਿੰਡ ਦੇ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸਨ। ਪੂਰੇ ਪਿੰਡ ਅੰਦਰ ਅੱਗ ਲੱਗੀ ਹੋਈ ਸੀ। ਇਸ ਅੱਗ ਦਾ ਧੂੰਆਂ ਦੂਰ ਦੂਰ ਤੋਂ ਨਜ਼ਰ ਆ ਰਿਹਾ ਸੀ। ਦੇਵੀਦਾਸ ਦੇ ਆਲੇ ਦੁਆਲੇ ਅਸਮਾਨੀ ਧੂੰਆਂ ਚੜ੍ਹ ਜਾਂਦਾ ਹੈ। ਜਿਸ ਸਮੇਂ ਹਮਲਾ ਪੂਰੇ ਜ਼ੋਰਾਂ 'ਤੇ ਸੀ, ਅਚਾਨਕ ਹੀ ਰੱਬ ਦਾ ਭਾਣਾ ਵਰਤਦਾ ਹੈ। ਕਹਿੰਦੇ ਹਨ ਕਿ ਜੇਕਰ ਰੱਬ ਨੇ ਕਿਸੇ ਨੂੰ ਬਚਾਉਣਾ ਹੁੰਦਾ ਹੈ ਤਾਂ ਉਹ ਆਪ ਹੀ ਰੱਖ ਲੈਂਦਾ ਹੈ। ਅਸਮਾਨ ਵਿੱਚ ਇੱਕ ਜਹਾਜ਼ ਨਜ਼ਰ ਆਉਂਦਾ ਹੈ। ਉਹ ਜਹਾਜ਼ ਅੱਗ ਲੱਗੀ ਦੇਖ ਕੇ ਨੀਵਾਂ ਹੋ ਜਾਂਦਾ ਹੈ ਅਤੇ ਪਿੰਡ ਦੇ ਤਕਰੀਬਨ 3-4 ਚੱਕਰ ਕੱਢਦਾ ਹੈ। ਮੁਸਲਮਾਨ ਹਮਲਾਵਰ ਜਹਾਜ਼ ਨੀਵਾਂ ਹੁੰਦਾ ਦੇਖ ਕੇ ਉਹਨਾਂ ਨੇ ਸੋਚਿਆ ਕਿ ਪਿੰਡ ਦੇ ਬਚਾਅ ਲਈ ਫੌਜ ਆ ਗਈ ਹੈ। ਉਹਨਾਂ ਸਭ ਨੂੰ ਆਪਣੀ ਆਪਣੀ ਜਾਨ ਦੀ ਪੈ ਗਈ। ਅਤੇ ਉਸ ਤੋਂ ਕੁਛ ਚਿਰ ਬਾਅਦ, ਜੋ ਕਿ ਦੇਵੀਦਾਸ ਪਿੰਡ ਦੀ ਕਹਿ ਲਓ ਜਾਂ ਸਾਡੇ ਬਿਹਤਰੀ ਵਾਸਤੇ, ਅਸਮਾਨ ਵਿੱਚ ਜਹਾਜ਼ 2-3 ਚੱਕਰ ਲਗਾਏ ਗਏ ਜਹਾਜ਼ ਵੱਲੋਂ, ਅਤੇ ਜਿਸ ਤੋਂ ਮੁਸਲਮਾਨਾਂ ਨੂੰ ਲੱਗਿਆ ਕਿ ਪੰਜਾਬ ਭਾਰਤ ਸਰਕਾਰ ਦੇ ਜਹਾਜ਼ ਆ ਗਏ ਹੈ, ਅਤੇ ਉਹਨਾਂ ਨੇ ਡਰ ਕੇ ਇੱਥੋਂ ਜਿਹੜਾ ਆ ਭੱਜਣਾ ਹੀ ਵਾਪਸ ਚੱਕਿਆ। ਆਪਣੀਆਂ ਲਾਸ਼ਾਂ ਸਮੇਟ ਕੇ, ਆਪਣੇ ਜਿੰਨੇ ਵੀ ਸਾਥੀ ਸੀਗੇ ਉਹਨਾਂ ਦੀਆਂ ਲਾਸ਼ਾਂ ਸਮੇਟਦੇ ਹੋਏ ਉਹ ਆਪਣੇ ਵਾਪਸ ਰਵਾਨਾ ਹੋ ਗਏ। ਭੱਜਣ ਲੱਗੇ ਉਹਨਾਂ ਨੇ ਤਕਰੀਬਨ 80-90 ਬੰਦੇ, ਜੋ ਕਿ ਉਹਨਾਂ ਦੇ ਆਪਣੇ ਹੀ ਇਸ ਹਮਲੇ ਵਿੱਚ ਮਾਰੇ ਗਏ ਸਨ, ਉਹਨਾਂ ਨੂੰ ਆਪਣੇ ਨਾਲ ਲੈ ਕੇ ਮਿੰਟਾਂ ਵਿੱਚ ਹੀ ਪਿੰਡ ਖਾਲੀ ਕਰ ਦਿੱਤਾ। ਹੁਣ ਗੋਲੀਆਂ ਚੱਲਣ ਦੀ ਆਵਾਜ਼ ਬੰਦ ਹੋ ਗਈ ਸੀ। ਫਿਰ ਪਿੰਡ ਦੇ ਵਿੱਚ ਆਇਆ ਜਹਾਜ਼, ਮੁਸਲਮਾਨ ਬੋਲੇ ਆਪਣੇ ਪਿੰਡ ਦੇ ਵਿੱਚ ਚੰਗੀ ਲੜਾਈ, ਜਹਾਜ਼ ਆ ਕੇ ਤਾਂ ਫਿਰ ਉਹ ਦੌੜ ਗਿਆ। ਮੁਸਲਮਾਨ ਨੱਠ ਗਿਆ ਵੀ ਇਹ ਬੰਦੇ ਜਿਹੜੇ ਨਾ
ਉਹ ਜਿਹੜੇ ਮੁਸਲਮਾਨ ਸੀ ਨਾ ਉਹ ਪਿੰਡੋਂ ਸਲਾਹ ਕਰਕੇ ਆਏ ਸੀ ਵੀ ਦੇਵੀ ਦਾਸ ਅਤੇ ਨਰਾਇਣਗੜ੍ਹ ਕੇਰਕਿਆਣਾ ਇਹ ਤਿੰਨੋਂ ਹੀ ਪਿੰਡ ਨਾ ਫਤਿਹ ਕਰਕੇ ਤਾਂ ਫਿਰ ਖਾਨਪੁਰ ਉਹਨਾਂ ਨਾਲ ਗਾਈਆਂ ਗੁਈਆਂ ਵੱਢੀਆਂ ਸੀ ਵੀ ਉਹ ਆ ਕੇ ਰੋਟੀ ਇੱਥੇ ਖਾਣੀ ਹੈ। ਉਹਨਾਂ ਦੀ ਤਸੱਲਾ ਤਾਂ ਸਾਡੇ ਪਿੰਡ ਦੇਵੀ ਦਾਸ ਦੇ ਵਿੱਚ ਹੀ ਹੋ ਗਈ। ਬਸ ਉਹ ਤਾਂ ਵੀ ਇੱਥੇ ਮੁੜ ਗਏ। ਸਾਰੇ ਹਮਲਾਵਰ ਪਿੰਡ ਛੱਡ ਕੇ ਭੱਜ ਜਾਂਦੇ ਹਨ। ਚਾਰੇ ਪਾਸੇ ਚੁੱਪ ਛਾ ਜਾਂਦੀ ਹੈ। ਕੋਈ ਵੀ ਡਰ ਦੇ ਕਾਰਨ ਇੱਕ ਦੂਸਰੇ ਨਾਲ ਗੱਲ ਨਹੀਂ ਸੀ ਕਰ ਰਿਹਾ। ਸਾਰੇ ਪਿੰਡ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਸੀ। ਸਾਰੇ ਲੋਕ ਸਰਦਾਰ ਉਜਾਗਰ ਸਿੰਘ ਦੇ ਚੁਬਾਰੇ ਵਿੱਚੋਂ ਹੇਠਾਂ ਉਤਰਦੇ ਹਨ ਅਤੇ ਪਿੰਡ ਨੂੰ ਲੱਗੀ ਅੱਗ ਬੁਝਾਉਣ ਵਿੱਚ ਲੱਗ ਜਾਂਦੇ ਹਨ। ਇਸ ਸਮੇਂ ਆਦਮੀਆਂ ਦੀ ਗਿਣਤੀ ਕਾਫ਼ੀ ਘੱਟ ਸੀ। ਕਈ ਹਮਲੇ ਤੋਂ ਪਹਿਲਾਂ ਹੀ ਜਾ ਚੁੱਕੇ ਸਨ, ਕਈ ਇਸ ਹਮਲੇ ਵਿੱਚ ਮਾਰੇ ਜਾ ਚੁੱਕੇ ਸਨ ਅਤੇ ਕਈ ਜ਼ਖਮੀ ਸਨ। ਕਈ ਹਮਲੇ ਦੌਰਾਨ ਡਰ ਕੇ ਭੱਜ ਗਏ ਸਨ। ਇਸ ਸਮੇਂ ਔਰਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਪਿੰਡ ਵਿੱਚ ਕੁਝ ਇਸਤਰੀਆਂ, ਕੁੜੀਆਂ ਅਤੇ ਬੱਚਿਆਂ ਨੂੰ ਛੱਡ ਕੇ ਕੁਝ ਗਿਣਤੀ ਦੇ ਆਦਮੀ ਰਹਿ ਗਏ ਸਨ। ਸਰਦਾਰ ਉਜਾਗਰ ਸਿੰਘ ਲੰਬਰਦਾਰ ਕੋਲ ਲੰਬੀ ਨਾਲੀ ਵਾਲਾ ਸਪਰੇਅ ਪੰਪ ਸੀ। ਇਸ ਪੰਪ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਬੁਝਾਉਣ ਲਈ ਜਿਵੇਂ ਹੀ ਪਿੰਡ ਦੀਆਂ ਕੁੜੀਆਂ ਅਤੇ ਜਨਾਨੀਆਂ ਨੇ ਪੰਪ ਵਾਸਤੇ ਲੰਬੜਾਂ ਦੇ ਖੂਹ ਵਿੱਚੋਂ ਪਾਣੀ ਕੱਢਣ ਲੱਗੀਆਂ, ਉਸੇ ਸਮੇਂ ਹੀ ਵਤਨ ਕੌਰ ਨੂੰ ਖੂਹ ਵਿੱਚੋਂ ਕੱਢਿਆ ਗਿਆ। ਸਾਰੇ ਪਾਸੇ ਜ਼ਖਮੀ ਹਾਲਤ ਵਿੱਚ ਲੋਕ ਦਰਦ ਨਾਲ ਕਰਾ ਰਹੇ ਸਨ ਅਤੇ ਥਾਂ ਥਾਂ 'ਤੇ ਲਾਸ਼ਾਂ ਪਈਆਂ ਹੋਈਆਂ ਸਨ। ਲੋਕਾਂ ਨੇ ਇਹਨਾਂ ਲਾਸ਼ਾਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਅਤੇ ਆਪਣੀਆਂ ਦੀ ਭਾਲ ਸ਼ੁਰੂ ਕੀਤੀ। ਜਦੋਂ ਪਿੰਡ ਵਾਸੀ ਅੱਗ ਬੁਝਾਉਣ ਵਿੱਚ ਰੁੱਝੇ ਹੋਏ ਸਨ, ਇੰਨੇ ਨੂੰ ਇੱਕ ਮਿਲਟਰੀ ਦੀ ਗੱਡੀ ਪਿੰਡ ਦੇਵੀ ਦਾਸ ਪਹੁੰਚ ਜਾਂਦੀ ਹੈ। ਉਸ ਗੱਡੀ ਵਿੱਚ ਕੁਝ ਹਥਿਆਰਬੰਦ ਫੌਜੀ ਸਨ। ਉਹਨਾਂ ਨੇ ਆਉਂਦੇ ਹੀ ਪਿੰਡ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਆਖਿਆ ਅਤੇ ਉਹਨਾਂ ਨੇ ਕਿਹਾ, ਹਮਾਰੇ ਸਾਥ ਚਲੋ, ਜੋ ਹਮਾਰੇ ਸਾਥ ਨਹੀਂ ਚਲੇਗਾ ਉਸਕੋ ਗੋਲੀ ਮਾਰ ਦੀ ਜਾਏਗੀ। ਫੌਜ ਨੂੰ ਡਰ ਸੀ ਕਿ ਮੁਸਲਮਾਨ ਹਮਲਾਵਰ ਦੁਬਾਰਾ ਇਸ ਪਿੰਡ ਉੱਪਰ ਹਮਲਾ ਕਰ ਸਕਦੇ ਹਨ, ਇਸ ਲਈ ਫੌਜ ਨੇ ਸਖਤੀ ਦਿਖਾਈ, ਜਿਸ ਦੇ ਡਰ ਤੋਂ ਛੇਤੀ ਹੀ ਪਿੰਡ ਦੇ ਲੋਕ ਇੱਕ ਜਗ੍ਹਾ 'ਤੇ ਇਕੱਠੇ ਹੋ ਗਏ। ਸਰਦਾਰ ਉਜਾਗਰ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਪਿੰਡ ਛੱਡ ਦਿੱਤਾ। ਔਰਤਾਂ ਨੇ ਆਪਣੇ ਬੱਚਿਆਂ ਨੂੰ ਚੁੱਕਿਆ ਅਤੇ ਭੁੱਖੇ ਹੀ ਨਾਲ ਚੱਲ ਪਏ। ਕੋਈ ਵੀ ਪਿੰਡ ਵਾਸੀ ਆਪਣੇ ਘਰੋਂ ਕੋਈ ਵੀ ਸਮਾਨ ਨਹੀਂ ਨਾਲ ਲਿਜਾ ਸਕਿਆ। ਜਿਸ ਹਾਲਤ ਵਿੱਚ ਲੋਕ ਸਨ, ਉਸੇ ਤਰ੍ਹਾਂ ਹੀ ਮਿਲਟਰੀ ਦੀ ਗੱਡੀ ਦੇ ਨਾਲ ਚੱਲ ਪਏ। ਜ਼ਖਮੀ ਲੋਕ ਵੀ ਨਾਲ ਸਨ। ਪਿੰਡ ਦਾ ਪੁਰਾਣਾ ਰਸਤਾ ਲੰਬੜਾਂ ਦੇ ਇੱਟਾਂ ਦੇ ਭੱਠੇ ਕੋਲ ਦੀ ਸੀ, ਜਿੱਥੇ ਹੁਣ ਪ੍ਰਾਇਮਰੀ ਸਕੂਲ ਦੇਵੀ ਦਾਸ ਹੈ। ਉਸ ਥਾਂ 'ਤੇ ਸਕੂਲ ਵਾਲੀ ਥਾਂ 'ਤੇ ਰੁਕ ਕੇ ਸਰਦਾਰ ਉਜਾਗਰ ਸਿੰਘ ਲੰਬੜਦਾਰ ਨੇ ਕਿਹਾ, ਪਿੰਡ ਵਾਲਿਓ, ਆਪਣਾ ਪਿੰਡ ਆਖਰੀ ਵਾਰ ਦੇਖ ਲਓ, ਫਿਰ ਪਤਾ ਨਹੀਂ ਦੁਬਾਰਾ ਪਿੰਡ ਦੇਖਣਾ ਨਸੀਬ ਹੋਣਾ ਵੀ ਹੈ ਕਿ ਨਹੀਂ। ਸਾਰਾ ਪਿੰਡ ਸੜ ਰਿਹਾ ਸੀ, ਜਿਸ ਦੀਆਂ ਲਾਟਾਂ ਦੂਰੋਂ ਹੀ ਨਜ਼ਰ ਆ ਰਹੀਆਂ ਸਨ। ਇਹ ਸੁਣਦੇ ਹੀ ਫੌਜੀਆਂ ਦੇ ਅਫਸਰ ਨੇ ਗੁੱਸੇ ਨਾਲ ਕਿਹਾ, ਤੁਮਕੋ ਹਮਾਰੀ ਬਾਤ ਸਮਝ ਮੇਂ ਨਹੀਂ ਆ ਰਹੀ, ਅਬ ਆਪ ਸਾਰੇ ਲੋਕ ਹਮਾਰੇ ਸਾਥ ਦਸੂਏ ਕੋ ਚਲੋਗੇ, ਫਿਰ ਆਗੇ ਦੇਖੇਂਗੇ ਆਪਕਾ ਕਿਆ ਕਰਨਾ ਹੈ ਔਰ ਆਪਕਾ ਕਿਆ ਹੋਗਾ। ਪੂਰੇ ਰਸਤੇ ਮੇਂ ਅਬ ਕੋਈ ਵੀ ਨਹੀਂ ਬੋਲੇਗਾ, ਅਗਰ ਕਿਸੀ ਜ਼ਖਮੀ ਕੋ ਦਰਦ ਹੋ ਰਹਾ ਹੈ ਤੋ ਆਗੇ ਆਓ, ਹਮ ਉਸਕੋ ਗੋਲੀ ਮਾਰ ਦੇਤੇ ਹੈ, ਮੁਝੇ ਕਿਸੀ ਵੀ ਬੱਚੇ ਕੀ ਰੋਨੇ ਕੀ ਆਵਾਜ਼ ਸੁਣਾਈ ਨਹੀਂ ਦੇਣੀ ਚਾਹੀਏ। ਇਹ ਸੁਣਦੇ ਹੀ ਸਾਰੇ ਪਿੰਡ ਵਾਸੀ ਚੁੱਪ ਕਰ ਗਏ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਦਾਰ ਉਜਾਗਰ ਸਿੰਘ ਨੇ ਆਪਣੇ ਪਿੰਡ ਵਾਸੀਆਂ ਨਾਲ ਦਸੂਏ ਜਾਣਾ ਹੀ ਠੀਕ ਸਮਝਿਆ। ਉਹ ਜਾਣ ਗਏ ਸੀ ਕਿ ਖਤਰਾ ਹਜੇ ਟਲਿਆ ਨਹੀਂ, ਰਸਤੇ ਵਿੱਚ ਜਾਂ ਦਸੂਏ ਜਾ ਕੇ ਕੁਝ ਵੀ ਹੋ ਸਕਦਾ ਹੈ। ਉਜਾਗਰ ਸਿੰਘ ਨੇ ਆਪਣੀ ਬੰਦੂਕ ਆਪਣੇ ਨਾਲ ਲਈ ਅਤੇ ਪਿੰਡ ਦੇ ਲੋਕਾਂ ਦੀ ਰਾਖੀ ਲਈ ਨਾਲ ਚੱਲ ਪਏ। ਸਰਦਾਰ ਉਜਾਗਰ ਸਿੰਘ ਆਪਣੇ ਭਰਾ ਜਸਵੰਤ ਸਿੰਘ ਨੂੰ ਵੀ ਆਪਣੇ ਨਾਲ ਦਸੂਏ ਨਹੀਂ ਲਿਜਾ ਸਕੇ, ਜਿਸ ਦੀ ਉਸ ਸਮੇਂ ਗੋਲੀ ਲੱਗੀ ਹੋਈ ਸੀ। ਛੋਟੇ ਸਦਰਪੁਰ ਦੇ ਪਹਾੜ ਵਾਲੇ ਪਾਸੇ ਦੀ ਹੁੰਦੇ ਹੋਏ ਉੱਚੀ ਵਸੀ ਦੇ ਰਸਤੇ ਮਿਲਟਰੀ ਦੀ ਗੱਡੀ ਲੋਕਾਂ ਨੂੰ ਨਾਲ ਲੈ ਕੇ ਚੱਲ ਪਈ। ਮਿਲਟਰੀ ਵਾਲੇ ਥੋੜ੍ਹੀ ਥੋੜ੍ਹੀ ਦੂਰ ਅੱਗੇ ਜਾ ਕੇ ਰੁਕਦੇ ਅਤੇ ਫਿਰ ਚੱਲ ਪੈਂਦੇ। ਉਹਨਾਂ ਨੂੰ ਡਰ ਸੀ ਕਿ ਹਮਲਾਵਰ ਉਹਨਾਂ ਉੱਪਰ ਦੁਬਾਰਾ ਹਮਲਾ ਨਾ ਕਰ ਦੇਣ। ਫਿਰ ਅੱਗੇ ਜਾ ਕੇ ਚੱਕ ਕਾਸੀਮ ਵਾਲੇ ਕਾਲੇ ਚੌਂ 'ਤੇ ਗੱਡੀ ਰੁਕਦੀ ਹੈ। ਲੋਕਾਂ ਨੇ ਪਿੰਡ ਦੇਵੀ ਦਾਸ ਵੱਲ ਤੱਕਿਆ, ਅਸਮਾਨ ਵਿੱਚ ਧੂਏ ਦਾ ਗਵਾਰ ਚੜਿਆ ਹੋਇਆ ਸੀ। ਰਾਤ ਵਿੱਚ ਇਹ ਦ੍ਰਿਸ਼ ਦਿਲ ਦਹਿਲਾਉਣ ਵਾਲਾ ਸੀ। ਫਿਰ ਮਿਲਟਰੀ ਵਾਲੇ ਉਸਮਾਨ ਸ਼ਹੀਦਾਂ ਦੇ ਪਿੰਡ ਲਾਗੇ ਰੁਕੇ ਅਤੇ ਫਿਰ ਬਾਅਦ ਵਿੱਚ ਮਿਲਟਰੀ ਵਾਲੇ ਸਿੱਧੇ ਦਸੂਏ ਜਾ ਕੇ ਰੁਕੇ। ਇਸ ਸਮੇਂ ਤਕਰੀਬਨ 1-2 ਵਜੇ ਦਾ ਸਮਾਂ ਹੋ ਚੁੱਕਾ ਸੀ। ਇਹ ਸਾਰੇ ਲੋਕ ਜਿੱਥੇ ਹੁਣ ਮੰਦਿਰ ਹੈ ਉੱਥੇ ਇੱਕ ਸਰਾਂ ਸੀ ਜਿੱਥੇ ਇਹ ਲੋਕ ਠਹਿਰੇ। ਦਸੂਏ ਦੇ ਲੋਕਾਂ ਨੇ ਖਾਣ ਪੀਣ ਨੂੰ ਰੋਟੀ ਦਿੱਤੀ, ਪਰ ਕਿਸੇ ਨੇ ਵੀ ਚੰਗੀ ਤਰ੍ਹਾਂ ਨਾਲ ਰੋਟੀ ਨਹੀਂ ਖਾਧੀ। ਸਾਰਿਆਂ ਨੂੰ ਆਪਣਿਆਂ ਦਾ ਦੁੱਖ ਸੀ। ਦਸੂਏ ਦੇ ਲੋਕਾਂ ਨੇ ਜ਼ਖਮੀਆਂ ਦੀ ਮੱਲਮ ਪੱਟੀ ਕੀਤੀ ਅਤੇ ਪੂਰੀ ਹਿਫਾਜ਼ਤ ਕੀਤੀ। ਸਵੇਰ ਹੋਈ, ਕਾਲੀ ਰਾਤ ਲੰਘ ਗਈ। ਦਸੂਏ ਵਾਲਿਆਂ ਨੇ ਫਿਰ ਸਵੇਰ ਦਾ ਖਾਣਾ ਤਿਆਰ ਕਰਵਾਇਆ
ਤੇ ਇਹਨਾਂ ਸਾਰਿਆਂ ਨੂੰ ਖਾਣ ਨੂੰ ਦਿੱਤਾ। ਦੁਪਹਿਰ ਤੱਕ ਦਸੂਏ ਖੁੱਡੇ ਪਿੰਡ ਦੇ ਆਲੇ ਦੁਆਲੇ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਪਿੰਡ ਦੇਵੀਦਾਸ ਦੇ ਲੋਕ ਦਸੂਏ ਠਹਿਰੇ ਹੋਏ ਹਨ। ਉਹਨਾਂ ਦੇ ਪਿੰਡ ਉੱਪਰ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਹੈ। ਪਿੰਡ ਦੇਵੀਦਾਸ ਦੇ ਲੋਕਾਂ ਦੀ ਇਹਨਾਂ ਪਿੰਡਾਂ ਵਿੱਚ ਕਾਫੀ ਰਿਸ਼ਤੇਦਾਰੀ ਸੀ। ਉਹ ਲੋਕ ਦਸੂਏ ਆ ਕੇ ਆਪਣੇ ਨਾਲ ਦੇਵੀਦਾਸ ਦੇ ਲੋਕਾਂ ਨੂੰ ਨਾਲ ਲੈ ਗਏ। ਕਈ ਆਦਮੀ ਹਮਲੇ ਵਾਲੇ ਦਿਨ ਮਿਲਟਰੀ ਦੇ ਨਾਲ ਦਸੂਏ ਨਹੀਂ ਗਏ, ਉਹ ਲੁਕ ਛਿਪ ਕੇ ਪਿੰਡ ਵਿੱਚ ਰਹੇ। ਉਹਨਾਂ ਨੇ ਹਮਲੇ ਵਾਲੀ ਰਾਤ ਪਿੰਡ ਵਾਸੀਆਂ ਦੇ ਦਸੂਹੇ ਜਾਣ ਤੋਂ ਬਾਅਦ ਸਦਰਪੁਰ ਦੇ ਬੰਦਿਆਂ ਨਾਲ ਮਿਲ ਕੇ ਜ਼ਖਮੀ ਆਦਮੀਆਂ ਦੀ ਮਦਦ ਕੀਤੀ। ਉਹਨਾਂ ਨੇ ਵਤਨ ਸਿੰਘ ਅਤੇ ਜਸਵੰਤ ਸਿੰਘ ਨੂੰ ਮਿਲਟਰੀ ਦੇ ਜਾਣ ਤੋਂ ਬਾਅਦ ਸਦਰਪੁਰ ਲਿਜਾ ਕੇ ਇਲਾਜ ਕੀਤਾ। ਹੋਰ ਜਿਹੜੇ ਪਿੰਡ ਵਿੱਚ ਫੱਟੜ ਆਦਮੀ ਸਨ ਉਹਨਾਂ ਦੀ ਮਦਦ ਕੀਤੀ। ਜਿਹੜੇ ਮੁਸਲਮਾਨ ਹਮਲਾ ਕਰਨ ਆਏ ਸਨ ਉਹ ਸਭ ਰਾਤ ਨੂੰ ਹੀ ਆਪਣੇ ਆਪਣੇ ਇਲਾਕਿਆਂ ਵਿੱਚ ਭੱਜ ਨਿਕਲੇ। ਉਹਨਾਂ ਨੂੰ ਡਰ ਸੀ ਕਿ ਹੁਣ ਫੌਜ ਨੇ ਉਹਨਾਂ ਉੱਪਰ ਹਮਲਾ ਕਰ ਦੇਣਾ ਹੈ। ਜਿਹੜੀ ਪਾਰਟੀ ਦੀ ਤਿਆਰੀ ਉਹਨਾਂ ਨੇ ਅਗਲੇ ਦਿਨ ਗੈਰ ਮੁਸਲਿਮ ਪਿੰਡਾਂ ਨੂੰ ਖਤਮ ਕਰਕੇ ਕਰਨੀ ਸੀ, ਉਹ ਪਾਰਟੀ ਤਕਰੀਬਨ ਆਪਣੇ ਸੌ ਤੋਂ ਉੱਤੇ ਹੋਈਆਂ ਮੌਤਾਂ ਕਾਰਨ ਸੋਗ ਵਿੱਚ ਬਦਲ ਗਈ। ਜਿਹੜੇ ਲੋਕ ਕਸਮਾਂ ਖਾ ਕੇ ਆਏ ਸਨ ਕਿ ਇਹਨਾਂ ਗੈਰ ਮੁਸਲਿਮ ਪਿੰਡਾਂ ਨੂੰ ਇੱਕ ਰਾਤ ਵਿੱਚ ਹੀ ਖਤਮ ਕਰ ਦੇਣਾ ਹੈ, ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਤੋਂ ਇੱਕ ਪਿੰਡ ਵੀ ਨਹੀਂ ਜਿੱਤ ਹੋਇਆ। ਪਿੰਡ ਦੇਵੀਦਾਸ ਦੇ ਲੋਕਾਂ ਦੀ ਬਹਾਦਰੀ ਨੇ ਇਹਨਾਂ ਸਭ ਨੂੰ ਹਰਾ ਦਿੱਤਾ। 22 ਅਗਸਤ 1947 ਦੀ ਸਵੇਰ ਨੂੰ ਗੰਦਰਬ ਸਿੰਘ ਮੁਕੇਰੀਆਂ ਤੋਂ, ਜੋ ਕਿ ਵੰਡ ਤੋਂ ਪਹਿਲਾਂ ਹੀ ਪਾਕਿਸਤਾਨ ਤੋਂ ਮੁਕੇਰੀਆਂ ਆ ਗਏ ਸਨ, ਉਹ ਸਿਆਲਕੋਟ ਪਾਕਿਸਤਾਨ ਵਿੱਚ ADM ਦੇ ਅਹੁਦੇ 'ਤੇ ਨੌਕਰੀ ਕਰਦੇ ਸਨ। ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਪਿੰਡ ਦੇਵੀਦਾਸ ਉੱਪਰ ਹਮਲਾ ਹੋ ਗਿਆ ਹੈ ਤਾਂ ਉਹ 22 ਅਗਸਤ ਨੂੰ ਸਵੇਰੇ ਹੀ ਮੁਕੇਰੀਆਂ ਤੋਂ 2-3 ਸਿਪਾਹੀ ਨਾਲ ਲੈ ਕੇ ਧਨੋਆ, ਹਿੰਮਤਪੁਰ, ਟੇਰਕਿਆਣੇ ਥਾਣੀ ਹੁੰਦੇ ਹੋਏ ਇੱਥੋਂ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਕੇ ਪਿੰਡ ਦੇਵੀਦਾਸ ਪਹੁੰਚ ਗਏ। ਪਿੰਡ ਦੇਵੀਦਾਸ ਪਹੁੰਚ ਕੇ ਉਹ ਉਹਨਾਂ ਆਦਮੀਆਂ ਨੂੰ ਮਿਲੇ ਜੋ ਉਸ ਦਿਨ ਦਸੂਏ ਨਹੀਂ ਸਨ ਗਏ। ਸਭ ਨੇ ਇਕੱਠੇ ਹੋ ਕੇ ਜੋ ਲੋਕ ਹਮਲੇ ਵਿੱਚ ਮਾਰੇ ਗਏ ਸਨ ਉਹਨਾਂ ਨੂੰ ਇਕੱਠੇ ਕੀਤਾ ਅਤੇ ਬਿਮਾਰੀ ਨਾ ਫੈਲ ਜਾਏ ਇਸ ਦੇ ਡਰ ਤੋਂ ਗੁਰਦੁਆਰੇ ਦੇ ਸਾਹਮਣੇ ਵਾਲੀ ਥਾਂ 'ਤੇ ਉਹਨਾਂ ਸਭ ਦਾ ਸੰਸਕਾਰ ਕਰ ਦਿੱਤਾ। ਬਾਲਣ ਦੀ ਘਾਟ ਕਾਰਨ ਕੁਝ ਬੰਦਿਆਂ ਦੀਆਂ ਲਾਸ਼ਾਂ ਨੂੰ ਕਪੂਰ ਸਿੰਘ ਪੁੱਤਰ ਈਸ਼ਰ ਸਿੰਘ ਦੀ ਜ਼ਮੀਨ ਵਿੱਚ ਸੁਸਾਇਟੀ ਦੇ ਬਿਲਕੁਲ ਸਾਹਮਣੇ ਵਾਲੀ ਥਾਂ ਵਿੱਚ ਦੱਬ ਦਿੱਤਾ। ਉਸ ਤੋਂ ਬਾਅਦ ਹੌਲੀ ਹੌਲੀ ਮਾਹੌਲ ਠੀਕ ਹੋਣ ਲੱਗਾ। ਉਹ ਸਭ ਲੋਕ ਵੀ 10-11 ਦਿਨਾਂ ਬਾਅਦ ਵਾਪਸ ਦੇਵੀਦਾਸ ਪਿੰਡ ਆ ਗਏ ਜੋ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸਨ। ਫਿਰ ਤਕਰੀਬਨ 5-6 ਮਹੀਨਿਆਂ ਦੇ ਬਾਅਦ ਦੱਬੀਆਂ ਹੋਈਆਂ ਲਾਸ਼ਾਂ ਨੂੰ ਫਿਰ ਪੁੱਟਿਆ ਗਿਆ। ਉਹ ਸਭ ਲਾਸ਼ਾਂ ਖਰਾਬ ਹੋ ਚੁੱਕੀਆਂ ਸਨ। ਇਹਨਾਂ ਲਾਸ਼ਾਂ ਦਾ ਪਿੰਡ ਵਾਸੀਆਂ ਨੇ ਪੂਰੇ ਸਤਿਕਾਰ ਨਾਲ ਪ੍ਰਾਇਮਰੀ ਸਕੂਲ ਵਾਲੀ ਥਾਂ 'ਤੇ ਸੰਸਕਾਰ ਕਰ ਦਿੱਤਾ। ਅਖੀਰ 'ਤੇ ਇਹੀ ਕਹਿਣਾ ਵੀ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਜਾਂ ਮਾਰੇ ਗਏ ਉਹਨਾਂ ਨੂੰ ਇਸ ਆਜ਼ਾਦੀ ਦੇ ਨਾਲ ਕੀ ਮਿਲਿਆ, ਉਹ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੱਦਾਂ ਅਸੀਂ ਵੀ ਸੁਣਿਆ ਆਪਣੇ ਪਾਪੇ ਤੋਂ ਹੋਰ ਪਿੰਡ ਵਾਸੀਆਂ ਤੋਂ ਸੁਣਿਆ ਕੀ ਮਤਲਬ ਹੋਇਆ। ਇੱਕ ਥਾਲੀ ਵਿੱਚ ਰੋਟੀ ਖਾਂਦੇ ਸੀ ਸਾਰੇ, ਵਿਆਹ ਸ਼ਾਦੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਆਉਂਦੇ ਜਾਂਦੇ ਸੀ। ਜਦੋਂ ਹਮਲਾ ਹੋਏ ਚੱਲ ਜਾਂਦੇ ਆ ਸਾਡੇ ਪਿੰਡ ਤੋਂ, ਆਪਣੇ ਆਰਮੀ ਚੱਲ ਜਾਂਦੀ ਆ, ਜਿਹੜੇ ਬੰਦੇ ਸਾਡੇ ਇੱਥੇ ਰਹਿੰਦੇ ਆ ਦੂਏ ਦਿਨ ਬਾਹਰੋਂ ਪਿੰਡੋਂ ਆਉਂਦੇ ਆ, ਲੋਕ ਥੋੜ੍ਹੇ ਬਹੁਤੇ ਸੰਸਕਾਰ ਵੀ ਕਰਦੇ ਆ, ਬਾਲਣ ਦੀ ਘਾਟ ਕਰੇ ਲਾਸ਼ਾਂ ਦੱਬੀਆਂ ਵੀ ਜਾਂਦੀਆਂ, ਉਹ 6 ਮਹੀਨੇ ਬਾਅਦ ਉਹਦਾ ਸੰਸਕਾਰ ਕੀਤਾ ਜਾਂਦਾ। ਫਿਰ ਵੱਡੀ ਹੈਰਾਨਗੀ ਦੀ ਗੱਲ ਇਹ ਦੇਖੋ, ਸਾਡੇ ਹੀ ਪਿੰਡ ਦੇ ਲੋਕਾਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੜੀ ਮਾੜੀ ਕਰਤੂਤ ਕੀਤੀ, ਥੋੜ੍ਹੀ ਨਹੀਂ ਕੀਤੀ, ਬਹੁਤ ਮਾੜੀ ਕਰਤੂਤ ਕੀਤੀ। ਆਪਣੇ ਹੀ ਪਿੰਡ ਦੇ ਲੋਕਾਂ ਨੂੰ ਲੁੱਟਿਆ, ਚੀਜ਼ਾਂ ਘਰਾਂ ਦੀਆਂ ਫੁੱਲਾਂ ਫਰਾਲੀ ਕੀਤੀ, ਜੋ ਵੀ ਹੈਗਾ ਉਹਨਾਂ ਨੂੰ ਮਿਲਿਆ ਉਹ ਆਪਣੇ ਘਰਾਂ 'ਚ ਲੈ ਗਏ। ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ। ਇੱਕ ਪਾਸੇ ਸਾਡੇ ਪਿੰਡ 'ਤੇ ਹਮਲਾ ਹੋਇਆ, ਲੋਕ ਮਾਰੇ ਗਏ, ਅਤੇ ਦੂਜੇ ਪਾਸੇ ਉਹ ਜਿਹੜੇ ਪਿੰਡ ਰਹਿ ਗਏ ਦੱਸੋ ਮਰ ਤਾਂ ਉਹ ਵੀ ਗਏ, ਪਰ ਇੱਕ ਇਤਿਹਾਸ ਜਿਹਾ ਬਣ ਗਿਆ ਵੀ ਲੈ ਵੀ ਉਹਨਾਂ ਨੇ ਆਪਣੇ ਪਿੰਡ ਨੂੰ ਆਪਣੇ ਹੀ ਪਿੰਡ ਵਾਸੀਆਂ ਨੇ ਲੁੱਟਿਆ। ਅਤੇ ਇਹ ਸੀ ਕਹਾਣੀ ਪਿੰਡ ਦੇਵੀਦਾਸ 1947 ਜਿਹੜਾ ਇਹ ਹਮਲਾ ਹੋਇਆ ਸੀਗਾ। ਭਾਰਤ ਪਾਕਿਸਤਾਨ ਦੀ ਵੰਡ ਦਾ ਨੁਕਸਾਨ ਦੋਨਾਂ ਪੱਖਾਂ ਨੂੰ ਹੋਇਆ। ਜਿਹੜੇ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਸਨ ਉਹ ਦੋ ਵੱਡੇ ਨੇਤਾਵਾਂ ਦੀ ਦੁਸ਼ਮਣੀ ਦੇ ਕਾਰਨ ਆਪਣੇ ਹੀ ਲੋਕਾਂ ਦੇ ਦੁਸ਼ਮਣ ਬਣ ਗਏ। ਪਰ ਉਹਨਾਂ ਨੇਤਾਵਾਂ ਦਾ ਕੀ ਹੋਇਆ, ਕੀ ਉਹਨਾਂ ਦਾ ਕੋਈ ਨੁਕਸਾਨ ਹੋਇਆ? ਅਸੀਂ ਆਪਣੇ ਲੱਖਾਂ ਹੀ ਪੁੱਤ ਮਰਵਾ ਲਏ, ਲੱਖਾਂ ਹੀ ਭੈਣਾਂ ਦੀ ਇੱਜ਼ਤ ਲੁੱਟਵਾ ਲਈ, ਲੱਖਾਂ ਹੀ ਸਾਡੇ ਬੱਚੇ ਬੇਘਰ ਹੋ ਗਏ। ਪਰ ਅਫਸੋਸ, ਅਸੀਂ ਅੱਜ ਵੀ ਕੁਝ ਨਹੀਂ ਸਿੱਖਿਆ। ਅਸੀਂ ਅੱਜ ਵੀ ਉਹਨਾਂ ਦੇ ਅੱਗੇ ਪਿੱਛੇ ਘੁੰਮਦੇ ਹਾਂ ਜਿਨ੍ਹਾਂ ਨੇ ਸਮੇਂ ਉੱਤੇ ਸਾਡਾ ਇੰਨਾ ਨੁਕਸਾਨ ਕੀਤਾ। ਮੈਂ ਚਾਹੁੰਦਾ ਹਾਂ ਕਿ ਸਾਡੇ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਕਿ ਜੋ ਵੀ ਸਾਡੇ ਸ਼ਹੀਦ ਹੋਏ ਆ, ਜਿਸ ਮਾਮਲੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਸੀਗੇ ਜਾਂ ਪਿੰਡ ਦੇ ਹੋਰ ਕਾਫੀ ਲੋਕ ਸ਼ਹੀਦ ਹੋਏ ਹੈਗੇ ਆ, ਉਹਨਾਂ ਦੀ ਆਪਾਂ ਇੱਕ ਸਾਂਝੇ ਤੌਰ 'ਤੇ ਕੋਈ ਯਾਦਗਾਰ ਬਣਾਈ ਜਾਵੇ, ਕਿਉਂਕਿ ਇਹ ਯਾਦਗਾਰ ਬਣਾਉਣ ਦੇ ਨਾਲ ਇਹ ਹੋਊਗਾ ਕਿ ਬੱਚਿਆਂ ਦੇ ਵਿੱਚ ਵੀ ਹਿੰਮਤ ਬਹਾਦਰੀ ਦਾ ਜਜ਼ਬਾ ਆਊਗਾ
ਅਤੇ ਇਹਦੇ ਨਾਲ ਮੈਂ ਚਾਹਾਂਗਾ ਕਿ ਮੈਂ ਸਾਰੇ ਪਿੰਡ ਤੋਂ ਸਹਿਯੋਗ ਮੰਗਦਾ ਹਾਂ ਵੀ ਆਪਾਂ ਜਿਹੜੀ ਰਲ ਮਿਲ ਕੇ ਜਿਹੜੀ ਆ ਉਹਨਾਂ ਦੀ ਯਾਦਗਾਰ ਬਣਾਈ ਜਾਵੇ ਕਿਉਂਕਿ ਜਿਹੜੀਆਂ ਕੌਮਾਂ ਜਿਹੜੇ ਪਿੰਡ ਜਿਹੜੇ ਲੋਕ ਸ਼ਹੀਦਾਂ ਦੇ ਸਤਿਕਾਰ ਨੂੰ ਭੁੱਲ ਜਾਂਦੇ ਆ ਮੇਰੇ ਹਿਸਾਬ ਦੇ ਨਾਲ ਉਹ ਲੋਕ ਪਿੰਡ ਜਿਹੜੇ ਉਹ ਜ਼ਿਆਦਾ ਤਰੱਕੀ ਨਹੀਂ ਕਰ ਸਕਦੇ ਇਸ ਲਈ ਮੈਂ ਚਾਹਾਂਗਾ ਕਿ ਸਾਰੇ ਲੋਕ ਸਾਡਾ ਸਹਿਯੋਗ ਕਰਨ ਅਸੀਂ ਸਾਂਝੇ ਤੌਰ 'ਤੇ ਪਿੰਡ ਦੇ ਵਿੱਚ ਕਿਤੇ ਵੀ ਉਸ 1947 ਦੀ ਸਾਕੇ ਦੀ ਆਪਾਂ ਇੱਕ ਯਾਦਗਾਰ ਬਣਾਈਏ ਜਿਸ ਨੂੰ ਕਿ ਦੇਖ ਕੇ ਬੱਚੇ ਜਿਹੜੇ ਆ ਉਹ ਪੁਰਾਣੀਆਂ ਗੱਲਾਂ ਯਾਦ ਰੱਖ ਸਕਣ। ਹਾਂਜੀ, ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ। ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਇਸ ਡਾਕੂਮੈਂਟਰੀ ਨੂੰ ਬਣਾਉਣ ਵਿੱਚ ਜਿਨ੍ਹਾਂ ਲੋਕਾਂ ਨੇ ਵੀ ਮੇਰੀ ਹੈਲਪ ਕੀਤੀ ਸਭ ਦਾ ਤਹਿ ਦਿਲ ਤੋਂ ਧੰਨਵਾਦ, ਖਾਸ ਕਰਕੇ ਆਪਣੇ ਪਾਕਿਸਤਾਨ ਵੀਰਾਂ ਦਾ ਅਤੇ ਸਰਦਾਰ ਵਿਸਾਖਾ ਸਿੰਘ ਜੀ ਦਾ, ਜਿਨ੍ਹਾਂ ਦੀ ਬੁੱਕ ਤੋਂ ਬਹੁਤ ਸਾਰੇ ਜਿਹੜੇ ਅੰਸ਼ ਆ ਉਹ ਇਸ ਵੀਡੀਓ 'ਚ ਲਏ ਗਏ ਆ। ਹੋਰ ਵੀ ਤੁਹਾਡੇ ਤੱਕ ਇਹੋ ਜਿਹੀਆਂ ਵੀਡੀਓ ਪਹੁੰਚਾਉਂਦੇ ਰਹਾਂਗੇ। ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਧੰਨਵਾਦ।